ਗੁਰੂ ਫਤਿਹ ਜੀ, ਸਰੋਤਿਆਂ ਨੂੰ ਮੁੜ ਤੋਂ ਬੜਾ ਵਧੀਆ ਸੁਨੇਹਾ, ਜਿਹੜਾ ਸਪਸ਼ਟ ਸੁਨੇਹਾ ਭਾਈ ਰਣਜੀਤ ਸਿੰਘ ਹੋਰਾਂ ਨੇ ਦਿੱਤਾ। ਇਹ ਗੱਲ ਨਾ ਜਦੋਂ ਵੀ ਅਸੀਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਜਦੋਂ ਸਮਝੌਤਾ ਕਰਾਉਣੇ ਵਾਲੇ ਜਿਹੜੇ ਗਵਲੇ ਆਉਂਦੇ ਆ ਨਾ, ਉਹ ਇੰਨੇ ਕੁ ਖਤਰਨਾਕ ਹੁੰਦੇ ਆ, ਇੰਨੇ ਜਿਹੜੇ ਸਾਰਿਆਂ ਚੰਗਾ ਬਣਨਾ ਚਾਹੁੰਦੇ ਆ, ਬਿਲਕੁਲ ਠੀਕ ਹੈ। ਔਰ ਕਿਤੇ ਇੱਦਾਂ ਨਹੀਂ ਹੈਗਾ ਵੀ ਉਹਨਾਂ ਦੀ ਇੱਜ਼ਤ ਬਣ ਜਾਂਦੀ ਆ, ਠੀਕ ਆ, ਬਸ ਉਹ ਆਪਣੇ ਆਪ ਚ ਇੱਕ ਵਹਿਮ ਪਾਲ ਕੇ ਬੈਠੇ ਹੁੰਦੇ ਵੀ ਅਸੀਂ ਪਤਵੰਤੇ। ਬਿਲਕੁਲ ਠੀਕ ਆ। ਮੈਂ ਤਾਂ ਕਈ ਸਾਲ ਪਹਿਲਾਂ ਇੱਥੇ ਅਖਬਾਰ ਚ ਖਬਰ ਲੱਗੀ ਤਾਂ ਮੈਂ ਪੁੱਛ ਲਿਆ, ਮੈਂ ਕਿਹਾ ਭਾਈ ਭੇ ਇਹ ਜਿਹੜੇ ਪਤਵੰਤੇ ਬਣਦੇ ਆ ਉਹਦੇ ਲਈ ਕਿਹਨੂੰ ਲਿਖਦੇ ਤੁਸੀਂ ਏਦਾਂ ਵੀ ਸਿੱਖ ਕਮਿਊਨਿਟੀ ਦੇ ਪਤਵੰਤੇ, ਵੀ ਜਦੋਂ ਏਦਾਂ ਹੁੰਦੀ ਆ ਵੀ ਜੀ ਇਹ ਕਬੱਡੀ ਦਾ ਮੈਚ ਆ ਜਾਂ ਗਾਉਣੇ ਵਾਲਾ ਏਦਾਂ ਲੱਗਾ ਜਾਂ ਕੋਈ ਤਾਂ ਖਬਰ ਪਾਉਂਦੇ ਸਾਡੇ ਅਖਬਾਰ ਲਿਖਣੇ ਵਾਲੇ, ਹਨਾ, ਵੀ ਫੋਟੋ ਪਾ ਤੀ ਵੀ ਇੱਥੇ ਇਹ ਗਾਉਣੇ ਵਾਲਾ ਫਲਾਨਾ ਏਦਾਂ ਸਟੇਜ ਦੇ ਉੱਤੇ ਕਰ ਰਿਹਾ ਆ, ਹਨਾ, ਵੀ ਫਲਾਨਾ ਜਿਹਨੇ ਜਿਹੜੀ ਆ ਜਿਹਨੂੰ ਹੋਸਟ ਕੀਤਾ ਆ ਉਹ ਸਟੇਜ ਤੇ ਬੋਲਦਾ ਹੋਇਆ, ਹਨਾ, ਤੇ ਇੱਕ ਫੋਟੋ ਪਾ ਤੀ ਉਹ ਵੀ ਸਰੋਤੇ ਉਹਦਾ ਠਾਠਾ ਮਾਰਦਾ ਇਕੱਠ ਉਹ ਹੋ ਗਿਆ, ਹਨਾ, ਤੇ ਇੱਕ ਪਾਸਿਓਂ ਚਾਰ ਪੰਜ ਜਣਿਆਂ ਦੀ ਏਦਾਂ ਦਸ ਕੁ ਜਣਿਆਂ ਦੀ ਮੂਹਰੇ ਫੋਟੋ ਲੈ ਕੇ ਤੇ ਉਹ ਵੀ ਕਮਿਊਨਿਟੀ ਦੇ ਪਤਵੰਤੇ ਪ੍ਰੋਗਰਾਮ ਦਾ ਆਨੰਦ ਮਾਣਦੇ ਹੋਏ, ਵੀ ਜਦੋਂ ਬਾਕੀ ਸਾਰੇ ਸਰੋਤੇ ਆ ਤੇ ਉਹ ਪਤਵੰਤੇ ਕਿੱਦਾਂ, ਮਤਲਬ ਉਹਨੇ ਖਾਸ ਕੀ ਕੀਤਾ, ਏਦਾਂ ਉਹ ਸਰਟੀਫਿਕੇਟ ਕਿੱਦਾਂ ਮਿਲਿਆ ਸਪੋਂਸਰ, ਹਾਂ ਮਤਲਬ ਜਾਣੀ ਸਪੋਂਸਰ ਹੋ ਗਿਆ, ਸਪੋਂਸਰ ਲਿਖਣਾ ਚਾਹੀਦਾ ਨਾ, ਉਹ ਪਤਵੰਤੇ ਕਿੱਦਾਂ ਬਣ ਗਏ, ਬਾਕੀਆਂ ਨਾਲੋਂ ਜ਼ਿਆਦਾ ਅਕਲਮੰਦ ਕਿੱਦਾਂ ਬਣ ਗਏ, ਬਾਕੀਆਂ ਨਾਲੋਂ ਜ਼ਿਆਦਾ ਸਿਆਣੇ ਕਿੱਦਾਂ ਬਣ ਗਏ, ਠੀਕ ਆ, ਉਹ ਚੀਜ਼ ਜਿਹੜੀ ਆ ਸਾਨੂੰ ਸਾਨੂੰ ਵਿਚਾਰਨੀ ਹੈਗੀ ਆ, ਲੋੜ ਆ ਸਾਨੂੰ, ਅਸੀਂ ਅਸੀਂ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਗੱਲ ਹੁੰਦੀ ਆ ਇੱਦਾਂ ਦੀ, ਹਾਂਜੀ, ਠੀਕ ਆ, ਉਹਦੇ ਵਿੱਚ ਜ਼ਰੂਰ ਅਸੀਂ ਆਪਣੇ ਆਪ ਨੂੰ ਬੈਲੈਂਸ ਕਰਕੇ ਇਸ ਤਰੀਕੇ ਨਾਲ ਦੇਖੀਏ। ਸਾਡੇ ਨਾਲ ਸਰੋਤੇ ਆ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, ਵਟਸਐਪ ਦੇ ਉੱਤੇ ਤੁਸੀਂ ਆਨ ਹੀ ਰਹੋ ਜੀ। ਵੀਰੇ ਮੈਂ ਆਫਲਾਈਨ ਗੱਲ ਕਰਨੀ ਤੁਹਾਡੇ ਨਾਲ, ਬਾਅਦ ਚੱਲ ਲੈਣਾ ਫੋਨ। ਕੋਈ ਨਹੀਂ ਜੀ, ਦੋ ਘੰਟੇ ਤੱਕ ਬਾਅਦ ਚ ਕਰਿਓ, ਠੀਕ ਹੈ ਜੀ। ਇੱਕ ਹੋਰ ਵੀਰ ਦਾ ਮੈਸੇਜ ਆਇਆ ਸੀਗਾ ਜੀ, ਤੇ ਉਹ ਗੱਲ ਕਰਨੀ ਚਾਹੁੰਦੇ ਸੀ, ਗੱਲ ਉਦੋਂ ਕਰਨੀ ਚਾਹੁੰਦੇ ਸੀ ਜਦੋਂ ਪਹਿਲਾਂ ਗੱਲ ਚੱਲਦੀ ਸੀ ਵੀਰ ਦੀ, ਪਰ ਹਾਂ ਸੋਰੀ ਜੀ, ਲਖਵੀਰ ਸਿੰਘ ਹੋਰਾਂ ਨਾਲ ਆਪਾਂ ਜਿਹੜੀ ਅੱਜ ਗੱਲਬਾਤ ਕਰਨੀ ਸੀ ਅਗਲੇ ਵੀਕ ਤੋਂ, ਉਹ ਜਿਹੜਾ ਮੋਹਰਲਾ ਵੀਕ ਆ, ਠੀਕ ਹੈ, ਉਦੋਂ ਤੋਂ ਉਹ ਸ਼ੁਰੂ ਕਰਨਗੇ, ਠੀਕ ਠੀਕ ਹੈ ਜੀ। ਤੇ ਆਪਾਂ ਇੱਕ ਹੋਰ ਸਰੋਤੇ, ਉਹਨਾਂ ਦਾ ਮੈਸੇਜ ਸੀਗਾ ਆਇਆ, ਉਹਨਾਂ ਨਾਲ ਗੱਲ ਕਰਕੇ ਦੇਖ ਲੈਂਦੇ ਹਾਂ ਉਹ ਗੱਲ। ਤੇ ਉਹ ਜਿਹੜੀ ਆਪਾਂ ਗੱਲ ਕਰਦੇ ਸੀ, ਬਹੁਤ ਜ਼ਰੂਰੀ ਆ ਜੀ ਸਾਨੂੰ ਇਹ ਚੀਜ਼ ਜਿਹੜੀ ਆਪਣੇ ਧਿਆਨ ਵਿੱਚ ਰੱਖੀਏ ਅਸੀਂ, ਹਾਂਜੀ, ਠੀਕ ਆ, ਵੀ ਨਹੀਂ ਤਾਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਲਈ ਨੁਕਸਾਨਦੇਹ ਹੋਣੀਆਂ, ਠੀਕ ਆ, ਵੀ ਦਿਨੋਂ ਦਿਨ ਜਿਹੜਾ ਸਾਡੇ 'ਤੇ ਭਾਰ ਆ ਹਨਾ, ਉਹ ਵੱਧਦਾ ਹੀ ਜਾ ਰਿਹਾ ਆ। ਹਰ ਬੰਦਾ ਆਪਣੇ ਏਜੰਡੇ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਚਾਹੇ ਦੂਜੀ ਧਿਰ ਹੋਵੇ, ਚਾਹੇ ਜਿਹੜਾ ਵਿਚਲਾ ਮਿਡਲਮੈਨ ਆ ਪਤਵੰਤਾ ਆ, ਉਹ ਨਹੀਂ ਉਹ ਬਣ ਕੇ ਹੀ ਉਹ ਆਉਂਦੇ ਫਿਰ, ਜਾਣੀ ਜਿਹੜੀ ਧਿਰ ਕਾਬਜੇ ਆ ਨਾ, ਹਾਂਜੀ, ਜਿਹੜੀ ਸਥਾਪਤੀ ਆ ਉਹ ਆਪਣੀ ਸਥਾਪਤੀ ਨੂੰ ਬਰਕਰਾਰ ਰੱਖਣ ਲਈ ਹਰ ਹੱਥ ਕੰਡੇ ਵਰਤਦੀ ਆ, ਠੀਕ ਆ। ਜਿਹੜੇ ਵਿਚੋਲੇ ਸਿੱਟੇ ਜਾਂਦੇ ਆ ਨਾ, ਉਹ ਵੀ ਉਹ ਹੱਥ ਕੰਡੇ ਹੀ ਆ ਉਹਨਾਂ ਦੇ, ਹਾਂ, 99% ਦੂਜੀ ਧਿਰ ਵਾਲੀ ਭੁਗਤ। ਹਾਂਜੀ, ਹੈਲੋ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਜੋ। ਮੈਂ ਵੀ ਨਾ ਜਿਹੜੀ ਆ ਗੱਲ ਚੱਲੀ ਰਹੀ ਸੀਗੀ ਆਪਣੀ ਨਵੀਂ ਟੈਕਨੋਲੋਜੀ ਵਗੈਰਾ ਉੱਤੇ, ਮੈਂ ਵੀ ਇਹਦੇ ਵਿੱਚ ਕੁਝ ਐਡ ਕਰਨਾ ਚਾਹੁੰਦਾ ਸੀ।
ਹਾਂ ਉਹ ਟੈਕਨੋਲੋਜੀ ਦਾ ਵੀ ਆਨੰਦਪੁਰ ਸਾਹਿਬ ਤੋਂ ਜਿਹੜਾ ਮਕਸਦ ਆ ਨਾ ਟੈਕਨੋਲੋਜੀ ਦਾ ਵੀ ਉਹ ਵੀ ਇਹੀ ਆ ਵੀ ਜਿਹੜੇ ਆ ਪਰੰਪਰਾਵਾਦੀ ਸਾਡੇ ਨਾ ਜਿਹੜੇ ਡੇਰਿਆਂ ਵਾਲੇ ਆ ਟਕਸਾਲਾਂ ਵਾਲੇ ਆ ਸਾਧਾਂ ਵਾਲੇ ਆ ਬਾਬਿਆਂ ਵਾਲੇ ਆ ਜਿਹੜੇ ਮਾੜੀ ਮਾੜੀ ਗੱਲ ਤੇ ਸਾਨੂੰ ਇਹ ਅੱਖਾਂ ਦਿਖਾਉਣ ਲੱਗ ਪੈਂਦੇ ਆ ਭਈ 1984 ਵਿੱਚ ਜੂਨ ਵਿੱਚ ਭਿੰਡਰਾਂ ਵਾਲੇ ਚਲੋ ਉਹ ਤਾਂ ਇੱਕ ਵੱਖਰਾ ਵਿਸ਼ਾ ਆ ਉਹਨਾਂ ਦੇ ਵਿੱਚ ਜੇ ਕੰਟਰੋਵਰਸੀ ਆ ਵੀ ਭਿੰਡਰਾਂ ਵਾਲੇ ਸ਼ਹੀਦ ਹੋਏ ਜਾਂ ਨਹੀਂ ਹੋਏ ਪਰ ਜਿਹੜੀ ਧਿਰ ਮੰਨਦੀ ਵੀ ਆ ਵੀ ਸ਼ਹੀਦ ਹੋਏ ਆ ਉਹ ਕਹਿੰਦੀ ਆ ਵੀ ਤੁਸੀਂ ਭਿੰਡਰਾਂ ਵਾਲੇ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਆ ਜਿਹੜੀ ਗੱਲ ਉਹਨੇ ਨਹੀਂ ਮੰਨੀ ਤੁਸੀਂ ਕੌਣ ਹੁੰਨੇ ਕਰਨੇ ਵਾਲੇ ਠੀਕ ਆ ਉਹਨਾਂ ਦੇ ਕਰਕੇ ਆਪਾਂ ਇਹ ਜਿਹੜੇ ਜਿਹੜਾ ਵਿਸ਼ਾ ਆ ਇਹਨੂੰ ਕੀਤਾ ਡਿਸਕ ਪਰ ਇੱਦਾਂ ਦਿਮਾਗ ਜਿਹੜਾ ਆ ਜੇ ਉਹਨੂੰ ਨਹੀਂ ਖੋਲਾਂਗੇ ਗਾਹਾਂ ਨਹੀਂ ਸੋਚਾਂਗੇ ਦੁਨੀਆਂ ਥੋੜੀ ਇੱਦਾਂ ਚੱਲਦੀ ਆ ਠੀਕ ਆ ਹਾਂਜੀ 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 ਤੇ ਮੇਰੀ ਸੀਗੀ ਗੱਲ ਇਹਦਾ ਮੈਂ ਥੋੜਾ ਹਾਲੀਵੁੱਡ ਫਿਲਮਾਂ ਵਗੈਰਾ ਦੇਖਣੇ ਦਾ ਕਾਫੀ ਸ਼ੌਕੀਨ ਹੈ ਠੀਕ ਹੈ ਜੀ ਤੇ ਪਿੱਛੇ ਜੇ ਮੈਂ ਪੂਰੀ ਅਵੈਂਜਰ ਸੀਰੀਜ਼ ਜਿਹੜੀ ਆਪਾਂ ਕਹਿੰਦੇ ਹੁੰਦੇ ਆ ਆਇਰਨ ਮੈਨ ਵਗੈਰਾ ਵਾਲੀ ਹਾਂਜੀ ਤੇ ਉਹ ਸਾਰੀ ਮੂਵੀ ਸੀਰੀਜ਼ ਦੇ ਵਿੱਚ ਮੈਂ ਦੇਖੀ ਹੈ ਹਾਂਜੀ ਤੇ ਉਹਦੇ ਵਿੱਚ ਜਦੋਂ ਆਪਾਂ ਜਿਹੜਾ ਆਪਣੀ ਡਿਵੈਲਪਮੈਂਟ ਦੀ ਗੱਲ ਦੇਖਦੇ ਆ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਸੋਚੀਆਂ ਹੋਈਆਂ ਹਾਂਜੀ ਉਹ ਅੱਜ ਦੇ ਟਾਈਮ ਦੇ ਵਿੱਚ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਹੌਲੀ ਹੌਲੀ ਸੱਚ ਹੋ ਰਹੀਆਂ ਸਾਰੀਆਂ ਕਿਸੇ ਟਾਈਮ ਉਹਨਾਂ ਨੇ ਹੁਣ ਜਿੱਦਾਂ ਉਹਦੇ ਵਿੱਚ ਇੱਕ ਕਾਫੀ ਭਾਰਾ ਬੰਦਾ ਹੈ ਜਿੱਦਾਂ ਹੁਣ ਆਪਾਂ ਜੀਨਸ ਦੀ ਗੱਲ ਕਰ ਰਹੇ ਸੀਗੇ ਵੀ ਜੀਨਸ ਟੈਕਨੋਲੋਜੀ ਚੇਂਜ ਕਰਕੇ ਬੰਦੇ ਦੀ ਪਾਵਰ ਵਧਾਈ ਜਾ ਸਕਦੀ ਉਹਨਾਂ ਨੇ ਇੱਕ ਸਮਾਜ ਨੂੰ ਜਾਂ ਲੋਕਾਂ ਨੂੰ ਇੱਕ ਆਈਡੀਆ ਦੇ ਦਿੱਤਾ ਵੀ ਤੁਸੀਂ ਆਹ ਕੋਈ ਖੇਤਰ ਦੇ ਵਿੱਚ ਵੀ ਕੰਮ ਕਰ ਸਕਦੇ ਆ ਉਹਦੇ ਵਿੱਚ ਇੱਕ ਹਲਕ ਹੁੰਦਾ ਉਹ ਬੰਦਾ ਕਾਫੀ ਵੱਡਾ ਬੀਸਟ ਦੀ ਤਰ੍ਹਾਂ ਬਣ ਜਾਂਦਾ ਹੈ ਤੇ ਉਹ ਇੱਕ ਖੇਤਰ ਦਿੱਤਾ ਸਾਨੂੰ ਵਿਕਾਸ ਕਰਨ ਵਾਸਤੇ ਦਿਮਾਗ ਦਾ ਵੀ ਜਿਹੜਾ ਕੋਈ ਇਸ ਜੀਨ ਟੈਕਨੋਲੋਜੀ ਦੇ ਵਿੱਚ ਹੈਗਾ ਹੈ ਉਹ ਇਸ ਏਰੀਏ ਦੇ ਵਿੱਚ ਵੀ ਕੰਮ ਕਰ ਸਕਦਾ ਹੈ ਤੇ ਇੱਕ ਬੰਦਾ ਉਹਦੇ ਵਿੱਚ ਹੈ ਆਇਰਨ ਮੈਨ ਤੇ ਉਹਦੇ ਵਿੱਚ ਉਹ ਟੈਕਨੋਲੋਜੀ ਹੈ ਜਿਹੜਾ ਬੰਦੇ ਕੋਲ ਸ਼ਾਰਪ ਮਾਇੰਡ ਹੈ ਕੋਈ ਜ਼ਿਆਦਾ ਕਿਸੇ ਡਿਵੈਲਪਮੈਂਟ ਦੇ ਕੰਮ ਵਿੱਚ ਕੰਮ ਕਰਦਾ ਉਹ ਆਪਣੇ ਵਾਸਤੇ ਇੱਕ ਇਸ ਤਰ੍ਹਾਂ ਦਾ ਕਵਚ ਬਣਾਉਂਦਾ ਜਿਹਦੇ ਵਿੱਚ ਹਥਿਆਰ ਵਗੈਰਾ ਜਿੱਦਾਂ ਹੁਣ ਲੈਸ ਹੈ ਥੋੜੀ ਹੋਰ ਟੈਕਨੋਲੋਜੀ ਲੈਸ ਹੈ ਇੰਟੈਲੀਜੈਂਸ ਸਿਸਟਮ ਉਹਨੇ ਬਣਾਇਆ ਹੁੰਦਾ ਹੈ ਉਹ ਕਿੰਨੇ ਉਸ ਟਾਈਮ ਦਾ ਗੂਗਲ ਦਾ ਇੰਟੈਲੀਜੈਂਸ ਸਿਸਟਮ ਵੀ ਜਿਹੜਾ ਆਪਾਂ ਕਹਿੰਦੇ ਹਾਂ ਉਹ ਵੀ ਹੈ ਨਹੀਂ ਸੀਗਾ ਇਸ ਟਾਈਮ ਉਸ ਬੰਦੇ ਨੇ ਲੋਕਾਂ ਨੂੰ ਸੋਚਣ ਲਈ ਦੱਸ ਦਿੱਤਾ ਵੀ ਹਾਂ ਇਹ ਪਰਸਨਲ ਇੰਟੈਲੀਜੈਂਸ ਸਿਸਟਮ ਵੀ ਹੋ ਸਕਦੇ ਹੈ ਹਾਂਜੀ ਤੇ ਉਹਦੇ ਵਿੱਚ ਹੀ ਅਲੱਗ ਅਲੱਗ ਜਿੱਦਾਂ ਟੀਮ ਵਰਕ ਦੀ ਤਰ੍ਹਾਂ ਦੇ ਕੰਮ ਆਉਂਦੇ ਆ ਇੱਕ ਇਸ ਤਰ੍ਹਾਂ ਦੀ ਸੀਰੀਜ਼ ਹੋਰ ਹੈ ਉਸ ਵਿੱਚ ਥੋੜੀ ਇਸ ਤਰ੍ਹਾਂ ਗੱਲ ਵੀ ਜਿੱਦਾਂ ਆਪਣਾ ਜਾਗਰੂਕ ਤੇ ਜਿੱਦਾਂ ਟਕਸਾਲੀ ਹੋ ਗਏ ਏਦਾਂ ਅਲੱਗ ਅਲੱਗ ਆਪਣੇ ਹੋ ਗਏ ਨਾ ਹਾਂਜੀ ਤੇ ਉਹਦੇ ਵਿੱਚ ਕੀ ਹੁੰਦਾ ਉਹ ਇੱਕ ਕੁਦਰਤ ਦੇ ਜਿੱਦਾਂ ਆਪਣਾ ਨਿਊਕਲੀਅਰ ਅਟੈਕ ਵਗੈਰਾ ਜਾਂ ਕੁਦਰਤ ਦੇ ਹਿਸਾਬ ਨਾਲ ਬੰਦੇ ਦੇ ਜੀਨਸ ਦੇ ਵਿੱਚ ਚੇਂਜ ਆ ਜਾਂਦੇ ਆ ਉਹ ਇੱਕ ਅਲੱਗ ਸੀਰੀਜ਼ ਦੀਆਂ ਫਿਲਮਾਂ ਦੀਆਂ ਐਕਸਮੈਨ ਤੇ ਉਹ ਬੰਦੇ ਨਾ ਜਿਹੜੇ ਜਿੱਦਾਂ ਹੁਣ ਆਪਾਂ ਕਹਿ ਲੈਂਦੇ ਆ ਵੀ ਸਾਡੇ ਵਰਗੇ ਜਿੱਦਾਂ ਹੁਣ ਆਪਾਂ ਅਪਗ੍ਰੇਡ ਹੋ ਗਏ ਆ ਸਾਨੂੰ ਕਿੰਨਾ ਕੁਛ ਝੱਲਣਾ ਪੈਂਦਾ ਕੋਈ ਕਿਧਰ ਦੇ ਕੋਈ ਕਹਿੰਦਾ ਤੁਸੀਂ ਆਹ ਹੋ ਗਏ ਗੁਰੂ ਨਿੰਦਕ ਹੈ ਉਹ ਹੋ ਗਏ ਆ ਐਸੇ ਤਰ੍ਹਾਂ ਉਸ ਬੰਦਿਆਂ ਨੇ ਫੇਸ ਕੀਤਾ ਉਹਨਾਂ ਨੂੰ ਕੁਦਰਤ ਵੱਲ ਤੇ ਕੁਛ ਜਿੱਦਾਂ ਫਿਲਮ ਦੇ ਵਿੱਚ ਹੈਲੋ ਵਟਸਐਪ ਹਾਂਜੀ ਰੀਕਨੈਕਟ ਹੋ ਰਿਹਾ ਜੀ ਹਾਂਜੀ ਹੈਲੋ ਹਾਂਜੀ ਕੁਝ ਜਿੱਦਾਂ ਸਾਡੇ ਵਰਗੇ ਲੋਕ ਜਿੱਦਾਂ ਹੁਣ ਨਵੀਂ ਸੋਚ ਰੱਖਦੇ ਆ ਹੈਲੋ ਹਾਂਜੀ 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 ਇਸ ਤਰ੍ਹਾਂ ਹੁਣ ਫਿਰ ਉਹ ਇਸ ਤਰ੍ਹਾਂ ਉਹ ਲੋਕਾਂ ਦਾ ਨਾ ਸਾਰੀ ਉਹਦੇ ਵਿੱਚ ਸਟੋਰੀ ਚ ਸ਼ੋਅ ਕੀ ਕੀਤਾ ਹੋਇਆ ਸਰਵਾਈਵ ਕਰਨਾ ਦੱਸਿਆ ਹੋਇਆ ਵੀ ਜਿੱਦਾਂ ਹੁਣ ਆਪਾਂ ਅਪਗ੍ਰੇਡ ਦੇ ਬੰਦੇ ਹੋ ਗਿਆ ਜਾਗਰੂਕ ਹੋ ਗਿਆ ਅਲੱਗ ਅਲੱਗ ਤਰ੍ਹਾਂ ਦੇ ਉਹਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਦਾ ਸਿਸਟਮ ਜਿਹਾ ਦਿਖਾਇਆ ਹੋਇਆ ਜਿੱਦਾਂ ਮੈਂ ਫਿਲਮ ਨੂੰ ਐਸ ਕੰਪੈਰੀਜ਼ਨ ਇਸ ਚੀਜ਼ ਵਿੱਚ ਮੇਰਾ ਉਸ ਫਿਲਮ ਨੂੰ ਦੇਖਣਾ ਜਦੋਂ ਮੈਂ ਫਿਲਮ ਦੇਖ ਰਿਹਾ ਸੀਗਾ ਮੈਂ ਐਸ ਦੇ ਕਰੈਕਟਰ ਉਹਨਾਂ ਨੂੰ ਥੋੜ੍ਹਾ ਪਸੰਦ ਕਰਦਾ ਹਾਂ ਪਰ ਮੇਰਾ ਜਦੋਂ ਫਿਲਮ ਦੇਖ ਰਿਹਾ ਸੀਗਾ ਨਾ
ਮੇਰਾ ਫਿਲਮ ਦਾ ਉੱਤੇ ਸਾਰਾ ਨਜ਼ਰੀਆ ਜਿਹੜਾ ਸੀ ਨਾ ਉਹ ਆਪਣੀ ਸਟੇਜ ਦੇ ਉੱਤੇ ਸੀਗਾ, ਇੱਥੇ ਫਿਲਮ ਦੇ ਵਿੱਚ ਚੱਲ ਰਿਹਾ ਸੀ, ਮੈਂ ਆਪਣਾ ਇੱਥੇ ਦਾ ਅਪਗ੍ਰੇਡ ਲੈਵਲ ਤੇ ਟਕਸਾਲੀ ਇਹਨਾਂ ਦੇ ਵਿੱਚ ਦਾ ਡਿਫਰੈਂਸ ਉੱਥੇ ਸਾਰਾ ਗੈਸ ਕਰ ਰਿਹਾ ਸੀਗਾ, ਸਾਡੇ ਨਾਲ ਵੀ ਇਸੇ ਤਰ੍ਹਾਂ ਹੋ ਰਿਹਾ ਉਹਨਾਂ ਨੂੰ ਉੱਥੇ ਨਵੇਂ ਵਿਚਾਰਾਂ ਵਾਲਿਆਂ ਨੂੰ, ਜਿੱਦਾਂ ਸਾਡਾ ਨਵੇਂ ਵਿਚਾਰ ਵਾਲੇ ਹੋ ਗਏ ਜਿੱਦਾਂ ਗੱਲ, ਉਹ ਨਵੀਂ ਤਾਕਤ ਵਾਲੇ ਸੀਗੇ, ਜਿਹੜੇ ਕੁਦਰਤ ਨੇ ਕਿਸੇ 'ਚ ਸੋਚਣ ਦੀ ਸ਼ਕਤੀ ਜ਼ਿਆਦਾ ਦਿੱਤੀ ਸੀ, ਕਿਸੇ ਵਿੱਚ ਤੇਜ਼ ਚੱਲਣ ਦੀ ਦਿੱਤੀ ਸੀ, ਇਸੇ ਤਰ੍ਹਾਂ ਉਹ ਲੋਕ ਉਹਨਾਂ ਨੂੰ ਸਮਾਜ ਵਿੱਚ ਰਹਿਣਾ ਹੀ ਨੀ ਪਸੰਦ ਕਰਦੇ ਸੀਗੇ ਵੀ ਇਹ ਰਹਿਣ, ਤੇ ਇਸੇ ਤਰ੍ਹਾਂ ਦੇ ਸਾਡੇ ਵਿਚਾਰਾਂ ਦੇ ਹਿਸਾਬ ਨਾਲ ਹੁੰਦਾ ਆ ਉਹ ਫਿਲਮ, ਜਿੱਦਾਂ ਆਪਾਂ ਹਾਲੀਵੁੱਡ ਵਗੈਰਾ ਦੇਖਦੇ ਹਾਂ ਤਾਂ ਸਾਡੇ ਵਾਲਾ ਕਿਆ ਬਣਾਉਂਦੇ ਆ, ਸਿਰਫ ਉਹ ਕਿੰਨਾ ਥਿੰਕਿੰਗ ਦੇਖ ਕੇ ਬਣਾਉਂਦੇ ਆ ਵੀ ਸਾਡੇ ਲੋਕਾਂ ਨੂੰ ਸਮਝ ਆਵੇ, ਮੈਂ ਤਾਂ ਹੋਰ ਤਾਂ ਕਈ ਗੱਲਾਂ ਉਹਨੇ ਨੋਟ ਕਰਦਾ ਹੁੰਦਾ ਫਿਲਮ ਦੇ ਵਿੱਚ, ਹਾਂਜੀ ਵੀ ਜਦੋਂ ਆਪਾਂ ਉਹ ਕਿਸੇ ਟੈਰਰਿਸਟ ਅਟੈਕ ਹੁੰਦਾ ਹੈ ਜਾਂ ਕੁਛ ਹੋਰ ਹੁੰਦਾ ਹੈ ਉਹਨਾਂ ਦੇ ਫਿਲਮ ਦਾ, ਮੈਂ ਸਮਝਦਾ ਉਹਨਾਂ ਦਾ ਮੋਟਿਵ ਹੁੰਦਾ ਹੈ ਲੋਕ ਅਵੇਅਰ ਹੋਣ, ਜਿੱਦਾਂ ਕੋਈ ਮੰਨ ਲਓ ਨਿਊਕਲੀਅਰ ਅਟੈਕ ਹੋਇਆ ਆਉਂਦੇ ਟਾਈਮ ਦੇ ਵਿੱਚ ਲੋਕ ਆਪਣੇ ਆਪ ਨੂੰ ਸਰਵਾਈਵ ਕਿਵੇਂ ਕਰਨ, ਉਹਨਾਂ ਦੇ ਵਿਸ਼ੇ ਆਹ ਹੈ, ਸਾਡੇ ਵਾਲਿਆਂ ਦੇ ਵਿਸ਼ੇ ਕੀ ਹੈ ਫਿਲਮਾਂ ਦੇ, ਨਹੀਂ ਸਾਡੇ ਫਿਲਮਾਂ ਵਾਲੇ ਤਾਂ ਜੇ ਫਿਰ ਜਿਹੜੇ ਜਿਹੜੇ ਜਿੱਥੇ ਅਸੀਂ ਖੜੇ ਹਾਂ ਸਾਡਾ ਕੀ ਆ, ਜਿਹਨੂੰ ਸਿੱਖ ਕੌਮ ਕਹਿੰਦੇ ਆ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ, ਅਕਾਲੀ ਦਲ, ਦਮਦਮੀ ਟਕਸਾਲ, ਨਾਨਕ ਸਰ ਠਾਠ, ਸਾਡੇ ਕੋਲ ਕੀ ਆ ਗਾਹਾਂ ਦੀ ਪੀੜ੍ਹੀ ਨੂੰ ਦੇਣ ਲਈ, ਬੱਚਿਆਂ ਨੂੰ ਦੇਣ ਲਈ ਕੀ ਆ ਸਾਡੇ ਕੋਲ, ਅਸੀਂ ਤਾਂ ਉਹਨਾਂ ਦਾ ਵਿਕਾਸ ਜਿਹੜਾ ਆਪਣੇ ਆਪ ਹੋ ਰਿਹਾ ਉਹ ਵੀ ਰੋਕੀ ਜਾਂਦੇ। ਹਾਂਜੀ ਹਾਂਜੀ ਤੇ ਇੱਕ ਲੋਕਾਂ ਨੂੰ ਨਾ ਫਰਸਟ੍ਰੇਸ਼ਨ ਜੀ ਬਹੁਤ ਹੈ ਨਵੀਂ ਸੋਚ ਦੇ, ਜਿੱਦਾਂ ਨਾ ਤੰਗ ਹੋ ਜਾਂਦਾ ਨਵੀਂ ਗੱਲ ਆਪਾਂ ਜਿੱਦਾਂ ਸ਼ੇਅਰ ਕਰਦੇ ਹਾਂ ਫੇਸਬੁੱਕ ਤੇ ਵਟਸਐਪ ਤੇ, ਮੇਰੇ ਨਾਲ ਤਾਂ ਨਾ ਪਰਸਨਲ ਐਕਸਪੀਰੀਅੰਸ ਹੋਇਆ ਹੈ, ਮੇਰੇ ਨਾਲ ਕੰਪਨੀ ਚ ਬੰਦਾ ਕਰਦਾ ਉਹ ਥੋੜਾ ਟਕਸਾਲੀ ਵਿਚਾਰ ਰੱਖਦਾ, ਉਹ ਮੇਰੇ ਨਾਲ ਚੱਜ ਨਾਲ ਪੋਲੇ ਤੇ ਹਟ ਗਿਆ ਜਿੱਦਾਂ ਦੇ ਮੈਂ ਦੋ ਚਾਰ ਸਟੇਟਸ ਤੁਹਾਡੇ ਵਾਲੇ ਆਪਣੇ ਵਟਸਐਪ ਤੇ ਸ਼ੇਅਰ ਕੀਤੇ ਜਾਂ ਉਹਦੇ ਉੱਤੇ, ਉਹ ਬੋਲਣੇ ਤੇ ਹਟ ਗਿਆ, ਉਹ ਇਹਦਾ ਘੂਰੀਏ ਜੀ ਵੱਟੀ ਜਾਂਦਾ ਦੇਖ ਦੇਖ ਕੇ, ਨਾ ਕਰੋ ਸ਼ੇਅਰ ਨਾ ਕਰਿਆ ਕਰੋ, ਕੋਈ ਗੱਲ ਨੀ ਤੁਸੀਂ ਅਜੇ ਰੁਕ ਜਾਓ, ਅਜੇ ਪ੍ਰਭੂ ਕਾਹਨੂੰ ਗੁੱਸੇ ਕਰਦੇ ਆ ਆਲੇ ਦੁਆਲੇ ਨੂੰ, ਉਹ ਨਾ ਕਾਫੀ ਫਰਸਟ੍ਰੇਟਡ ਜਿਹਾ ਹੋ ਜਾਂਦਾ ਮੇਰੇ ਤੋਂ, ਫਿਰ ਦੇਖ ਕੇ ਮੈਂ ਉਹਦਾ ਕੋਈ ਪਰਸਨਲ ਆਪਣਾ ਉਹ ਨਹੀਂ ਕਰਦਾ, ਮੈਂ ਤਾਂ ਸਿਰਫ ਆਪਣੇ ਬੋਲ ਤੇ ਹੀ ਹੈ, ਨਹੀਂ ਨਹੀਂ ਉਹ ਜਿੱਦਾਂ ਹੁਣ ਉਹ ਬਾਬਿਆਂ ਬੂਬਿਆਂ ਵਾਲਾ ਹੈ ਕਹਿੰਦਾ ਸੰਤਾਂ ਮਹਾਂਪੁਰਸ਼ਾਂ ਦੇ ਬਚਨ ਹੈ ਉਹ ਕੌਣ ਟਾਲ ਸਕਦਾ, ਏਦਾਂ ਦੀ ਸੋਚ ਵਾਲੇ ਬੰਦੇ ਹੈ, ਉਹ ਠੀਕ ਆ ਪਰ ਭਰਾਵਾ ਜਦੋਂ ਗੁੱਸੇ ਹੁੰਦੇ ਆ ਨਾ ਉਹ ਤੇ ਬਹੁਤ ਖਰਾਬੀ ਕਰਦੇ, ਪਤਾ ਨੀ ਹੁੰਦਾ ਕੀ ਕਰਨਾ, ਉਹ ਨੀ ਸਾਨੂੰ ਇੱਥੇ ਕੋਈ ਸਮਝ ਨੀ ਆ ਰਹੀ ਵੀ ਗੁੱਸਾ ਹੋ ਕੇ ਕੀ ਕਰਦੇ ਆ, ਗੁੱਸੇ ਹੁੰਦੇ ਬਹੁਤ ਆ ਨਾ ਏਦਾਂ ਅਜੀਬ ਜਿਹਾ ਤਰੀਕੇ ਨਾਲ ਗੁੱਸੇ ਹੁੰਦੇ, ਇਸ ਕਰਕੇ ਨਾ ਗੁੱਸੇ ਨਾ ਸ਼ੇਅਰ ਕਰਿਆ ਕਰੋ ਕੋਈ ਗੱਲ ਨੀ, ਠੀਕ ਆ, ਥੈਂਕ ਯੂ ਜੀ, ਕਿਉਂ ਟਾਈਮ ਲੱਗ ਜਾਊਗਾ ਪਰ ਉਹ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ ਤੁਸੀਂ ਦੇਖ ਲਿਓ, ਨਹੀਂ ਤਾਂ ਉੱਦਾਂ ਇਹਨਾਂ ਮੁਲਕਾਂ ਵਿੱਚ ਜੇ ਦੇਖੀਏ ਜੇ ਬੱਚੇ ਸਮੇਂ ਦੇ ਹਾਣੀ ਨਹੀਂ ਹੋਣਗੇ ਹਨਾ, ਜਿਹੜੀ ਵੀ ਵਿਆਖਿਆ ਕਰਨਗੇ, ਹੁਣ ਸਾਨੂੰ ਪਤਾ ਹੈ ਵੀ ਜਿਹਨਾਂ ਦਿਨਾਂ 'ਚ ਅਸੀਂ ਇੱਦਾਂ ਇਹ 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 ਦਲੀਲਾਂ ਜਦੋਂ ਨਵਾਂ ਨਵਾਂ ਧਰਮ ਇੱਦਾਂ ਜਿਹੜਾ ਅਡੋਪਟ ਕੀਤਾ ਵੀ ਬਣੇ ਹਾਂ ਧਾਰਮਿਕ ਅਸੀਂ ਹਨਾ, ਉਦੋਂ ਜਿਹੜੇ ਲੌਜਿਕ ਦਿੰਦੇ ਸੀ ਅਸੀਂ ਆਲੇ ਦੁਆਲੇ ਕੰਮ ਦੇ ਉੱਤੇ ਹੋਰ ਇੱਦਾਂ ਜਿਹੜੇ ਸਰਕਲ ਵਾਲੇ ਸੀ ਬੰਦੇ ਜਿਹੜੇ ਸਾਡੇ ਪੰਜਾਬੀ ਨੀ ਬਾਹਰਲੇ, ਉਹਨਾਂ ਨੂੰ ਉਹਨਾਂ ਬਾਰੇ ਸੋਚ ਸੋਚ ਕੇ ਹੁਣ ਸ਼ਰਮ ਆਉਂਦੀ ਆ ਆਪਣੇ ਆਪ ਚ, ਠੀਕ ਆ ਵੀ ਕੀ ਸੀਗਾ ਉਦੋਂ ਕੀ ਕਹਿੰਦੇ ਸੀ ਅਸੀਂ, ਕੀ ਗੱਲਾਂ ਸੀਗੀਆਂ, ਕੀ ਆਧਾਰ ਸੀ ਸਾਡੇ ਕੋਲ, ਹੁਣ ਉਹਦੇ ਨਾਲ ਕਿੰਨੇ ਪਛੜ ਜਾਣਾ ਸੀ ਅਸੀਂ ਜੇ ਉਹਨੂੰ ਫੜੀ ਰੱਖ ਦਿੱਤਾ,
ਕਿਤੇ ਵੀ ਕਿਤੇ ਵੀ ਜਦੋਂ ਨਾ ਅਸੀਂ ਇੱਦਾਂ ਜਿਹੜਾ ਇਤਿਹਾਸ ਆ ਉਹਦੇ ਤੇ ਤਾਂ ਹੀ ਉਂਗਲੀ ਉੱਠਦੀ ਆ ਵਾਰ ਵਾਰ ਵੀ ਇਤਿਹਾਸ ਦੇ ਵਿੱਚੋਂ ਸਾਨੂੰ ਨੀ ਕੁਛ ਇੱਦਾਂ ਦਾ ਮਿਲਿਆ ਠੀਕ ਹੈ ਜਿਹੜਾ ਗੁਰਬਾਣੀ ਦੀ ਕਸਪੱਟੀ ਤੇ ਪੂਰਾ ਉਤਰਦਾ ਹੋਵੇ। ਬਿਲਕੁਲ ਹੁਣ ਗੁਰਬਾਣੀ ਤੇ ਵੀ ਗੁਰਬਾਣੀ ਤੇ ਗੱਲ ਆ ਜਾਣੀ ਆ ਤੁਹਾਡੀ ਵਿਆਖਿਆ ਦੇ ਉੱਤੇ। ਬਿਲਕੁਲ ਠੀਕ ਆ ਜਿਨ ਜਿਨ ਪੰਗਾ ਤਾਂ ਮੁੜ ਮੁੜ ਕੇ ਉੱਥੇ ਪਈ ਜਾਣਾ ਨਾ ਵੀ ਗੁਰੂ ਦੇ ਉੱਤੇ ਗੁਰੂ ਸ਼ਬਦ ਆ ਜਿਹੜਾ ਜਦੋਂ ਸਵਰਗ ਨਰਕ ਆ ਗਿਆ ਜਦੋਂ ਉਹ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਕਿੱਥੇ ਆ। ਰਾਈਟ ਆ ਵਿਆਖਿਆ ਤੁਸੀਂ ਗੱਲ ਕਰਦੇ ਸੀਗੇ ਬੰਤਾ ਸਿੰਘ ਆਇਆ ਨਾ ਤਿੰਨ ਤਿੰਨ ਕਥਾ ਸੁਣੀਆਂ ਨੇ ਇਹਦੀਆਂ ਮੈਂ ਘੰਟੇ ਘੰਟੇ ਦੀਆਂ ਤੇ ਮਤਲਬ ਅਸੀਂ ਕਹਿੰਦੇ ਚਲੋ ਵਿਰੋਧੀ ਵਿਚਾਰ ਵਾਲਾ ਮਤਲਬ ਕੋਈ ਇੱਕ ਅੱਧਾ ਸੈਂਟੈਂਸ ਤੇ ਬੋਲਦਾ ਬੰਦਾ ਨਾ ਚਲੋ ਕੰਮ ਦਾ ਕੋਈ ਬੋਲਦਾ ਹਾਂ ਚੰਗਾ ਕੰਮ ਕਰਨਾ ਚਾਹੀਦਾ ਜੀ ਤੁਹਾਨੂੰ ਕੁਛ ਇੱਦਾਂ ਦਾ ਚਲੋ ਕਹਿੰਦੇ ਇੱਕ ਅੱਧਾ ਸੈਂਟੈਂਸ ਉਹਦੀ ਪੂਰੀ ਦੀ ਪੂਰੀ ਕਥਾ ਇੱਕ ਵੀ ਸੈਂਟੈਂਸ ਐਸਾ ਨਹੀਂ ਹੈਗਾ ਜਿਹੜਾ ਮਤਲਬ ਕਿਸੇ ਦੇ ਕੰਮ ਆਉਣ ਵਾਲਾ ਹੋਏ ਜਿਹੜਾ ਸਮਾਜ ਦੇ ਵਿਕਾਸ ਵਾਲਾ ਸਮਾਜ ਦੇ ਵਿਕਾਸ ਵਾਲਾ ਇੱਕ ਸੈਂਟੈਂਸ ਨਹੀਂ ਹੈਗਾ ਪਤਾ ਨਹੀਂ ਕਿਹੜੇ ਜ਼ਮਾਨੇ ਕਿਹੜੇ ਆਪਣੇ ਸਪੇਸ ਦੀਆਂ ਗੱਲਾਂ ਕਰੀ ਜਾਂਦੇ ਨੇ ਪਤਾ ਨਹੀਂ ਕਿੱਦਾਂ ਦੇ ਉੱਥੇ ਦੇ ਉੱਥੇ ਹੀ ਖੜੇ ਨੇ ਜਿੱਥੋਂ ਕੱਢਿਆ ਸੀ ਤਾਂ ਹੀ ਤਾਂ ਹੋ ਨਹੀਂ ਵਿਕਾਸ ਤਾਂ ਹੀ ਰੁਕਿਆ ਨਾ ਸਾਡਾ ਠੀਕ ਹੈ ਸਾਡੇ ਨਾਲ ਸਰੋਤੇ ਆ ਜੀ ਇੱਕ ਹਾਂ ਸਵਾਗਤ ਹੈ ਜੀ ਤੁਹਾਡਾ ਹੈਲੋ ਜੀ ਹੈਲੋ ਜੀ ਆਉਣੇ ਰਹੋ ਜੀ ਤੁਸੀਂ ਹੈਲੋ ਹਾਂਜੀ ਹਾਂਜੀ ਤੁਸੀਂ ਆਉਣੇ ਰਹੋ ਜੀ ਹੈਲੋ ਹਾਂਜੀ ਹਾਂਜੀ ਤੁਸੀਂ ਆਉਣੇ ਰਹੋ ਜੀ ਤੁਹਾਡੇ ਪਿੱਛੇ ਆਵਾਜ਼ ਆਈ ਜਾ ਰਹੀ ਆ ਤੇ ਫੋਨ ਕੱਟਿਆ ਗਿਆ ਹੁਣ ਪਤਾ ਨਹੀਂ ਜੀ ਉਹ ਫੇਰ ਆ ਗਿਆ ਇੱਕ ਵਾਰੀ ਫੇਰ ਦੇਖ ਲੈਣੇ ਟਰਾਈ ਕਰਕੇ ਹਾਂਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਇੱਕ ਵਾਰ ਜੀ ਹਾਂਜੀ ਬਹੁਤ ਵਧੀਆ ਜੀ ਹੈਲੋ ਗੁਰਨਾਮ ਸਿੰਘ ਅੰਬਾਲੇ ਤੋਂ ਬੋਲ ਰਿਹਾ ਸੀ ਹਾਂਜੀ ਹਾਂਜੀ ਸੁਣਾਓ ਜੀ ਕੀ ਹਾਲ ਸੁਣਾਉਣਾ ਤੇ ਸੁਣ ਹੀ ਰਹੇ ਜੀ ਸੁਣਨ ਚ ਮਜ਼ਾ ਜ਼ਿਆਦਾ ਆਉਂਦਾ ਸੁਣਾਉਣ ਦਾ ਕੀ ਹੈ ਬਸ ਅੱਜ ਟਾਈਮ ਜਿਹਾ ਮੇਰਾ ਵੀ ਮਨ ਕੀਤਾ ਗੱਲ ਕਰਾਂ ਸਰੋਤਿਆਂ ਨਾਲ ਥੋੜੀ ਜੀ ਹਾਂਜੀ ਹਾਂਜੀ ਟੈਕਨੋਲੋਜੀ ਦੀ ਗੱਲ ਚੱਲ ਰਹੀ ਸੀਗੀ ਸਾਰੀ ਟੈਕਨੋਲੋਜੀ ਆਪਣੀ ਜਗ੍ਹਾ ਆਪਾਂ ਤੇ ਜਿਹੜੇ ਦੋ ਤਿੰਨ ਮਹੀਨੇ ਤੋਂ ਜਿਹੜਾ ਸਾਰਾ ਕੁਛ ਲੇਟੈਸਟ ਇੰਸਟੈਂਟ ਜਾਂ ਨਿਊਜ਼ੀਲੈਂਡ ਚ ਹੋ ਰਿਹਾ ਜਾਂ ਭਾਈ ਰਣਜੀਤ ਸਿੰਘ ਜੀ ਹੋਰਾਂ ਨਾਲ ਸਾਰਾ ਕੁਛ ਹੋ ਰਿਹਾ ਅਸੀਂ ਦੇਖ ਰਹੇ ਹਾਂ ਛੇ ਗੋਲੀਆਂ ਵਾਲਾ ਵੀ ਤੇ ਭੋਮਾ ਜੀ ਵੀ ਵਿਚੋਲਾ ਕਰਨ ਲਈ ਤਿਆਰੀ ਕਰੀ ਬੈਠੇ ਆ ਮੈਂ ਤਾਂ ਇੱਕ ਛੋਟੀ ਜਿਹੀ ਗੱਲਬਾਤ ਕਰਨੀ ਚਾਹੁੰਦਾ ਹਾਂ ਸਰੋਤਿਆਂ ਨਾਲ ਕਿ ਅਸੀਂ ਪਹਿਲੇ ਆਪਣੇ ਆਪ ਦੇਖੀ ਕਿ ਜੇ ਅਸੀਂ ਰੇਡੀਓ ਸੁਣ ਰਹੇ ਹਾਂ ਜਾਂ ਭਾਈ ਰਣਜੀਤ ਸਿੰਘ ਜੀ ਨੂੰ ਸੁਣ ਰਹੇ ਹਾਂ ਸਾਡੀ ਪਰਸਨਲ ਲਾਈਫ ਚ ਕੁਛ ਫਰਕ ਪੈ ਰਿਹਾ ਜਾਂ ਸਾਡੀ ਪਰਸਨਲ ਧਾਰਮਿਕ ਲਾਈਫ ਚ ਕੁਛ ਫਰਕ ਪੈ ਰਿਹਾ ਫਿਰ ਤਾਂ ਠੀਕ ਆ ਇਹ ਇਹਨਾਂ ਦਾ ਜਿਹੜਾ ਦੁੱਖ ਆ ਉਹ ਇਹ ਨਹੀਂ ਆ ਕਿ ਭਾਈ ਰਣਜੀਤ ਸਿੰਘ ਜੀ ਗਲਤ ਕਹਿੰਦੇ ਆ ਜਾਂ ਭਾਈ ਹਰਨੇਕ ਸਿੰਘ ਕਿਸੇ ਨੂੰ ਗਲਤ ਕਹਿੰਦਾ ਆ ਦੁੱਖ ਇਹ ਆ ਕਿ ਜਦੋਂ ਤੁਹਾਨੂੰ ਇੱਕ ਹਰ ਬੰਦੇ ਦੀ ਨਾ ਇੱਕ ਸੋਚ ਹੁੰਦੀ ਕਿ ਯਾਰ ਮੈਂ ਚੰਗਾ ਲੱਗਾ ਸਾਰਿਆਂ ਨੂੰ ਆਪਾਂ ਉਦੋਂ ਗੱਲ ਵੀ ਕੀਤੀ ਸੀ ਤੁਸੀਂ ਕਿ ਜੇ ਆਪਾਂ ਚੰਗੇ ਲੱਗਣਾ ਬਣਦੇ ਹਾਂ ਤੇ ਕੋਈ ਚੰਗਾਈ ਵੀ ਕਰੀਏ ਨਾ ਚੰਗੇ ਗੁਣ ਵੀ ਹੋਣ ਹਾਂਜੀ ਉਹ ਜਿਹੜੀ ਸੋਚ ਹੈ ਨਾ ਉਹ ਸਾਨੂੰ ਕਿਤੇ ਨਾ ਕਿਤੇ ਤੰਗ ਕਰ ਰਹੀ ਸਾਰਿਆਂ ਨੂੰ ਕਿ ਯਾਰ ਮੇਰੇ ਤੋਂ ਚੰਗਾ ਕਿਉਂ ਮੇਰੇ ਤੋਂ ਜ਼ਿਆਦਾ ਲੋਕ ਇਹਨੂੰ ਕਿਉਂ ਸੁਣਨ ਲੱਗ ਪਏ ਹੁਣ ਮੈਂ ਪਰਸਨਲ ਲਾਈਫ ਦੀ ਗੱਲ ਤਾਂ ਕੀਤੀ ਅਸੀਂ ਫੀਲਡ ਚ ਕੰਮ ਕਰਦੇ ਹਾਂ ਹਾਂਜੀ ਜੋਬ ਕਰਦੇ ਹਾਂ ਕੋਈ ਆਪਣਾ ਕੰਮ ਕਰਦੇ ਹਾਂ ਮੈਂ ਜਿੱਦਾਂ ਮਾਰਕੀਟਿੰਗ ਦਾ ਕੰਮ ਕਰਦਾ ਹਾਂ ਹਾਂਜੀ ਅੱਜ ਤੋਂ ਸਾਲ ਪਹਿਲਾਂ ਸਟੇਟਸ ਮੇਰਾ ਕੁਛ ਹੋਰ ਸੀਗਾ ਅੱਜ ਸਾਲ ਬਾਅਦ ਜਦੋਂ ਮੇਰਾ ਸਟੇਟਸ ਕੰਪਨੀ ਨੇ ਵਧਾਇਆ ਮੇਰਾ ਕੰਮ ਦੇਖ ਕੇ ਮੇਰਾ ਫੀਲਡ ਦਾ ਦਾਇਰਾ ਵਧਿਆ ਇੱਕ ਦੋ ਟਰੈਕਟਰੀ ਚੋਂ ਨਿਕਲ ਕੇ ਮੈਨੂੰ ਇੱਕ ਵੱਡੀ ਟਰੈਕਟਰੀ ਮਿਲੀ ਤੇ ਸ਼ੌਂਕ ਵੀ ਵਧਿਆ ਸ਼ੌਂਕ ਨਾਲ ਕੰਮ ਕੀਤਾ ਇਹ ਨੀ ਸੀਗਾ ਕਿਸੇ ਨੂੰ ਚੜਾਉਣਾ ਆ ਆਪਣੇ ਆਪਣੇ ਲਈ ਕੀਤਾ ਕਿ ਮੈਂ ਅੱਗੇ ਵਧਣਾ ਆ ਜੇ ਮੈਂ ਹੁਣ ਇੱਕ ਸਟੈਪ ਅੱਗੇ ਵਧਿਆ ਮੈਂ ਦੋ ਸਟੈਪ ਹੋਰ ਅੱਗੇ ਵਧਣਾ ਆ ਲੇਕਿਨ ਉਹਦਾ ਰਿਜ਼ਲਟ ਕੀ ਨਿਕਲਦਾ ਜਿਹੜਾ ਤੁਹਾਡਾ ਆਲਾ ਦੁਆਲਾ ਆ ਜਿਹੜਾ ਤੁਹਾਨੂੰ ਨਜ਼ਰ ਨੀ ਆ ਰਿਹਾ ਹੁੰਦਾ ਕਿਤੇ ਨਾ ਕਿਤੇ ਜਿਹੜਾ ਤੁਹਾਡੇ ਤੋਂ ਜਲਸੀ ਕਰਕੇ ਬੈਠੇ ਹੁੰਦੇ
ਜਿਨ੍ਹਾਂ ਨੇ ਸੋਚਿਆ ਹੁੰਦਾ ਯਾਰ ਸਾਡੇ ਤੋਂ ਵਧੀਆ ਕੰਮ ਕਰਨ ਵਾਲਾ ਤੇ ਮਿਲਣਾ ਹੀ ਨਹੀਂ ਸੀ ਕੰਪਨੀ ਨੂੰ, ਤੇ ਬੋਸ ਨੇ ਤੁਹਾਡੀ ਮੀਟਿੰਗ ਦੇ ਵਿੱਚ ਇੱਕ ਤਾਰੀਫ ਕਰਤੀ, ਉਹ ਜਿਹੜੀ ਬੋਸ ਦੀ ਤਾਰੀਫ ਕੀਤੀ ਉਹ ਤੁਹਾਡੇ ਲਈ ਜੀ ਦਾ ਜੰਜਾਲ ਬਣ ਗਈ। ਫਿਰ ਉਹਨੇ ਤੁਹਾਨੂੰ ਸੋਚਿਆ ਇਹਨੂੰ ਰੋਕਣਾ ਕਿੱਦਾਂ ਹੁਣ, ਤੇ ਕਿੱਥੇ ਰੋਕਣਾ ਇਹਨੂੰ। ਵਿੱਚ ਬੜੀ ਹਾਸੇ ਵਾਲੀ ਗੱਲ ਆਉਂਦੀ ਕਿ ਉਹ ਲੋਕਾਂ ਦੀਆਂ ਮਨੋਤਾਂ ਨਾ, ਮੈਂ ਨਾ ਤਾਂ ਟਕਸਾਲੀਆਂ ਦੀ ਗੱਲ ਕਰਾਂ ਤਾਂ ਮੈਂ ਇੱਕ ਬਿਜ਼ਨਸ ਦੇ ਉੱਤੇ ਇੱਕ ਜੋਬ ਦੇ ਉੱਤੇ ਗੱਲ ਕਰ ਰਿਹਾ, ਉਹ ਮਨੋਤਾਂ ਉਹਨਾਂ ਦੀਆਂ ਸੇਮ ਆ ਕਿ ਪਹਿਲਾਂ ਤਾਂ ਇਹਨੂੰ ਬਦਨਾਮ ਕੀਤਾ ਜਾਏ, ਇਹਨੂੰ ਲੋਕਾਂ ਦੇ ਵਿੱਚ ਕਿਸੇ ਤਰੀਕੇ ਬਦਨਾਮ ਕੀਤਾ ਜਾਏ ਕਿ ਜਿਹੜੇ ਲੋਕ ਇਹਦੇ ਨਾਲ ਜੁੜ ਰਹੇ ਉਹ ਕਿੱਦਾਂ ਰੁਕਣ, ਉਹ ਫਿਰ ਕਈ ਤਰ੍ਹਾਂ ਦੀਆਂ ਕਮੀਨੀਆਂ ਹਰਕਤਾਂ ਕਰਦੇ। ਹੁਣ ਇੱਕ ਚੀਜ਼ ਦੀ ਕੋਮਨ ਸੈਂਸ ਹੋਰ ਵੱਧ ਗਈ ਵੀਰ ਜੀ, ਕਿ ਇੱਕ ਬੰਦਾ ਕਦੀ ਵੀ ਫੋਨ ਨਹੀਂ ਕਰਦਾ ਮਹੀਨਾ ਪੂਰਾ, ਇੱਕ ਟਾਈਮਿੰਗ ਏਦਾਂ ਦੀ ਹੁੰਦੀ ਉਹਦਾ ਫੋਨ ਆ ਜਾਂਦਾ, ਤੁਸੀਂ ਸੁਣ ਲੈਣੇ ਉਹ ਪੁੱਛਦਾ ਜਾਂਦਾ ਤੁਸੀਂ ਬੋਲਦੇ ਜਾਂਦੇ ਆ, ਉਹਦਾ ਰਿਜ਼ਲਟ ਤੀਜੇ ਦਿਨ ਪਤਾ ਲੱਗਦਾ ਆ ਕੀ ਹੋ ਗਿਆ, ਇਹ ਤਾਂ ਮੇਰੇ ਤੋਂ ਘੁਆ ਗਿਆ ਬੜਾ ਕੁਛ। ਜਦੋਂ ਸਮਝ ਆਈ ਤੁਸੀਂ ਅਲਰਟ ਹੋ ਗਏ, ਫਿਰ ਜਦੋਂ ਫੋਨ ਆਉਂਦਾ ਨਾ ਦੁਬਾਰਾ ਤੇ ਉਹਦੇ ਮਨ ਚ ਤਾਂ ਉਹੀ ਫਿਕਰ ਬਣੀ, ਉਹੀ ਓ ਚੀਜ਼ ਬਣੀ ਹੈ ਕਿ ਮੈਂ ਤਾਂ ਪਹਿਲਾਂ ਵੀ ਇਹਦੇ ਕੋਲ ਬਕਾ ਲਿਆ ਸੀਗਾ, ਹੁਣ ਵੀ ਇਹਦੇ ਕੋਲ ਬੁਲਵਾ ਲੈਣਾ ਬੜਾ ਕੁਛ, ਮੈਂ ਤਾਂ ਮਿੱਠਾ ਬਣ ਗਏ। ਲੇਕਿਨ ਜਦੋਂ ਤੁਹਾਨੂੰ ਅਪਗ੍ਰੇਡੇਸ਼ਨ ਜਾਂ ਤੁਹਾਡੇ ਦਿਮਾਗ ਦਾ ਤੁਹਾਡੀ ਜੋਬ ਖਤਰੇ ਚ ਪੈਂਦੀ, ਤੁਹਾਨੂੰ ਨਜ਼ਰ ਆ ਗਿਆ ਯਾਰ ਇਹ ਬੰਦੇ ਨੇ ਮੇਰਾ ਤੋਂ ਪੁੱਛ ਕੇ ਮੇਰਾ ਨੁਕਸਾਨ ਕੀਤਾ, ਠੀਕ ਹੈ ਜੀ, ਤੁਸੀਂ ਨਾਲ ਦੀ ਨਾਲ ਜਦੋਂ ਉਹਦਾ ਨੰਬਰ ਫਲੈਸ਼ ਹੁੰਦਾ ਨਾ ਉਹਦੀ ਉਹਦੀ ਬੈਲ ਵੱਜਦੀ, ਜਦੋਂ ਤੁਸੀਂ ਨਾਲ ਹੀ ਮਾਈਂਡ ਦੀ ਘੰਟੀ ਵੱਜ ਜਾਂਦੀ ਵੀ ਇਹ ਬੰਦੇ ਨੇ ਫੋਨ ਕਿਉਂ ਕੀਤਾ, ਕੋਈ ਕਾਰਨ ਹੋਊਗਾ, ਇਹ ਅੱਜ ਵੀ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦਾ ਹੋਊਗਾ ਮੇਰੀ ਪਰਸਨਲੀ, ਤੇ ਹੁਣ ਇਹਦੇ ਨਾਲ ਗੱਲ ਕਰਨੀ ਆਰਾਮ ਨਾਲ, ਇਹਦੀ ਸੁਣਨੀ ਵੱਧ ਆ ਬੋਲਣਾ ਘੱਟ ਆ। ਆ ਵਿਕਾਸ ਜਿਹੜਾ ਆ ਰੇਡੀਓ ਵਿਰਸਾ ਸੁਣ ਕੇ ਸਾਡੀ ਪਰਸਨਲ ਲਾਈਫ ਚ ਆਇਆ ਹੋਣਾ ਚਾਹੀਦਾ ਜੀ, ਬੰਦੇ ਫੋਨ ਕਰਨ ਨੂੰ ਹਟ ਗਏ, ਉਹ ਬੰਦੇ ਹੁਣ ਫੋਨ ਕਰਨ ਨੂੰ ਹਟ ਗਏ ਕਿਉਂਕਿ ਦੋ ਠੋਕਵੇਂ ਜਵਾਬ ਮਿਲੇ ਉਹਨੂੰ, ਸਿੱਧਾ ਹੀ ਕੀ ਹਾਲ ਚਾਲ ਹੈ ਜੀ, ਹੋਰ ਜੀ ਕਿੱਥੇ ਹੋ ਜੀ, ਉਹਨੂੰ ਇੱਕੋ ਗੱਲ ਕਹੀ ਜੀ ਭਾਈ ਤੈਨੂੰ ਕੰਮ ਕੀ ਆ ਤੂੰ ਆਪਣੀ ਗੱਲ ਕਰ, ਉਹ ਇੰਨੀ ਗੱਲ ਚ ਫਿਰ ਉਹ ਲਾ ਵੀਰ ਤੂੰ ਤਾਂ ਗੁੱਸਾ ਹੀ ਕਰ ਗਿਆ, ਮੈਂ ਕਿਹਾ ਭਾਈ ਗੁੱਸਾ ਨੀ ਕੀਤਾ ਤੈਨੂੰ ਜੋ ਕੰਮ ਹੈ ਤੂੰ ਗੱਲ ਕਰ, ਮੈਂ ਦੱਸਣਾ ਹੋਊਗਾ ਤੈਨੂੰ ਦੱਸ ਦੂਗਾ ਨਹੀਂ ਦੱਸਣਾ ਨਹੀਂ ਦੱਸੂਗਾ। ਹੈਲੋ ਹਾਂਜੀ ਹਾਂਜੀ ਨਹੀਂ ਹੈਲੋ ਬਸ ਕਲੀਅਰ ਕਲੀਅਰ ਹੋ ਰਿਹਾ, ਬਸ ਬਸ ਇਹ ਚੀਜ਼ਾਂ ਜਿਹੜੀਆਂ ਤੰਗ ਕਰ ਰਹੀਆਂ ਸਾਰਿਆਂ ਨੂੰ, ਇਕੱਲੇ ਧਾਰਮਿਕ ਖੇਤਰ ਚ ਨਹੀਂ ਤੁਹਾਡੇ ਆਲੇ ਦੁਆਲੇ ਵੀ ਹੈ ਜਿੱਥੇ ਤੁਸੀਂ ਰਹਿੰਦੇ ਆ, ਇਹ ਚੀਜ਼ ਦਾ ਜਿਹੜਾ ਹੁਣ ਇਹਨਾਂ ਨੇ ਸੋਚਿਆ ਵੀ ਯਾਰ ਇਹਨੂੰ ਤਾਂ ਇੱਦਾਂ ਕਰ ਦਈਏ ਹਰਨੇਕ ਸਿੰਘਰਾਂ ਦਾ, ਜਦੋਂ ਇਹਨਾਂ ਨੇ ਮੀਟਿੰਗ ਕੀਤੀ ਨਾ ਜਦੋਂ ਮਹਾਰਾਜ ਦਾ ਸਰੂਪ ਲੈ ਕੇ ਗਏ ਇੱਥੋਂ, ਉਹ ਮੈਂ ਲਾਈਵ ਦੇਖ ਰਿਹਾ ਸੀ ਦਲਜੀਤ ਸਿੰਘ ਮੇਰਾ ਗੱਲ, ਉਹਨੇ ਮਾਈਕ ਫੜ ਲਿਆ ਕਹਿੰਦਾ ਹੁਣ ਆਪਾਂ ਲਾਈਵ ਬੰਦ ਕਰ ਦਈਏ, ਆਪਾਂ ਕੁਛ ਪਰਸਨਲ ਵਿਚਾਰਾ ਕਰਨੀ ਆ, ਉਹ ਪਰਸਨਲ ਵਿਚਾਰ ਵੀਰ ਜੀ ਬਲੀਵ ਕਰੋਗੇ ਪੂਰੀ ਰਾਤ ਨੀਂਦ ਨੀ ਆਈ, ਮੈਂ ਦੇਖਦਾ ਰਿਹਾ ਜਦੋਂ ਆ ਵੀਡੀਓ ਆ ਗਈ ਮਹਾਰਾਜ ਦੇ ਸਰੂਪ ਲੈ ਗਏ, ਮੈਂ ਬਾਈ ਗੁੱਡ ਵੀਰ ਜੀ ਪੂਰੀ ਰਾਤ ਸੋਚਦਾ ਮੈਂ ਹੁਣ ਵੀ ਹਰਨੇਕ ਸਿੰਘ ਬੋਲੂਗਾ ਹੁਣ ਵੀ ਹਰਨੇਕ ਸਿੰਘ ਆਊਗਾ, ਫਿਰ ਮੈਂ ਦਿਮਾਗ ਚ ਇਹਨੇ ਕੰਮ ਕੀਤਾ ਹਰਨੇਕ ਸਿੰਘ ਨਹੀਂ ਬੋਲੂਗਾ, ਹਰਨੇਕ ਸਿੰਘ ਆਪਣੇ ਪ੍ਰੋਗਰਾਮ ਤੇ ਬੋਲੂਗਾ ਤੂੰ ਸੋ ਜਾ, ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਤੰਗ ਕਰ ਰਹੀਆਂ ਵੀ ਇਹ ਚੁੱਪ ਕਿਉਂ ਨੀ ਕਰਦੇ, ਇਹ ਬੋਲਣੋਂ ਕਿਉਂ ਨੀ ਖੜਦੇ, ਅਸੀਂ ਤਾਂ ਇੰਨਾ ਕੁਛ ਕਰ ਰਿਹਾ ਕੰਟੀਨਿਊ ਰੇਡੀਓ ਵਿਰਸਾ ਦੇ ਪ੍ਰੋਗਰਾਮ ਚੱਲਣੇ, ਇਹ ਇੱਕ ਬਹੁਤ ਵੱਡੀ ਜਿਹੜੀ ਆ ਉਹ ਜੇ ਆਪਾਂ ਮੰਨਦੇ ਤਾਂ ਹੈ ਹੀ ਆ, ਮੇਰੀ ਮਨੋਤ ਆਪਣੀ ਹੈ ਕਿ ਗੁਰੂ ਸਾਹਿਬ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਤੇ ਸਾਡੇ ਕੋਈ ਸਿੱਖਿਆ ਦੇ ਦਿੰਦੇ, ਕੋਈ ਝੋਟ ਕਰ ਦਿੰਦੇ, ਕੁਛ ਕਰ ਦਿੰਦੇ, ਸਾਨੂੰ ਕੁਛ ਨਾ ਕੁਛ ਮਾਇੰਡ ਦੇ ਵਿੱਚ ਦੱਸਦੇ ਰਹਿੰਦੇ, ਹੁਣ ਨਿਤਨੇਮ ਅਸੀਂ ਉਦੋਂ ਵੀ ਕਰਦੇ ਸੀ, ਨਿਤਨੇਮ ਅੱਜ ਵੀ ਕਰਦੇ ਹਾਂ, ਉਸ ਦੇ ਨਿਤਨੇਮ ਕਰਨ ਦੇ ਅੱਜ ਦੇ ਨਿਤਨੇਮ ਕਰਨ ਚ ਫਰਕ ਆ,
ਅੱਜ ਅਸੀਂ ਕੋਸ਼ਿਸ਼ ਕਰਦੇ ਪੌੜੀਆਂ ਦਾ ਹੀ ਕਰ ਲਈਏ, ਪੰਜ ਮਾਣੀਆਂ ਦਾ ਨਾ ਹੋਏ, ਲੇਕਿਨ ਜਿਹੜੀਆਂ ਪੰਜ ਪੌੜੀਆਂ ਕਰਿਆ ਉਹ ਪਹਿਲੀ ਪੌੜੀ ਮੇਰੀ ਲਾਈਫ ਦੇ ਵਿੱਚ ਮੇਰੇ ਆਲੇ ਦੁਆਲੇ ਕਿਤੇ ਉਹਦੇ ਵਿੱਚ ਮੇਰੇ ਵਿੱਚ ਕੋਈ ਫਰਕ ਪੈ ਰਿਹਾ, ਬਦਲਾ ਆਵੇ ਨਾ, ਮੇਰਾ ਵਿਕਾਸ ਹੋਵੇ, ਤੇ ਉਹ ਚਾਹੇ ਪੰਜ ਪੌੜੀਆਂ ਨੂੰ ਮੈਨੂੰ ਚਾਹੇ ਅੱਧਾ ਘੰਟਾ ਲੱਗ ਜਾਏ, ਮੈਂ ਅੱਧੇ ਘੰਟੇ ਦੇ ਵਿੱਚ ਪੂਰਾ ਪੰਜ ਮਾਣੀਆਂ ਦਾ ਨਿਤਨੇਮ ਕਰਕੇ ਨੀ ਦਿਖਾਣਾ ਕਿਸੇ ਨੂੰ, ਨਹੀਂ ਨਾਲੇ ਉਹ ਬਾਣੀ ਜਿਹੜੀ ਉਹ ਲੋਕਾਂ ਨੂੰ ਸਮਝ ਆ। ਮੈਂ ਤਾਂ ਬਾਣੀ ਉਦੋਂ ਬਣੂਗਾ ਨਾ ਜਦੋਂ ਮੇਰੇ ਜੀਵਨ ਚ ਪ੍ਰਗਟ ਹੋਊਗੀ, ਜਦੋਂ ਗੁਰਬਾਣੀ ਮੇਰੇ ਦਿਮਾਗ ਦਾ ਹਿੱਸਾ ਬਣ ਕੇ ਮੇਰੇ ਸ਼ਬਦਾਂ ਰਾਹੀਂ, ਮੇਰੇ ਕੰਮਾਂ ਰਾਹੀਂ, ਮੇਰੀ ਸੋਚ ਰਾਹੀਂ ਪ੍ਰਗਟ ਹੋਊਗੀ, ਫਿਰ ਮੈਂ ਬਾਣੀ ਬਣੂਗਾ ਨਾ। ਬਿਲਕੁਲ ਬਿਲਕੁਲ, ਹੁਣ ਉਹ ਤਾਂ ਫਿਰ ਬਾਕੀ ਜਿਹੜੀ ਸਾਰੀ ਗੱਲ ਆ, ਏਡਾ ਆਪਾਂ ਤੇ ਵਿਦਵਾਨ ਨੀ ਨਾ ਏਡੇ ਪੜ੍ਹੇ ਲਿਖੇ, ਲੇਕਿਨ ਜੋ ਆਲਾ ਦੁਆਲਾ ਦੇਖਦੇ ਪਏ ਆ, ਜੋ ਸਮਝ ਆਉਂਦੀ ਪਈ ਹੈ, ਤੇ ਉਹਦੇ ਵਿੱਚ ਹੁਣ ਮੈਂ ਪ੍ਰਭਦੀਪ ਨੂੰ ਵੀ ਸੁਣ ਰਿਹਾ ਸੀਗਾ ਜਦੋਂ ਬੀਬੀ ਨਵਦੀਪ ਕੌਰ ਆ, ਮੈਂ ਘੱਗਾ ਜੀ ਦੀ ਬੇਟੀ ਤੇ ਉਹਨੇ ਪ੍ਰੋਗਰਾਮ ਕੀਤਾ ਸੀ, ਜਿਹਨੇ ਉਹ ਕੈਲੀਫੋਰਨੀਆ ਵਾਲਿਆਂ ਨੇ ਕਿਸੇ ਨੇ ਗਾਲਾਂ ਕੱਢੀਆਂ, ਆਪਾਂ ਵੀ ਇੱਥੇ ਥੋੜਾ ਜਿਹਾ ਬਲਜਿੰਦਰ ਵੀਰ ਹੋਰਾਂ ਨੇ ਵੀ ਡਿਸਕਸ ਕੀਤਾ ਸੀ ਕਿਤੇ ਪ੍ਰੋਗਰਾਮ ਚ, ਤੇ ਉਹ ਮੈਂ ਨਾ ਹੁਣ ਪ੍ਰਭਦੀਪ ਦੀ ਦੇਖ ਰਿਹਾ, ਮੈਂ ਕਿਹਾ ਪ੍ਰਭਦੀਪ ਸਿੰਘ ਤੂੰ ਟੋਣ ਕਿਉਂ ਫੜਦਾ ਜਾ ਰਿਹਾ ਹਰਨੇਕ ਸਿੰਘ ਵਾਲੀ ਥੋੜੀ ਥੋੜੀ, ਤੂੰ ਤਾਂ ਹਰਨੇਕ ਸਿੰਘ ਨੂੰ ਢਾਣਾ। ਦੇਖਿਓ ਵੀਰ ਜੀ, ਤੁਸੀਂ ਉਹਦੇ ਸੁਣਿਆ ਵੀ ਉਹਦੇ ਟੋਨ ਚ ਨਾ ਇੱਕ ਤੁਹਾਡੇ ਵਾਲਾ ਟੱਚ ਪਾਉਣਾ ਸ਼ੁਰੂ ਹੋ ਗਿਆ, ਤੂੰ ਤਾਂ ਉਹਨੂੰ ਢਾਣਾ ਕਿਉਂ ਫੜ ਰਿਹਾ ਉਹਦਾ ਬਈ। ਤੂੰ ਗੱਲ ਜਿਹੜੀ ਹੈ ਕਿ ਅਸਰ ਤਾਂ ਕਬੂਲਿਆ ਹੀ ਜਾਂਦਾ ਹੈ ਜਦੋਂ ਕੋਈ ਉਹ ਆਪਾਂ ਕੋਈ ਸਮੈਲ ਵਾਲੀ ਚੀਜ਼ ਦਾ ਢੱਕਣ ਖੋਲ ਦਾਂਗੇ ਨਾ, ਤੇ ਉਹ ਕੋਈ ਰੋਕੇ ਜੇ ਗੈਸ ਸਿਲੰਡਰ ਮਾੜਾ ਜਿਹਾ ਲੀਕ ਹੋਊਗਾ ਉਹਨੂੰ ਕੋਈ ਰੋਕ ਥੋੜੀ ਸਕਦਾ, ਲੇਕਿਨ ਉਹਦੀ ਜਿੱਥੇ ਜਿੱਥੇ ਆਵਾਜ਼ ਆਉਂਦੀ ਉਹਦੀ ਉਹਦੀ ਸਮੈਲ ਜਿਹੜੀ ਹੈ ਫੈਲਦੀ ਜਾਂਦੀ ਹੈ, ਆਪਾਂ ਉਹਨੂੰ ਰੋਕ ਵੀ ਲਈਏ ਬੰਦ ਵੀ ਕਰਦੇ ਤੇ ਕੁਛ ਟਾਈਮ ਉਹਦੀ ਜਿਹੜੀ ਸਮੈਲ ਬਾਅਦ ਚੋਂ ਵੀ ਰਹਿੰਦੀ ਹੈ, ਤੇ ਜੇ ਚੰਗੀਆਂ ਗੱਲਾਂ ਵੀ ਹੋ ਰਹੀਆਂ ਉਹਦੀ ਖੁਸ਼ਬੂ ਵੀ ਨਿਕਲਣੀ, ਮਾਰਨਾ ਹੱਲ ਨੀ ਗਾ। ਤੁਸੀਂ ਕਹਿਤਾ ਉਦੋਂ ਮੈਂ ਅਗਰ 84 ਚ ਪਿੱਛੇ ਜਾਵਾਂ, ਜਾਣਾ ਨੀ ਚਾਹੀਦਾ ਕਿ ਫਲਾਣੇ ਬੰਦੇ ਨੂੰ ਮਾਰ ਦਿਓ ਤੇ ਆਪਣਾ ਕੰਮ ਹੋ ਗਿਆ, ਬੇਅੰਤ ਸਿੰਘ ਨੂੰ ਮਾਰ ਕੇ ਕਿਹਨਾਂ ਨੂੰ ਸਿਰ ਤੇ ਭਾਲਿਆ। ਨਹੀਂ ਨਹੀਂ, ਇਹ ਇਹ ਦੇਖੋ ਇੱਕ ਚੀਜ਼ ਦਾ ਖਿਆਲ ਕਰੋ, ਦਸਾਂ ਪਾਤਸ਼ਾਹੀਆਂ ਦੇ ਜੀਵਨ ਵੇਲੇ ਮੁਗਲਾਂ ਦੀ ਸੋਚ ਸੀ ਇਹ, ਉਹ ਸੋਚਦੇ ਸੀ ਵੀ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿਓ ਤੇ ਮਸਲਾ ਹੱਲ ਹੋ ਜਾਣਾ, ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿਓ ਮਸਲਾ ਹੱਲ ਹੋ ਜਾਣਾ, ਠੀਕ ਹੈ। ਤੇ ਹੁਣ ਹੁਣ ਅਸੀਂ ਉਹ ਰਾਹ, ਜਾਣੀ ਅਸੀਂ ਉਹ ਰਾਹ ਕਦੋਂ ਅਪਣਾ ਲਿਆ ਗੁਰੂ ਪਾਤਸ਼ਾਹ ਦੇ ਜਾਣ ਤੋਂ ਬਾਅਦ? ਬਿਲਕੁਲ ਜੀ ਬਿਲਕੁਲ, ਦੇਖੋ ਅਸੀਂ ਤਾਂ ਜਿੱਦਾਂ ਮੈਂ ਮੇਰੇ ਗੱਲ ਕਰਦੇ ਹੁੰਦੇ ਕਈ ਵਾਰੀ ਬੈਠੇ, ਗੁਰੂ ਨਾਨਕ ਸਾਹਿਬ ਇੱਕ ਮਾਈਲਸਟੋਨ ਬਣੇ ਸਾਡੇ ਲਈ, ਉਹਨੇ ਇਸ਼ਾਰਾ ਕੀਤਾ, ਉਂਗਲੀ ਨਾਲ ਇਸ਼ਾਰਾ ਕੀਤਾ ਵੀ ਆਹ ਰਾਹ ਤੇ ਚੱਲਣਾ ਹੈ, ਅਸੀਂ ਇੰਨੇ ਕਮਲੇ ਨਿਕਲੇ ਸੀ ਉਹਦੀ ਉਂਗਲੀ ਫੜ ਕੇ ਬੈਠ ਕੇ ਰਾਹ ਤੇ ਨਹੀਂ ਤੁਰੇ, ਬਸ ਪਲੇਟਫਾਰਮ ਤੇ ਖੜ ਕੇ ਗੱਡੀ ਚ ਨਹੀਂ ਬੈਠੇ। ਜਿੱਦਾਂ ਤੁਸੀਂ ਕਹਿੰਦੇ ਆ ਨਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਇਸ਼ਾਰਾ ਕੀਤਾ, ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਕਹਿੰਦੇ ਆ ਨਾ, ਉਹ ਇਸ਼ਾਰਾ ਕਰ ਰਹੇ ਆ ਸਾਨੂੰ, ਬਿਲਕੁਲ ਠੀਕ ਹੈ। ਉਹ ਅਸੀਂ ਅਸੀਂ ਕਹਿੰਦੇ ਆ ਵੀ ਜੋ ਕੁਛ ਇਹਦੇ ਵਿੱਚ ਆ, ਹੁਣ ਜਿਹੜਾ ਮਾਈਲਸਟੋਨ ਹੁੰਦਾ ਉਹ ਤੁਹਾਨੂੰ ਦੱਸ ਰਿਹਾ ਆ ਵੀ ਜਿਹੜਾ ਫਲਾਣਾ ਸ਼ਹਿਰ ਆ ਉਹ ਇਸ ਪਾਸੇ ਨੂੰ ਜਾ ਕੇ ਆ, ਜਿਹੜਾ ਜਿਹੜਾ ਇਹ ਇਹ ਸ਼ਹਿਰ ਆ ਇੰਨੇ ਕਿਲੋਮੀਟਰ ਆ, ਇੱਥੋਂ ਗਾਹਾਂ ਜਾ ਕੇ ਏਦਾਂ ਇੱਕ ਟਰਨ ਆਉਣੀ ਆ ਤੇ ਖੱਬੇ ਨੂੰ ਮੁੜ ਜਿਓ, ਸੱਜੇ ਨੂੰ ਮੁੜ ਜਿਓ। ਗੁਰੂ ਗ੍ਰੰਥ ਸਾਹਿਬ ਤੁਹਾਨੂੰ ਇਹ ਦੱਸ ਰਹੇ ਆ ਵੀ ਤੁਸੀਂ ਧਰਤੀ ਤੇ ਆਏ ਆ, ਜਿਨ ਤੁਹਾਨੂੰ ਭੇਜਿਆ ਜਿਹੜਾ ਬਣਾਉਣੇ ਵਾਲਾ ਨਾ ਰੱਬ ਆ ਜਿਹੜਾ ਉਹ ਏਦਾਂ ਦਾ ਆ, ਆਹ ਤਰੀਕਾ ਆ, ਤੁਸੀਂ ਉਹਦੇ ਸਿੱਖ ਬਣਨਾ ਆ, ਨਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖਿਆ ਆ ਵੀ ਤੁਸੀਂ ਕੀ ਕਰਨਾ, ਕਿੱਦਾਂ ਕਿੱਦਾਂ ਕਰਨਾ ਆ। ਉਹਦੇ ਚ ਕੋਈ ਕੋਈ ਕੋਡ ਆਫ ਕੰਡਕਟ ਨਹੀਂ ਹੈ ਸਾਡੇ ਲਈ, ਉਹ ਤਾਂ ਅਸੀਂ ਖਿੱਚ ਖਿੱਚ ਕੇ ਪੰਕਤੀਆਂ ਪਈ ਹੁਣ, ਹਾਲਾਂਕਿ ਜਿਹੜੀ ਜਿਹੜੀ ਸਾਬਤ ਸੂਰਤ ਦਸਤਾਰ ਸਿਰਾ ਪੰਕਤੀ ਚੱਕ ਲਈ ਅਸੀਂ, ਉਹ ਤਾਂ ਮੁਸਲਮਾਨਾਂ ਬਾਰੇ ਗੱਲ ਕੀਤੀ ਉਹ ਨੀ,
ਪੰਜ ਨਮਾਜ਼ੀ ਹੋਵੇ, ਏਦਾਂ ਹੋਵੇ, ਏਦਾਂ ਹੋਵੇ, ਏਦਾਂ ਹਨਾ। ਉਹ ਬਸ ਪਿਆ ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਚ ਲਿਖਿਆ ਸਭ ਸੂਰਤ ਵਿਸਤਾਰ ਸੁਰਾ। ਜਿਹੜੀ ਆਪਣੀ ਜਪਜੀ ਸਾਹਿਬ ਦੀ ਪਹਿਲੀ ਪੰਕਤੀ ਹੈ ਨਾ, ਸੋਚੇ ਸੋਚਣ ਹੋ ਗਈ, 90% ਲੋਕ ਨਾ ਉਹਦਾ ਕਰੀ ਜਾਂਦੇ ਵੀ ਸੋਚਣ ਨਾਲ ਕੁਛ ਨੀ ਹੋਣਾ। ਜੇ ਉਹਨੂੰ ਕਹਿ ਦੇਣਾ ਯਾਰ ਸੋਚਣਾ ਨੀ ਲਿਖਿਆ ਤਾਂ ਸਵੱਛਤਾ ਦੇ ਨਾਲ ਮਤਲਬ ਆ ਇਹਦਾ, ਕਿੱਥੇ ਲਿਖਿਆ ਦਿਖਾਇਆ, ਉਹ ਫਿਰ ਐਪ ਖੋਲ ਕੇ ਦਿਖਾਉਣਾ ਪੈਂਦਾ ਭਾਈ ਆ ਦੇਖ ਪਾਣੀ ਦੀ ਅਰਥ ਆ, ਇਹ ਸਵੱਛਤਾ ਦਾ ਨਾਲ ਮਤਲਬ, ਸਰੀਰ ਨੂੰ ਸਾਫ਼ ਰੱਖਣ ਨਾਲ ਮਤਲਬ ਹੈ ਇਹਦਾ ਸੋਚ। ਪਰ 90% ਲੋਕੀ ਵੀਰ ਜੀ ਤੁਸੀਂ ਕਦੇ ਦੇਖ ਲੈਣਾ, ਉਹ ਜਿਹੜੀ ਇਹਨਾਂ ਨੇ ਟ੍ਰੈਂਡ ਚਲਾਇਆ ਨਾ, ਹਰ ਗੱਲ ਤੇ ਗੁਰਬਾਣੀ ਦੀ ਤੁੱਕ ਦਾ ਰੈਫਰੈਂਸ ਦੇ ਦੇਣਾ, ਹਰ ਗੱਲ ਤੇ ਕਹੋ ਮਾੜੀ ਜੀ ਉਹਦਾ ਇੱਕ ਲਫ਼ਜ਼ ਮਿਲਣਾ ਚਾਹੀਦਾ ਤੁਹਾਡੀ ਗੱਲ ਦੇ ਨਾਲ। ਲੋਕੀ ਕਹਿੰਦੇ ਵੀ ਸੋਚਣ ਨਾ ਕੁਛ ਨੀ ਹੋਣਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸੋਚੇ ਸੋਚ ਨਾ ਹੋ ਗਈ, ਬਸ ਗੱਲ ਤਾਂ ਉੱਥੇ ਹੀ ਵੀਰ ਜੀ। ਬਾਕੀ ਚਲੋ ਠੀਕ ਹੈ ਵੀਰ ਜੀ, ਥੈਂਕ ਯੂ। ਮੈਂ ਤਾਂ ਗੱਲ ਕਰਨਾ ਨੀ ਚਾਹੁੰਦਾ ਸੀਗਾ, ਵੀ ਸੁਣਨ ਚ ਜ਼ਿਆਦਾ ਆਨੰਦ ਆਉਂਦਾ ਆ, ਬਹੁਤ ਜਿਹੜੀ ਗੱਲ ਆ ਨਾ ਉਹ ਬੜੀ ਇੰਪੋਰਟੈਂਟ ਆ ਸਾਡੇ ਲਈ, ਤੇ ਅਸੀਂ ਜਿੰਨਾ ਵੀ ਜਿਹੜਾ ਜ਼ੋਰ ਲਾਉਂਦੇ ਆ ਜੋ ਵੀ ਕਰਨਾ ਚਾਹੁੰਦੇ ਆ ਅਸੀਂ, ਠੀਕ ਆ, ਉਹ ਇੱਕ ਤੋਂ ਬਾਅਦ ਇੱਕ ਸਾਡੇ ਲਈ ਵਿਪਤਾ ਬਣਦੀ ਜਾ ਰਹੀ ਆ, ਕਿਉਂਕਿ ਅਸੀਂ ਜੋ ਹੋਣਾ ਚਾਹੀਦਾ ਉਹ ਨਹੀਂ ਸਮਝ ਰਹੇ। ਜਿਹੜੀਆਂ ਗੱਲਾਂ ਜਿਹੜੇ ਇਸ਼ਾਰੇ ਆ ਕੀਤੇ ਗੁਰੂ ਸਾਹਿਬ ਨੇ ਉਹ ਬੜੇ ਕਿਤੇ ਵੀ ਏਦਾਂ ਨਹੀਂ ਹੋ ਸਕਦੀ ਵੀ ਸਮਾਜ ਦੇ ਜਿਹੜੀ ਕਾਮਨ ਸੈਂਸ ਆ ਨਾ ਉਹਦੇ ਉਲਟ ਜਿਹੜਾ ਬੰਦਾ ਗੱਲ ਕਹਿ ਰਿਹਾ ਆ ਉਹਨੂੰ ਤੁਸੀਂ ਇਹ ਕਹਿਣਾ ਵੀ ਰੱਬ ਦਾ ਭੇਜਿਆ ਹੋਇਆ ਸੀ, ਰੱਬ ਦਾ ਦੂਤ ਸੀਗਾ ਇਹ, ਹਨਾ। ਹੁਣ ਜਿੱਥੇ ਵੀ ਗੁਰੂ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਇਤਿਹਾਸ ਜਿਹੜੀ ਗੱਲ ਕਰਦੇ ਆ, ਜਿਹੜੇ ਬੰਦੇ ਸਾਡੇ ਤੇ ਦਾਅਵਾ ਕਰਦੇ ਆ ਅੱਜ ਵੀ ਜੀ ਉਹਨੂੰ ਸੋਧਾ ਲਾਤਾ, ਉਹਨੂੰ ਸੋਧਾ ਲਾਤਾ, ਉਹ ਡੇਟਾਂ ਬੜੀਆਂ ਇੱਦਾਂ ਹੋਈਆਂ ਵੀ ਇੱਥੇ ਜੀ ਬੱਸੇ ਰੰਗਣ ਨੂੰ ਇਸ ਤਰੀਕ ਨੂੰ ਉੱਥੇ ਐਂਟਰ ਹੋਇਆ, ਇੰਨੇ ਦਿਨ ਬਾਅਦ ਸੋਧਾ ਲੱਗਾ, ਇੰਦਰਾ ਗਾਂਧੀ ਨੇ ਇਸ ਤਰੀਕ ਨੂੰ ਅਟੈਕ ਕੀਤਾ, ਇੰਨੇ ਦਿਨ ਬਾਅਦ ਉਹਨੂੰ ਸੋਧਾ ਲੱਗਾ, ਹਨਾ। ਇਹ ਗੱਲਾਂ ਜਿਹੜੀਆਂ ਗੁਰੂ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਇਹਨਾਂ ਲੋਕਾਂ ਦਾ ਲਿਖਿਆ ਹੋਇਆ ਇਤਿਹਾਸ ਵੀ ਦੱਸ ਨਹੀਂ ਸਕਦਾ ਸਾਨੂੰ ਵੀ ਉਦੋਂ ਗੁਰੂ ਪਾਤਸ਼ਾਹ ਨੇ ਕਿਤੇ ਇੱਦਾਂ ਦੀ ਤਿਆਰੀ ਕੀਤੀ। ਪਹਿਲੇ ਪਾਤਸ਼ਾਹ ਨੇ ਕਿੰਨੇ ਕਰੋੜ, ਅਸੀਂ 3 ਕਰੋੜ ਸਿੱਖ ਉਹਨਾਂ ਦੇ ਹੋਣ ਦਾ ਦਾਅਵਾ ਕਰਦੇ ਹਾਂ, ਤੇ ਉਹਦੇ ਵਿੱਚ ਅਸੀਂ ਇਹ ਨਹੀਂ ਜਸਟੀਫਾਈ ਕਰ ਸਕੇ ਵੀ ਉਹਨੇ ਇੱਦਾਂ ਦੇ ਕਿੰਨੇ ਬੰਦੇ ਮਨੁੱਖੀ ਬੰਬ ਬਣਾ ਕੇ ਤਿਆਰ ਕੀਤੇ ਵੀ ਸੱਜਣ ਠੱਗ ਉੱਥੇ ਖਰਾਬੀ ਕਰਦਾ ਹੈ, ਉੱਥੇ ਬਾਬਰ ਨੇ ਹਮਲਾ ਕਰਤਾ, ਉੱਥੇ ਇਹਨੇ ਖਰਾਬੀ ਕਰ ਦਿੱਤੀ ਵੀ ਜਾ ਕੇ ਸਿਰ ਲਾ ਕੇ ਲਿਆ ਉਹਦਾ, ਠੀਕ ਹੈ। ਜਦਕਿ ਉਹ ਹੋਕਾ ਜਿਹੜਾ ਆ ਜੋ ਤਾਂ ਪ੍ਰੇਮ ਖੇਲਣ ਕਾ ਚਾਹ ਉਹ ਸਿਰ ਧਰ ਤਲੀ ਗਲੀ ਪਹਿਲਾਂ ਮਰਨ ਕਬੂਲ ਜੀਵਨ ਕੀ, ਉਹ ਸਾਰੀਆਂ ਗੱਲਾਂ ਲਿਆ ਕੇ ਰੱਖੀਆਂ ਮੂਹਰੇ, ਹਨਾ। ਉਹਦੇ ਬਾਵਜੂਦ ਵੀ ਸਾਨੂੰ ਨੀ ਕੁਛ ਮਿਲ ਰਿਹਾ, ਠੀਕ ਹੈ। ਸਾਡੇ ਨਾਲ ਸਰੋਤੇ ਆ ਜੀ, ਇੱਕ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰੇਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇੱਕ ਗੱਲ ਕਰਨੀ ਸੀ, ਜਿਹੜੀਆਂ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਸਾਰੀਆਂ ਸਮਾਜਿਕ ਪੱਖ ਤੇ ਅੱਜ ਤੱਕ ਕਿਸੇ ਨੇ ਕੀਤੀਆਂ ਨਹੀਂ ਹੈਗੀਆਂ। ਹਾਂਜੀ ਜੀ, ਹੋ ਰਹੀਆਂ ਤਾਂ ਨਿੱਜ ਨਾਲ ਜੁੜ ਕੇ ਹੋ ਰਹੀਆਂ ਆ, ਧਰਮ ਨਾਲ ਜੁੜ ਕੇ ਨਹੀਂ। ਅਸੀਂ ਧਰਮ ਨੂੰ ਹੋਰ ਤਰ੍ਹਾਂ ਦੇਖਿਆ, ਨਿੱਜ ਨੂੰ ਹੋਰ ਤਰ੍ਹਾਂ ਦੇਖਿਆ ਆ। ਨਹੀਂ ਇਹ ਜ਼ਰੂਰੀ ਵੀ ਨੇ, ਦੇਖੋ ਸਾਡੇ ਚ ਇੰਨੀਆਂ ਕ੍ਰੈਤਾਂ ਆ ਗਈਆਂ, ਉਰੇ ਇੰਡੀਆ ਚ ਹਰੇਕ ਬੰਦਾ ਕਹਿੰਦਾ NRI ਖਾਸ ਕਰਕੇ ਇੰਡੀਆ ਚ ਇਹ ਹੋ ਗਿਆ ਉਹ ਹੋ ਗਿਆ, ਪਰ ਉਹਦੇ ਲਈ ਕਰ ਕੀ ਰਹੇ ਨੇ? ਕੁਛ ਵੀ ਨਹੀਂ। ਨਹੀਂ ਉਹ ਜਿਹੜੇ ਬਾਹਰੋਂ ਜਾਂਦੇ ਆ ਉਹਨਾਂ ਨੂੰ ਪੁੱਛੋ ਵੀ ਤੁਸੀਂ ਬਾਹਰ ਕੀ ਕਰ ਰਹੇ ਆ। ਕੈਨੇਡਾ ਦੇ ਵਿੱਚ ਹੁਣ ਉੱਥੇ ਖਬਰ ਲੱਗੀ ਹੋਈ ਸੀ ਕਿੰਨੇ ਹੈਕਟੇਅਰ ਡੋਡੇ ਉੱਥੇ ਬੀਜੇ ਕਿਸੇ ਨੇ, ਉਹ ਫੜ ਹੋਏ ਆ।
ਡਿਸਕਸ ਕਰ ਰਹੇ ਨੇ ਇਹ ਉਰੇ ਦਾ ਜਿਹੜਾ ਪਹਿਲਾਂ ਵਾਲਾ ਮਾਹੌਲ ਸੀ ਉਹ ਕਿਉਂ ਨੀ ਰਿਹਾ ਹੁਣ ਉਹ ਕਰਪਸ਼ਨ ਇੱਥੇ ਕਿਵੇਂ ਆ ਗਈ ਅਸੀਂ ਉਰੇ ਦਫ਼ਤਰੀ ਕੰਮ ਕਰਾਉਣਾ ਤਾਂ ਵੀ ਸਾਡੇ ਹੁਣ ਪੈਸੇ ਲੱਗ ਰਹੇ ਨੇ ਹੁਣ ਜਿਹੜੇ ਸਾਡੇ ਵਿਦਵਾਨ ਨੇ ਦੇਖੋ ਤੁਸੀਂ ਬਲਜਿੰਦਰ ਸਿੰਘ ਦੀ ਗੱਲ ਕਰਦੇ ਹੋ ਤੁਸੀਂ ਵੀ ਕਰਦੇ ਹੋ ਦੇਖੋ ਅਜਮੇਰ ਸਿੰਘ ਨੇ ਇੰਨੀਆਂ ਬੁੱਕਾਂ ਲਿਖੀਆਂ ਸਾਰਾ ਕੁਛ ਕੀਤਾ ਹੁਣ ਉਹ ਰਾਸ਼ਟਰਵਾਦ ਨੂੰ ਫੜੀ ਬੈਠੇ ਨੇ ਮਤਲਬ ਸਮਾਜਿਕ ਦੇ ਕਦੋਂ ਬੋਲਣਗੇ ਟਕਸਾਲ ਖਿਲਾਫ਼ ਉਹਨਾਂ ਤੋਂ ਇੱਕ ਲਫ਼ਜ਼ ਨੀ ਖੁੱਲਦਾ ਕਿਉਂਕਿ ਉਹ ਟਕਸਾਲ ਉਹਨਾਂ ਨੂੰ ਸਟੇਜਾਂ ਪ੍ਰੋਵਾਈਡ ਕਰਵਾ ਰਹੀ ਹੈ ਬਹੁ ਹਾਂ ਜੀ ਬਹੁ ਗਿਣਤੀ ਰੋਜੀ ਜੁੜੀ ਉਹ ਆ ਹੁਣ ਸਾਡੇ ਪ੍ਰਚਾਰਕਾਂ ਨੇ ਕੱਲ੍ਹ 7 ਮਤੇ ਪਾਸ ਕੀਤੇ ਆ ਉਹਦੇ ਵਿੱਚੋਂ ਇੱਕ ਮਤਾ ਇਹ ਨੀ 8 ਸੀਗੇ ਮੇਰਾ ਖਿਆਲ 8 ਸੀਗੇ ਹਾਂ ਸੌਰੀ 8 ਸੀਗੇ ਹਾਂ ਭਈ ਉਹ ਇਹ ਨੀ ਕਰ ਸਕੇ ਉਹਦੇ ਵਿੱਚ ਭਈ ਜਿਹੜੇ ਗੁਰਦੁਆਰੇ ਚ ਜੇ ਸਿੱਧੀ ਜੇ ਗੱਲ ਸੀ ਉਹ ਇੱਕ ਗੱਲ ਕਹਿ ਦਿੰਦੇ ਭਈ ਭਾਈ ਹੁਣ ਤੋਂ ਬਾਅਦ ਆਪਾਂ ਵਾਅਦਾ ਕਰੀਏ ਭਈ ਆਪਾਂ ਸਿਰਫ ਉਸ ਗੁਰਦੁਆਰੇ ਉਸ ਸਥਾਨ ਤੇ ਜਾਵਾਂਗੇ ਜਿੱਥੇ ਨਾਨਕਸ਼ਾਹੀ ਕੈਲੰਡਰ ਲਾਗੂ ਹੋਊਗਾ ਤੇ ਅਕਾਲ ਤਖ਼ਤ ਦੀ ਮਰਿਆਦਾ ਹੋਊਗੀ ਸਿੱਧੀ ਜੇ ਗੱਲ ਸੀ ਇੱਕ ਮਤਾ ਪਾਸ ਕਰ ਦਿੰਦੇ ਤੇ ਕਿੱਦਾਂ ਵੀ ਤਿਆਰ ਆ ਸਾਰੇ ਹਨਾ ਸਾਰੀਆਂ ਕਮੇਟੀਆਂ ਨੂੰ ਆਪਣੇ ਜਿੱਥੇ ਜਿੱਥੇ ਜਾਂਦੇ ਆ ਉਹਨਾਂ ਨੂੰ ਲਿਖ ਕੇ ਭੇਜ ਦਿੰਦੇ ਭਈ ਗੁਰਮਤਿ ਗਿਆਨ ਮਸ਼ੀ ਕਾਲਜ ਪੰਥਪ੍ਰੀਤ ਸਿੰਘ ਹੁਣੀ ਫਲਾਨੇ ਫਲਾਂ ਅਮਰੀਕ ਸਿੰਘ ਹੁਣੀ ਜਿੰਨੇ ਵੀ ਬੰਦੇ ਹੈਗੇ ਆ ਉਹ ਸਾਰੇ ਇੱਕੋ ਹੀ ਗੱਲ ਦੇ ਉੱਤੇ ਖੜੇ ਆ ਭਈ ਅਸੀਂ ਤਾਂ ਆਵਾਂਗੇ ਤੁਹਾਡੇ ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਲਾਗੂ ਕਰੋਗੇ ਤੇ ਅਕਾਲ ਤਖ਼ਤ ਦੀ ਮਰਿਆਦਾ ਲਾਗੂ ਕਰੋਗੇ ਬਸ ਗੱਲ ਸਾਫ਼ ਸੀ ਸੌਖਾ ਸੀਗਾ ਯਾਰ ਹਨਾ ਉਹ ਅਸਲ ਵਿੱਚ ਭਾਈ ਪਤਾ ਕੀ ਤੁਹਾਡੇ ਰਾਹੀਂ ਕੁਛ ਹੋਣਾ ਹੁੰਦਾ ਤਾਂ ਉਹ ਮਤਾ ਤਾਂ ਤੁਹਾਡਾ ਰੈਜ਼ੋਲੂਸ਼ਨ ਹੁੰਦਾ ਹੁਣ ਜੇ ਤੁਸੀਂ ਇੱਦਾਂ ਦੂਜਿਆਂ ਨੂੰ ਕਹਿਣਾ ਆ ਭਈ ਤੁਸੀਂ ਜੇ ਨਾਨਕਸ਼ਾਹੀ ਕੈਲੰਡਰ ਲਾਗੂ ਕਰੋ ਤੁਸੀਂ ਆਹ ਮਰਿਆਦਾ ਲਾਗੂ ਕਰੋ ਤੁਸੀਂ ਆਹ ਨਾ ਬੋਲੋ ਤੁਸੀਂ ਆਹ ਕਰੋ ਤੁਸੀਂ ਆਹ ਨਾ ਕਰੋ ਉਹ ਤੁਹਾਡਾ ਮਤਾ ਕਿੱਦਾਂ ਹੋ ਗਿਆ ਤੁਸੀਂ ਕੌਣ ਹੁੰਦੇ ਅਥਾਰਟੀ ਬਣ ਕੇ ਉਹਨਾਂ ਨੂੰ ਕਹਿਣੇ ਵਾਲੇ ਜਿੰਨੇ ਵੀ ਸਾਡੇ ਬੰਦੇ ਆ ਬਸ ਮਤਾ ਹੀ ਪਾਸ ਕਰਨੇ ਵਾਲੇ ਆ ਸਾਰੇ ਜਣੇ ਵੀ ਅਸੀਂ ਮਤਾ ਪਾਸ ਕਰਦੇ ਹਾਂ ਵੀ ਸਰਕਾਰ ਫੜੇ ਬੰਦਿਆਂ ਨੂੰ ਅਸੀਂ ਮਤਾ ਪਾਸ ਕਰਦੇ ਹਾਂ ਉਹਨੂੰ ਜੇਲ੍ਹ ਕੀਤੀ ਜਾਵੇ ਹਾਂਜੀ ਉਹਦਾ ਕਾਰਨ ਵੀ ਇਹਦਾ ਕਾਰਨ ਵੀ ਇਹੀ ਹੈ ਨਾ ਭਾਜੀ ਦੇਖੋ ਇਹ ਇਹਨਾਂ ਦੇ ਜਿਹੜੇ ਬੰਦੇ ਨੇ ਉਦੋਂ ਬਾਅਦ ਉਹ ਕੈਲੰਡਰ ਬਣਦੇ ਫਿਰੀ ਜਾਂਦੇ ਨੇ ਪਿੰਡਾਂ ਚ ਉਹਦਾ ਫਾਇਦਾ ਕੀ ਹੈ ਪਿੰਡਾਂ ਚ ਤਾਂ ਉਹੀ ਕੁਛ ਚੱਲ ਰਿਹਾ ਹਜੇ ਵੀ ਕਿਉਂਕਿ ਸੰਸਥਾ ਕੋਈ ਇਹਨਾਂ ਕੋਲ ਹੈ ਨੀ ਤੁਸੀਂ ਇਹ ਸਹੀ ਗੱਲ ਕਹਿ ਰਹੇ ਹੋ ਜੇ ਸੰਸਥਾ ਹੋਊਗੀ ਤੁਸੀਂ ਉੱਥੇ ਜਾਓ ਉੱਥੇ ਹੀ ਆਓ ਇਹ ਹੁਣ 90% ਤੋਂ ਵੱਧ ਉੱਥੇ ਟਕਸਾਲੀਆਂ ਦੇ ਜਾਂ ਹੋਰ ਮਤਾਂ ਦੇ ਗੁਰਦੁਆਰੇ ਨੇ ਜਿਹੜੇ ਹੋਰ ਤਰੀਕੇ ਨਾਲ ਬਾਹਮਣੀ ਤਰੀਕੇ ਨਾਲ ਪ੍ਰਚਾਰ ਕਰਦੇ ਨੇ ਇਹ ਉੱਥੇ ਜਾ ਰਹੇ ਨੇ ਜੇ ਕਿੰਨੇ ਟਾਈਮ ਤੋਂ ਜਾ ਰਹੇ ਨੇ ਕੋਈ ਫਰਕ ਹੀ ਨੀ ਪਿਆ ਨਹੀਂ ਨਹੀਂ ਕੋਈ ਮੈਂ ਸਰੋਤਿਆਂ ਨੂੰ ਦੱਸਦਾ ਜੀ ਮੇਰਾ ਫੋਨ ਨੀ ਗੁਰਪ੍ਰੀਤ ਸਿੰਘ ਦਾ ਆਇਆ ਇਹ ਹਾਂਜੀ ਦੇਖੋ ਹੁਣ ਜਿਵੇਂ ਸੁਖਬੀਰ ਦੂਗੇ ਅਜਮੇਰ ਸਿੰਘ ਹੈ ਇਹ ਟੋਟਲੀ ਦੇਖੋ ਕਿਹੜੀਆਂ ਗੱਲਾਂ ਕਰਦੇ ਨੇ ਫਾਰਸੀ ਦੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਅਰਥ ਕਰੀ ਜਾਂਦੇ ਪੰਜਾਬੀ ਚ ਨਹੀਂ ਹੁਣ ਜਾਣੀ ਮਿਸ਼ਨਰੀਆਂ ਦੀ ਮੀਟਿੰਗ ਹੋਈ ਆ ਤੇ ਉਦੋ ਕੇ ਵਿੱਚ ਬੈਠਾ ਆ ਮੀਟਿੰਗ ਦਾ ਕਾਰਨ ਸੀ ਇਹ ਭਈ ਟਕਸਾਲੀ ਨੇ ਦਿੱਤੀ ਧਮਕੀ ਜਿਹੜਾ ਜੱਸੋ ਵਾਲੇ ਆ ਤੇ ਉਹਦੇ ਬਾਰੇ ਵਿਚਾਰ ਕਰਨੀ ਆ ਠੀਕ ਆ ਤੇ ਉਹਦੇ ਚ ਉਦੋ ਕੇ ਨੂੰ ਬਿਠਾਇਆ ਆ ਨਹੀਂ ਇਹ ਤੇ ਕਲੀਅਰ ਆ ਨਾ ਦੇਖੋ ਉਦੋਂ ਕੇ ਜਰਮਨ ਹੋਰ ਸਾਈਡ ਜਾਂਦਾ ਇਹ ਤੋਂ ਮੂੰਹ ਨੀ ਖੁੱਲਦਾ ਹੈਗਾ ਕਿਸੇ ਵੀ ਗੱਲ ਤੇ ਸਾਂਝੀਆਂ ਭਾਬੀਆਂ ਨੇ ਜਿੰਨੇ ਸਾਡੇ ਵਿਦਵਾਨ ਨੇ ਨਾ ਸਾਡੇ ਕੌਮ ਦਾ ਹੁਣ ਤੱਕ ਬੇੜਾ ਬੈਠੇ ਹੀ ਗਏ ਆ ਇਹ ਜਿੰਨੇ ਵਿਦਵਾਨ ਨੇ ਸਾਂਝੀਆਂ ਭਾਬੀਆਂ ਨੇ ਇਹ ਖੁੱਲ ਕੇ ਦੇਖੋ ਤੁਸੀਂ ਅਜਮੇਰ ਸਿੰਘ ਦੇ ਜਿੰਨੇ ਮਰਜ਼ੀ ਲੈਕਚਰ ਸੁਣ ਲਓ ਕੱਖ ਨੀ ਨਿਕਲਦਾ ਮੈਂ
ਦੇਖੋ ਭਾਜੀ ਮੈਂ ਨਾ ਬਹੁਤ ਕਿਤਾਬਾਂ ਪੜ੍ਹੀਆਂ ਨੇ, ਬਹੁਤ ਕੁਛ ਕੀਤਾ, ਜਿੰਨੀਆਂ ਵੀ ਅੱਜ ਤੱਕ ਕੋਈ ਸਾਰੀਆਂ ਵਿਦਵਾਨ ਦੀਆਂ ਬੁੱਕਾਂ ਨੇ, ਉਹਨਾਂ ਚੋਂ ਕੱਖ ਨੀ ਨਿਕਲਦਾ। ਕੱਲੀ ਫਿਲੋਸਫੀ ਹੈ, ਤੁਸੀਂ ਪੜ੍ਹੀ ਜਾਓ, ਜਾਂ ਸਾਡੀ ਕੁੱਟ ਪਈ ਹੈ, ਇੰਨੇ ਬੰਦੇ ਮਰ ਗਏ, ਇੰਨੇ ਜਾਂਦੇ ਨੇ, ਇਹਨਾਂ ਚੀਜ਼ਾਂ ਚੋਂ ਕੁਛ ਵੀ ਨੀ ਨਿਕਲਿਆ। ਕਿੰਨੇ ਜਿਹੜੀ ਮਰਜ਼ੀ ਵਿਦਵਾਨ ਦੀ ਬੁੱਕ ਚੱਕ ਲਓ ਤੁਸੀਂ, ਸਮਾਜਿਕ ਪੱਖ ਤੇ ਬੋਲੀ ਨੀ ਕੋਈ, ਕੋਈ ਬੰਦਾ ਨੀ ਬੋਲਿਆ ਕਿ ਸਾਡਾ ਕਰੈਕਟਰ ਕਿਵੇਂ ਵਧੀਆ ਹੋਊਗਾ, ਅਸੀਂ ਝੂਠ ਨਾ ਬੋਲੀਏ। ਹੁਣ ਦੇਖੋ ਲੀਡਰਾਂ ਨੂੰ ਮਾੜਾ ਕਹਿਣਾ, ਲੀਡਰ ਕਿੱਥੋਂ ਜਾਂਦੇ ਨੇ, ਅੱਜ ਮੈਨੂੰ ਪ੍ਰਧਾਨ ਬਣਾ ਦੇਣ, ਮੈਂ ਵੀ ਖਾਊਂਗਾ, ਸਾਡੇ ਖੂਨ ਚ ਆ ਉਹ ਚੀਜ਼, ਬਿਲਕੁਲ ਕਰਨ ਦੀ ਲੋੜ ਆ। ਨਾਲੇ ਯੋਗਤਾ ਵਧਾਉਣ ਬਾਰੇ ਕੋਈ ਗੱਲ ਨਹੀਂ ਕਰ ਰਿਹਾ, ਜਿਹੜਾ ਵੀ ਬੰਦਾ ਸਮਾਜ ਵਿਚ ਬਿਨਾਂ ਯੋਗਤਾ ਤੋਂ ਕਿਸੇ ਅਹੁਦੇ ਤੇ ਪਹੁੰਚੂਗਾ, ਉਹ ਉਸ ਅਹੁਦੇ ਤੇ ਆਪਣੀ ਥਾਂ ਬਣਾਈ ਰੱਖਣ ਦੇ ਲਈ ਕੋਈ ਨਾ ਕੋਈ ਕਰਪਸ਼ਨ ਜ਼ਰੂਰ ਕਰੂਗਾ। ਸਾਡੇ ਇਹ ਵਿਧਾਨ ਨਹੀਂ, ਅਜੇ ਤਾਈਂ ਇਹ ਵਿਧਾਨ ਨਹੀਂ, ਸਾਡੀ ਕਮਿਊਨਿਟੀ ਨਿਊਜ਼ੀਲੈਂਡ 'ਚ ਵੀ ਸਾਡੀ ਇਹੀ ਪ੍ਰੋਬਲਮ ਆ, ਅਜੇ ਤਾਈਂ ਸਾਡੇ ਇਹ ਵਿਧਾਨ ਨਹੀਂ ਬਣ ਸਕਿਆ ਕਿ ਸਿਰਫ ਯੋਗ ਬੰਦਾ ਹੀ ਅੱਗੇ ਜਾਵੇ। ਸਾਡੇ ਲੋਕ ਪਹਿਲਾਂ ਏਜੰਡਾ ਬਣਾਉਂਦੇ ਆ ਕਿ ਆਹ ਖੇਤਰ ਖਾਲੀ ਆ, ਇਹਦੇ ਰਾਹੀਂ ਇਹਦੇ ਵਿੱਚ ਕੋਈ ਸੰਸਥਾ ਬਣਾ ਕੇ ਇੱਥੇ ਬੈਠ ਕੇ ਮੈਂ ਸਮਾਜ ਨੂੰ ਲੁੱਟ ਸਕਦਾ, ਜਾਂ ਮੈਂ ਟਰੱਸਟਾਂ ਤੋਂ ਪੈਸੇ ਲੈ ਸਕਦਾ, ਜਾਂ ਸਰਕਾਰ ਤੋਂ ਲੈ ਸਕਦਾ, ਜਾਂ ਮੈਂ ਕਮਿਊਨਿਟੀ ਵਿੱਚ ਪਤਵੰਤਾ ਬਣ ਸਕਦਾ। ਪਲੈਨ ਬਣਾ ਕੇ ਖਾਲੀ ਫੀਲਡ ਦੇਖ ਕੇ ਜਾਂਦੇ ਆ। ਸਾਡਾ ਆਰਗੂਮੈਂਟ ਇਹ ਆ ਕਿ ਉਹਨਾਂ ਥਾਵਾਂ 'ਤੇ ਉਹ ਬੰਦੇ ਜਾਣੇ ਚਾਹੀਦੇ ਜਿਹੜੇ ਯੋਗ ਆ। ਜਿਹੜੇ ਬੰਦੇ ਬਿਨਾਂ ਯੋਗਤਾ ਤੋਂ ਜਾਂਦੇ ਆ, ਉਹ ਜਾਂ ਆਪਣੀ ਯੋਗਤਾ ਵਧਾਉਣ, ਨਹੀਂ ਤਾਂ ਉਹਨਾਂ ਦਾ ਕ੍ਰਿਟਿਸਿਜ਼ਮ ਹੋਣਾ ਚਾਹੀਦਾ, ਤਾਂ ਕਿ ਜਦੋਂ ਕਿਸੇ ਥਾਂ 'ਤੇ ਅਯੋਗ ਬੰਦਾ ਬਹਿੰਦਾ ਆ ਤਾਂ ਜਿਹੜੇ ਯੋਗਤਾ ਵਾਲੇ ਬੰਦੇ ਉਹਨਾਂ ਨਾਲ ਅਨਿਆਂ ਹੁੰਦਾ। ਇੱਕ ਇਹ ਕਲਚਰ ਨਹੀਂ ਬਣ ਸਕਿਆ ਸਾਡੇ। ਸਾਡੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿਰ 'ਤੇ ਬਿਠਾ ਕੇ ਉਹਨੂੰ ਮਾਨਤਾ ਇਸੇ ਕਰਕੇ ਦਿੱਤੀ ਜਾ ਰਹੀ ਆ ਵੀ ਦੇਖੋ ਜੀ ਅਕਾਲ ਤਖ਼ਤ ਦਾ ਜਥੇਦਾਰ ਆ। ਜੇ ਜਿਹੜਾ ਅਹੁਦਾ ਜਿੱਦਾਂ ਜਸਟੀਫਾਈ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਅਪੁਆਇੰਟ ਕਰਦੀ ਆ, ਉਹ ਜਥੇਦਾਰ ਆ। ਉਹ ਸੁਖਦੇਵ ਸਿੰਘ ਭੌਰ ਦੀ ਇੰਟਰਵਿਊ ਜਿਹੜੀ ਜਸ ਪੰਜਾਬੀ 'ਤੇ ਚੱਲੀ ਡਿਬੇਟ, ਉਹਦੇ ਵਿੱਚ ਸੁਖਦੇਵ ਸਿੰਘ ਭੌਰ ਨੇ ਕਿਹਾ ਵੀ ਅਕਾਲ ਤਖ਼ਤ ਦੇ ਜਥੇਦਾਰ ਦੀ ਜਿਹੜਾ ਹੈਗਾ ਆ ਉਹਦਾ ਪ੍ਰੋਟੋਕਾਲ ਇੱਦਾਂ, ਉਹਦੀ ਜ਼ਿੰਮੇਵਾਰੀ ਬਣਦੀ ਆ ਇੱਦਾਂ ਇੱਦਾਂ, ਜਿਹੜੀਆਂ ਗੱਲਾਂ ਕਹਿ ਰਹੇ ਆ ਉਹਦੇ ਉੱਤੇ ਵੀ ਜੇ ਕੋਈ ਬੰਦਾ ਪੂਰਾ ਨਹੀਂ ਉਤਰਦਾ ਉਹਨੂੰ ਕ੍ਰਿਟੀਸਾਈਜ਼ ਕਰੋ, ਤਾਂ ਕਿ ਉਹ ਬੰਦਾ ਮਜਬੂਰ ਹੋਵੇ ਜੋਬ ਛੱਡਣ ਲਈ ਆਪਣੀ। ਉੱਥੇ ਯੋਗ ਬੰਦਾ ਲਿਆ ਕੇ ਬਿਠਾ ਲਓ ਤੁਸੀਂ, ਜਿਹੜਾ ਜੇ ਇੱਕ ਜੇ ਜਿੱਡਾ ਵੱਡਾ ਅਹੁਦਾ ਅਕਾਲ ਤਖ਼ਤ ਦੇ ਜਥੇਦਾਰ ਦਾ ਕਹਿ ਰਹੇ ਹਾਂ, ਉਹਦੇ 'ਚ ਇੰਨੀ ਯੁਰਤ ਤਾਂ ਹੋਣੀ ਚਾਹੀਦੀ ਹੈ ਨਾ ਵੀ ਜਦੋਂ ਕੋਈ ਗੱਲ ਹੁੰਦੀ ਫੋਨ ਕਰਕੇ ਗੱਲ ਕਹਿ ਸਕੇ ਉਹ। ਬਿਲਕੁਲ। ਹੁਣ ਕਿਹੜਾ ਬੰਦਾ ਅੱਜ ਆ ਜਿਹੜਾ ਕਹਿੰਦਾ ਵੀ ਜੱਸੋਵਾਲ ਨੇ ਜੋ ਕਿਹਾ ਠੀਕ ਆ ਉਹ, ਪਰ ਜੱਸੇ ਸਾਡੇ ਜਥੇਦਾਰ ਤੋਂ ਦੋ ਅੱਖਰ ਨਹੀਂ ਕਹੇ ਹੋਏ। ਸਭ ਤੋਂ ਪਹਿਲਾਂ ਉਹਦੀ ਵੀਡੀਓ ਹੁਣ ਨਿਊਜ਼ੀਲੈਂਡ ਭੇਜਣ ਲਈ ਅੱਧੀ ਰਾਤ ਨੂੰ ਵੀਡੀਓ ਕੱਢਦਾ ਉਹ ਵੀ ਹਰਨੇਕ ਸਿੰਘ ਨੇਕੀ ਦੇ ਖਿਲਾਫ਼, ਤੁਸੀਂ ਏਦਾਂ ਹਰਨੇਕ ਨੇਕੀ ਦੇ ਖਿਲਾਫ਼ ਜਿਹੜਾ ਉੱਥੇ ਕਾਨੂੰਨੀ ਕਾਰਵਾਈ ਕਰੋ, ਸਖ਼ਤ ਕਾਰਵਾਈ ਕਰੇ ਨਿਊਜ਼ੀਲੈਂਡ ਦੀ ਸੰਗਤ, ਅਤੇ ਉੱਥੇ ਜਵਾਨ ਫੁੱਟਦੀ ਆ ਉਹਦੀ। ਬਿਲਕੁਲ। ਉਹਦਾ ਫਰਜ਼ ਨਹੀਂ ਬਣਦਾ ਜੱਸੋਵਾਲ ਦੇ ਬਾਰੇ ਦੋ ਅੱਖਰ ਬੋਲਣੇ, ਅਤੇ ਭਾਈ ਟਕਸਾਲ ਨੂੰ ਬੇਨਤੀ ਆ ਨੱਥ ਪਾਓ ਇਸ ਬੰਦੇ ਨੂੰ, ਖਬਰਦਾਰ ਜੇ ਮੁੜ ਕੇ ਨਹੀਂ ਤਾਂ ਅਗਲੀ ਵਾਰ ਐਕਸ਼ਨ ਲਊਂਗਾ ਮੈਂ। ਦੋ ਅੱਖਰ ਤਾਂ ਕਹਿੰਦੇ। ਹੁਣ ਗੱਲ ਕੀ ਆ, ਧੂਫ ਦੇਣੇ ਵਾਲੇ ਉੱਥੇ ਉਹਦੇ ਵਿੱਚ ਬੱਤੀਆਂ ਲਾਉਣੇ ਵਾਲੇ ਪ੍ਰਸ਼ਾਦ ਵਰਤਾਉਣੇ ਵਾਲੇ ਬੰਦੇ ਜਥੇਦਾਰ ਬਣਾ ਕੇ ਸਾਡੇ ਸਿਰਾਂ 'ਤੇ ਬਿਠਾ ਤੇ, ਹੁਣ ਕੌਮ ਨੂੰ ਕਹਿੰਦੇ ਆ ਵੀ ਤੁਸੀਂ ਉਹਨਾਂ ਦੇ ਹੁਕਮਨਾਮੇ ਦੀ ਰਿਸਪੈਕਟ ਕਰੋ ਜਾਣੀ। ਇਹੀ ਚੀਜ਼ ਹੋਈ ਹੈ ਨਾ। ਦੇਖੋ ਟੋਟਲ ਪਤਾ ਕੀ ਹੋਇਆ, ਅਸੀਂ ਜਿਹੜੇ ਵਿਵਾਦਿਤ ਬੰਦੇ ਬਾਰੇ ਲੇਖ ਲਿਖਦੇ ਨੇ ਨਾ ਡਾਕਟਰ ਸਾਹਿਬ PhD ਵਾਲੇ, ਉਹਨਾਂ ਨੂੰ ਇਹ ਭਰਮ ਆ ਜੇ ਅਸੀਂ ਬੋਲਾਂਗੇ ਨੀ ਨਾ ਇਹ ਆਹ ਜਿਹੜਾ ਮੁੱਦਾ ਚੱਲ ਰਿਹਾ ਨਾ ਇਹ ਠੰਡਾ ਹੋ ਜੂਗਾ, ਜਾਂ ਅਸੀਂ ਇਹਦੇ ਖਿਲਾਫ਼ ਨੀ ਬੋਲਾਂਗੇ ਇਹ ਠੰਡਾ ਹੋ ਜੂਗਾ। ਦੇਖੋ ਰਾਧਾ ਸੁਆਮੀਆਂ ਖਿਲਾਫ਼ ਕਿਹੜਾ ਸਿੱਖ ਬੋਲਿਆ, ਉਹ ਵਧੇ ਫੁੱਲੇ ਨੀ ਕਿੰਨਾ ਕੋਈ ਉਹਨਾਂ ਖਿਲਾਫ ਬੋਲੇ ਨੀ ਨਾ, ਅਸੀਂ ਚੁੱਪ ਕਰਕੇ ਬੈਠੇ ਹਾਂ। ਉਹ ਬੰਦੇ ਮਦਕ ਮਤਲਬ ਪੈਸਿਆਂ ਚ ਵੀ ਹੈਲਪ ਕਰਦੇ ਨੇ ਘਰਾਂ ਚ ਜਾ ਕੇ, ਜਿਹੜੇ ਗਰੀਬ ਬੰਦੇ ਨੇ। ਟੋਟਲੀ ਚ ਇਹ ਨਹੀਂ ਕਰਨੀ ਚਾਹੀਦੀ, ਆਪਣਾ ਨਿੱਜੀ ਵਿਚਾਰ ਹੈ ਇਹ,
ਦੇਖੋ ਪਰ ਅਸੀਂ ਕੀ ਕਰ ਰਹੇ ਹਾਂ, ਅਸੀਂ ਤਾਂ ਕਿਸੇ ਕਿਸੇ ਨਾ ਸਾਡੇ ਕੋਈ ਸੰਸਥਾਵਾਂ ਪੜ੍ਹਾ ਰਹੀਆਂ ਨੇ, ਕੁਛ ਵੀ ਨੀ ਹੋ ਰਿਹਾ। ਫਿਰ ਅਗਲਾ ਜਿੱਧਰ ਉਹਨਾਂ ਨੂੰ ਜਾਊਗਾ, ਕਿਉਂਕਿ ਉਰੇ ਪੰਜਾਬ ਚ ਅੱਜ ਕਿਹਦੇ ਲਵੇ ਪੈਸਾ। ਨਹੀਂ ਕੋਈ ਕੋਈ ਪੱਖ ਤਾਂ ਕਰਦੇ, ਅਸੀਂ ਕੋਈ ਚੀਜ਼ ਕੀਤੀ ਆ ਵੀ ਮਾਰ ਦਿਓ, ਸੋਧਾ ਲਾ ਦਿਓ, ਚੱਕ ਲਾਓ, ਏਦਾਂ ਕਰ ਦਿਓ, ਐਂ ਕਰ ਦਿਆਂਗੇ, ਅਸੀਂ ਘਰੇ ਜਾ ਕੇ ਘੇਰ ਲਵਾਂਗੇ, ਐਂ ਕਰਾਂਗੇ, ਸਰੂਪ ਚੱਕ ਲਿਆਵਾਂਗੇ, ਐਂ ਕਰਾਂਗੇ, ਹਨਾ। ਮਤਲਬ ਧਮਕੀਆਂ ਦੇਣ ਤੋਂ, ਗੁੰਡਾਗਰਦੀ ਤੋਂ ਬਿਨਾਂ ਕਦੇ ਹੋਇਆ, ਕਦੇ ਸੁਣਿਆ ਕਿਸੇ ਦਾ ਇੱਦਾਂ ਦਾ ਵਿਚਾਰ ਆਇਆ ਹੋਵੇ, ਕਿਸੇ ਨੇ ਵੀਡੀਓ ਫੇਸਬੁੱਕ 'ਤੇ ਕੱਢੀ ਹੋਵੇ ਵੀ ਆਹ ਮਸਲਾ ਹੋਇਆ ਜੀ, ਵੀ ਅਸੀਂ ਅੱਜ ਸ਼ਾਮ ਨੂੰ 7 ਵਜੇ ਸਾਡੀ ਮੀਟਿੰਗ ਆ ਜਾਂ ਕੱਲ੍ਹ ਨੂੰ ਮੀਟਿੰਗ ਕਰਕੇ ਅਸੀਂ ਵਿਚਾਰ ਕਰਾਂਗੇ ਇਹਦੇ ਉੱਤੇ। ਅਸੀਂ ਸਾਡੀ ਮੀਟਿੰਗ ਵਿੱਚ ਕੀ ਹੁੰਦਾ, ਚਲੋ ਬਈ ਬੋਲੇ ਸੋ ਨਿਹਾਲ, ਮਤਾ ਪਾਸ ਕਰ ਦਿੱਤਾ, ਚਲੋ ਜਾ ਕੇ ਰੇਡੀਓ ਭੰਨ ਕੇ ਆਈਏ, ਚੱਕ ਕੇ ਲਿਆਈਏ। ਮਤਲਬ ਜਿੱਦਣਾ ਚਿਰ ਅਸੀਂ ਵਿਚਾਰਨ ਬਾਰੇ, ਸੋਚਣ ਬਾਰੇ, ਜਿਹੜੀਆਂ ਇੱਦਾਂ ਦੀ ਡਿਸਕਸ਼ਨ ਬਾਰੇ ਗੱਲਬਾਤ ਨਹੀਂ ਕਰਾਂਗੇ, ਉਨਾ ਚਿਰ ਸਿਆਣੇ ਬੰਦੇ ਸਾਹਮਣੇ ਕਿੱਦਾਂ ਆਉਣਗੇ। ਹੁਣ ਜਿੱਥੇ ਤੁਸੀਂ ਮੀਟਿੰਗ ਕਰਕੇ ਮਾਰ ਕਟਾਈ ਦੀ ਗੱਲ ਕਰਨੀ, ਲੜਾਈ ਦੀ ਗੱਲ ਕਰਨੀ ਆ, ਫਿਰ ਤੁਸੀਂ ਕਹਿਣਾ ਕਮਿਊਨਿਟੀ ਦੇ ਸਿਆਣੇ ਪਤਵੰਤੇ ਨਹੀਂ ਹੋਏ ਜਾਂ ਸ਼ਾਮਿਲ ਨਹੀਂ ਹੋਏ ਉਹਦੇ ਵਿੱਚ। ਮੁੜ ਕੇ ਤੁਸੀਂ ਦਾਅਵਾ ਕਰਨਾ ਹੈ ਵੀ ਅਸੀਂ ਹੀ ਕਮਿਊਨਿਟੀ ਹਾਂ, ਸਾਰੀ ਕੌਮ ਹੀ ਅਸੀਂ ਹਾਂ, ਟਕਸਾਲ ਇਹੀ ਦਾਅਵਾ ਕਰਦੀ ਹੈ ਨਾ ਵੀ ਕੌਮ ਅਸੀਂ ਹਾਂ। ਇਹ ਬੰਦਾ ਜਿਹੜਾ ਉਹਨਾਂ ਦੀਆਂ ਮਾਨਤਾ ਦੇ ਖਿਲਾਫ, ਮਾਨਤਾਵਾਂ ਦੇ ਖਿਲਾਫ ਬੋਲਦਾ, ਉਹਨੂੰ ਕਹਿੰਦੇ ਵੀ ਕੌਮ ਦੇ ਖਿਲਾਫ ਬੋਲਿਆ, ਗੁਰੂ ਦੇ ਖਿਲਾਫ ਬੋਲਿਆ। ਨਹੀਂ ਕਿਤੇ ਨਾ ਕਿਤੇ ਸਾਨੂੰ, ਹਾਂਜੀ ਦੇਖੋ ਜੀ, ਸੁਖਬਰੀਤ ਉਦੂ ਇਹ ਜਿਹੜੇ ਵਿਦਵਾਨ ਨੇ, ਏਦੂ ਵੱਧ ਗੁਰਬਾਣੀ ਦੇ ਅਰਥ ਇਤਿਹਾਸ ਬਾਰੇ ਏਦੂ ਵੱਧ ਤਾਂ ਨੀ ਪਤਾ ਜੀ ਕਿਸੇ ਨੂੰ, ਮਤਲਬ ਆਮ ਬੰਦੇ ਨੂੰ। ਇਹਨਾਂ ਨੇ ਕੀ ਉਖਾੜ ਲਿਆ, ਕੀ ਕਰੈਕਟਰ ਹੈ, ਕਿਵੇਂ ਗੱਲਾਂ ਕਰਦਾ ਉਹ 1.5 ਘੰਟੇ ਦੀ ਵੀਡੀਓ ਚ, ਮੈਂ ਛੱਡ ਦੂੰਗਾ ਇਹ। ਮਤਲਬ ਕਰੈਕਟਰ ਵਾਈਜ਼ ਤਾਂ ਸੋਚ, ਇਹਦਾ ਮਤਲਬ ਕੀ ਹੈ, ਗੁਰਬਾਣੀ ਦਾ ਪ੍ਰਭਾਵ ਨੀ ਪੈ ਰਿਹਾ ਬੰਦੇ ਤੇ, ਜਾਂ ਇਹ ਕੀ ਸੋਚ ਕੇ ਪੜ੍ਹਦੇ ਨੇ। ਗੱਲ ਤਾਂ ਉਹੀ ਹੈ ਨਾ, ਕਰੈਕਟਰ ਦੀ, ਆਰਮੀ ਵਧੀਆ ਬਣੇ, ਉਹ ਸਾਰੀਆਂ ਗੱਲਾਂ ਤੇ ਛੱਡ ਕੇ ਬਸ ਲੋਕਾਂ ਨੂੰ ਪੜ੍ਹਾਈ ਜਾਂਦੇ ਨੇ ਤਾਈਆਂ ਲਾ ਕੇ, ਤੇ ਕਰੈਕਟਰ ਆਪਦਾ ਕੁਛ ਨੀ ਹੈਗਾ। ਸਾਡੇ ਬੰਦੇ ਫੇਰ ਵੀ ਉਹਨਾਂ ਨੂੰ ਕਹਿ ਰਹੇ ਨੇ ਇਹ ਬੰਦੇ ਗੁੱਡ ਨੇ, ਇਹ ਕੋਈ ਚੱਕਰ ਨੀ। ਉਹ ਨਹੀਂ, ਬਸ ਗੱਲ ਇਹ ਆ ਨਾ, ਜਿਹੜਾ ਬੰਦਾ ਬਹੁ ਗਿਣਤੀ ਦੇ ਵਿੱਚ ਮਰਜ ਹੁੰਦਾ ਜਾ ਰਿਹਾ ਆ, ਉਹ ਕੋਈ ਸਮੱਸਿਆ ਨਹੀਂ ਕਿਸੇ ਦੇ ਲਈ, ਉਹਦੇ ਲਈ ਬਸ ਠੀਕ ਆ। ਅਗਲਾ ਕਹਿੰਦਾ ਠੀਕ ਆ ਭਾਈ, ਚੰਗੇ ਬਣੋ, ਕੁਛ ਨੀ ਫਰਕ ਪੈਂਦਾ। ਜਿਹੜਾ ਵਗਦਾ ਬਹਿਣ ਆ, ਉਹਦੇ ਉਲਟ ਜਿਹੜਾ ਸੋਚਣਾ, ਉਹਦੇ ਉਲਟ ਕਹਿਣਾ, ਜਿੱਦਾਂ ਇੰਨਾ ਸੌਖਾ ਨਹੀਂ ਹੁੰਦਾ ਹੁੰਦਾ, ਪਰ ਉਹ ਤੋਂ ਬਿਨਾਂ ਗੱਲ ਨਹੀਂ ਬਣਨੀ। ਤੁਹਾਨੂੰ ਕੰਧ ਥੰਮ ਬਣ ਕੇ, ਕੰਧ ਬਣ ਕੇ ਖੜਨਾ ਪੈਣਾ, ਰੁਕਣਾ ਪੈਣਾ ਉਹਨਾਂ ਨੂੰ, ਹਨਾ। ਚਲੋ ਠੀਕ ਆ ਵੀਰੇ, ਸਾਡੇ ਨਾਲ ਇੱਕ ਸਰੋਤੇ ਹੋ ਰਿਹਾ, ਉਹਨਾਂ ਦੀ ਵੀ ਉਹਨਾਂ ਦੀ ਸੁਣ। ਥੈਂਕ ਯੂ ਜੀ। 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਹਾਂ ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰ ਜੀ, ਹਰਨੇਕ ਸਿੰਘ ਜੀ, ਮੈਂ ਮਰੇਪੋਲੇ ਤੋਂ ਬੋਲਦਾ ਜੀ, ਪ੍ਰਗਟ ਸਿੰਘ। ਹਾਂਜੀ ਹਾਂਜੀ ਵੀਰ ਜੀ, ਮੈਂ ਇੱਕ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਸੀ, ਆਪਣੇ ਸਾਹਿਬ ਉਹਨਾਂ ਨੇ ਜਿਹੜਾ ਕਰਿਆ ਸਾਨੂੰ 500 ਛੇਕਿਆ। ਉਹ ਜੀ ਜਿਹੜਾ ਨਾ ਮੰਡ ਹੁਣਾਂ ਨੇ ਛੇਕਿਆ ਸੀਗਾ। ਵੀਰ ਜੀ ਇੱਕ ਮਿੰਟ। ਹਾਂਜੀ, ਮੈਂ ਸਿਰਫ ਕੌਮ ਤੋਂ ਮਾਫ਼ੀ ਮੰਗਣਾ ਚਾਹੁੰਦਾ ਵੀ ਮੈਂ ਵੀ ਉਹਨਾਂ ਦਾ ਹਿੱਸਾ ਬਣਿਆ ਜਦ ਉਹ ਸਰਬੱਤ ਖਾਲਸਾ ਦੇ ਚੁਣੇ ਗਏ। ਠੀਕ ਹੈ। ਜਾ ਕੇ ਅਸੀਂ ਉਹਨਾਂ ਨੂੰ ਇਹੋ ਜਿਹੇ ਬੁੱਝਣਾ ਨੂੰ ਆਪਣੇ ਸਿਰ ਤੇ ਬਿਠਾਇਆ ਹੈ ਜਿਨ੍ਹਾਂ ਨੇ ਇਹ ਵੀ ਨੀ ਸੋਚਿਆ ਵੀ ਜਿਹੜੇ ਦੂਜੇ ਜਥੇਦਾਰ ਨੇ ਉਹ ਤਾਂ ਚਿੱਠੀ ਭਾਉਂਦੇ ਨੇ ਪੇਸ਼ ਹੋਣ ਲਈ ਅਕਾਲ ਤਖ਼ਤ ਤੇ। ਇਹਨਾਂ ਨੇ ਨਾ ਦਲੀਲ ਨਾ ਅਪੀਲ, ਸਿੱਧੀ ਫਾਸੀ। ਉਹਦੀ ਸੋਚ ਨੂੰ ਇਹ ਬੰਦ ਕਰ ਦੇਣਗੇ, ਕਿੰਨਿਆਂ ਕੁ ਨੂੰ ਇਹ ਕੱਢ ਦੇਣਗੇ ਪੰਚ ਚੋਂ। ਹਰਨੇਕ ਸਿੰਘ ਦੀ ਪਿੱਠ ਤੇ ਹਜ਼ਾਰਾਂ ਹੁਣ ਹਰਨੇਕ ਸਿੰਘ ਖੜਾ ਹੈ।
ਕਿੰਨਿਆਂ ਤੋਂ ਪੰਥ ਚੋਂ ਕੱਢਣਗੇ, ਛਿੱਕਣਗੇ ਕਿੰਨਿਆਂ ਤੋਂ, ਪੰਥ ਰਹਿ ਕੀ ਜਾਊਗਾ। ਜੇ ਇਹਨਾਂ ਨੇ ਸਾਰੀ ਤੁਹਾਡੀ ਸੋਚ ਦੇ ਪੰਥ ਚੋਂ ਕੱਢਤੇ, ਪੰਥ ਚ ਬਚੂਗਾ ਕੀ ਬਾਕੀ? ਉਹੀ ਤਾਂ ਉਹ ਚਾਹੁੰਦੇ ਆ, ਉਹ ਚਾਹੁੰਦੇ ਆ ਸਾਡੇ ਵਰਗੇ ਬਚਣ, ਜਿਹੜੇ ਬਚਦੇ ਆ ਪਿੱਛੇ, ਜਿੱਦਾਂ ਅਸੀਂ ਕਹਿੰਦੇ ਆ, ਜਿੱਦਾਂ ਅਸੀਂ ਸੋਚਦੇ ਉਦਾਂ ਸੋਚਣ। ਇਕਸਾਰਤਾ ਜਿਹੜੀ ਏਕਤਾ ਦੇ ਨਾਂ ਤੇ ਇਕਸਾਰਤਾ ਲਿਆਉਣ ਦੀ ਜਿੱਦ ਆ ਨਾ, ਉਹੀ ਸਾਡੀ ਅੱਜ ਬਹੁਤ ਵੱਡੀ ਸਮੱਸਿਆ ਬਣੀ ਹੋਵਾਂ। ਇਹਦੇ ਬਾਰੇ ਵੀਰ ਜੀ, ਮੈਂ ਮੁੱਢ ਤੋਂ ਮਾਨ ਦਲ ਨਾਲ ਜੁੜਿਆ ਹੋਇਆ। ਹਾਂਜੀ, ਮਾਨ ਦਲ ਦਾ ਵਰਕਿੰਗ ਕਮੇਟੀ ਮੈਂਬਰ ਹੈ ਤੇ ਸਰਦਾਰ ਬਹਾਦਰ ਸਿੰਘ, ਉਹਦੇ ਨਾਲ ਮੇਰੀ ਗੱਲ ਹੋਈ ਕੱਲ ਇਸ ਵਿਸ਼ੇ ਤੇ। ਹਾਂਜੀ, ਵੀ ਤੁਹਾਡਾ ਜਿਹੜਾ ਫੈਸਲਾ ਅਕਾਲ ਤਖ਼ਤ ਦੇ ਮੰਡ ਸਾਹਿਬ ਉਹਨਾਂ ਨੇ ਕਰਿਆ ਵੀ ਤੁਹਾਡੀ ਪਾਰਟੀ ਚ ਵਿਚਾਰਿਆ ਗਿਆ, ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਜੋਤੋ ਲੱਗਿਆ ਵੀ ਉਹਨਾਂ ਨੂੰ ਪੰਥ ਚੋਂ ਛੇਕਿਆ ਗਿਆ ਮੰਡ ਨੇ, ਵੀ ਇਹ ਸਾਨੂੰ ਤਾਂ ਪਤਾ ਹੀ ਨੀ, ਵਿਚਾਰ ਹੀ ਨੀ ਗਿਆ ਨਾਲੇ ਮਾਨ ਦੇ ਪੰਥ ਵਿੱਚ ਤਾਂ ਅਸੀਂ ਪਹਿਲਾਂ ਹੀ ਹੈ ਨੀ। ਮਗਰ ਤੁਹਾਡੀ ਪਾਰਟੀ ਦਾ ਜਥੇਦਾਰ ਹੋਵੇ, ਤੁਹਾਡੀ ਪਾਰਟੀ ਦਾ ਮੀਤ ਪ੍ਰਧਾਨ ਰਿਹਾ ਹੋਵੇ ਬੰਦਾ, ਜਿਹੜਾ ਤੁਸੀਂ ਕੌਮ ਤੇ ਬਿਠਾਇਆ ਉੱਥੇ ਸਾਲ ਦਾ ਤੇ ਜਥੇਦਾਰ ਬਣਾ ਕੇ, ਤੁਹਾਡੀ ਪਾਰਟੀ ਨੂੰ ਪਤਾ ਨਾ ਹੋਵੇ ਫੈਸਲਾ ਵੀ ਆਇਆ ਹੋਇਆ? ਉਹ ਨਹੀਂ, ਦਾਦੂ ਵਾਲ ਬੰਦੇ ਇਹਨਾਂ ਨੂੰ ਟੁੱਕੜ ਜਾਂਦੇ ਆ ਬਾਹਰੋਂ ਜਾ ਰਹੇ, ਉਹ ਇਹ ਉਹ ਕੁੱਤੇ ਆ ਜਿਹੜੇ ਗਲੀਆਂ ਚ ਅਵਾਰਾ ਫਿਰਦੇ ਹੁੰਦੇ, ਕਦੇ ਉਸ ਬੂਹੇ ਤੋਂ ਖਾਧੀ ਕਦੇ ਉਸ ਬੂਹੇ ਤੋਂ ਖਾਧੀ, ਠੀਕ ਆ। ਇਹਨਾਂ ਨੂੰ ਉਹ ਫਿਲਮ ਸੀ ਕਿਹੜੀ ਪਿੱਛੇ ਜਾਏ ਪੰਜਾਬੀ ਫਿਲਮ ਆਈ ਸੀ ਬਟੂਆ ਤੇ ਉਹ ਕੀ ਸੀ ਗੋਲ, ਆਹੋ ਉਹਦੇ ਚ ਭੋਲਾ ਹੁੰਦਾ ਭੋਲਾ, ਇਹ ਭੋਲੇ ਆ ਜਿਹੜੇ ਅਵਾਰਾ ਇਹਨਾਂ ਨੇ ਕੌਮ ਸ਼ਹੀਦਾਂ ਦੇ ਨਾਂ ਤੇ ਖਾ ਲਈ, ਇਹਨਾਂ ਨੇ ਕੌਮ ਸ਼ਹੀਦਾਂ ਦੇ ਨਾਂ ਤੇ ਉਹਨਾਂ ਦਾ ਨਾਂ ਵੇਚ ਵੇਚ ਕੌਮ ਖਾ ਲਈ ਇਹਨਾਂ ਨੇ, ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ। ਧਰਮੀ ਫੌਜੀਆਂ ਦੇ ਨਾਂ ਤੇ ਜਿੰਨਾ ਪੈਸਾ ਧਰਮੀ ਫੌਜੀਆਂ ਦੀਆਂ ਜੁਨੀਆਂ ਇਹਨਾਂ ਨੇ ਜਿੰਨਾ ਇਹਨਾਂ ਨੇ ਖਾਧਾ, ਸ਼੍ਰੋਮਣੀ ਕਮੇਟੀ ਨੇ ਖਾਧਾ। ਮੈਂ ਧਰਮੀ ਫੌਜੀ ਦਾ ਭਰਾ, ਮੈਨੂੰ ਪਤਾ ਵੀ ਇਹਨਾਂ ਨੇ ਕੀ ਕਰਤੂਤਾਂ ਕਰੀਆਂ ਨੇ, ਦਸ ਦਸ ਹਜ਼ਾਰ ਦੇ ਚੈੱਕਾਂ ਦੇ ਸਾਈਨ ਕਰਕੇ ਪੰਜਾਹ ਪੰਜਾਹ ਹਜ਼ਾਰ ਖਰਚਾ ਸ਼੍ਰੋਮਣੀ ਕਮੇਟੀ ਨੇ ਖਾਤੇ ਚ ਪਾਇਆ, ਨਾਲ ਸ਼੍ਰੋਮਣੀ ਕਮੇਟੀ ਦੇ ਧਰਮੀ ਫੌਜੀਆਂ ਯੂਨੀਅਨ ਦੇ ਸਾਰੇ ਰਲੇ ਹੋਏ ਨੇ, ਉਹ ਤਿੰਨ ਤਿੰਨ ਨੌਕਰੀਆਂ ਲੈ ਗਏ ਵਿੱਚ, ਜਿਹੜੇ ਮੂਹਰੇ ਬੈਠੇ ਨੇ ਧਰਮੀ ਫੌਜੀ ਆਪਦੇ ਆਪ ਨੂੰ ਘੁਮਾਉਂਦੇ ਨੇ, ਪੈਨਸ਼ਨ ਵੀ ਲੈਂਦੇ ਨੇ, ਦੋ ਦੋ ਤਿੰਨ ਤਿੰਨ ਨੌਕਰੀਆਂ ਸ਼੍ਰੋਮਣੀ ਕਮੇਟੀ ਤੋਂ ਵੀ ਪਾਈ ਬੈਠੇ ਨੇ, ਪਰ ਇੱਕ ਧਰਮੀ ਫੌਜੀਆਂ ਦੇ ਪਰਿਵਾਰ ਇਹੋ ਜਿਹੇ ਨੇ ਜਿਹਨਾਂ ਦੇ ਬੱਚੇ ਅੱਜ ਮੁਸਲਮਾਨ ਘਰ ਪਾਪਾ ਦੇ ਰਹੇ ਨੇ ਜੀ। ਤੁਹਾਨੂੰ ਨਹੀਂ ਜੀ, ਉਹ ਉਹਨਾਂ ਤੋਂ ਹੋਇਆ ਹੀ ਨਹੀਂ, ਇਹ ਸੋਚਿਆ ਹੀ ਨਹੀਂ ਹੋਇਆ ਵੀ ਅਸੀਂ ਜਿਹੜਾ ਫੇਰ ਕਰਨਾ ਨਾ, ਕਿਉਂਕਿ ਕੌਮ ਤੇ ਜਦੋਂ ਬਿਪਤਾ ਆਈ ਨਾ, ਕੋਈ ਹੁਣ 84 ਆਇਆ ਜਾਂ ਕੋਈ ਹੜ੍ਹ ਆਇਆ ਜਾਂ ਫੌਜੀਆਂ ਦੀ ਗੱਲ ਹੋਈ, ਇਹਨਾਂ ਲੋਕਾਂ ਲਈ ਤਾਂ ਲੋਟੋ ਨਿਕਲੀ ਆ ਜੀ। ਹਾਂਜੀ ਹਾਂਜੀ ਹਾਂਜੀ, ਇਹ ਤਾਂ ਕਹਿੰਦੇ ਏਦਾਂ ਦੇ ਘੱਲੂ ਘਰੇ ਨਿਤ ਵਾਪਰਨ, ਅਮਰੀਕਾ ਕੈਨੇਡਾ ਨਿਊਜ਼ੀਲੈਂਡ ਚ ਬੈਠਣੇ ਵਾਲੇ ਜਿਹੜੇ ਸ਼ਹੀਦਾਂ ਦੇ ਨਾਂ ਤੇ ਜਿੰਨੀ ਗਰਾਈਆਂ ਕੀਤੀਆਂ, ਇਹਨੇ ਕਰੋੜਾਂ ਅਰਬਾਂ ਇਕੱਠੇ ਕਰ ਲਏ ਇਹਨਾਂ ਦੀਆਂ ਪ੍ਰੋਪਰਟੀਆਂ। ਜੇ ਇਹ ਬੰਦੇ ਖਾਲਿਸਤਾਨ ਦੀਆਂ ਗੱਲਾਂ ਕਰਨ ਵਾਲੇ, ਭਿੰਡਰਾਂ ਵਾਲਿਆਂ ਦੀਆਂ ਗੱਲਾਂ ਕਰਨ ਵਾਲੇ ਬੰਦੇ ਇਮਾਨਦਾਰੀ ਨਾਲ ਆਪਣੇ ਅਕਾਊਂਟ ਦੱਸਣ, ਆਪਣੀ ਪ੍ਰੋਪਰਟੀ ਦੱਸਣ, ਵੀ 84 ਤੋਂ ਪਹਿਲਾਂ ਕੀ ਸੀ ਤੇ ਬਾਅਦ ਵਿੱਚ ਕੀ, ਕਿਹੜੀ ਆਮਦਨ ਇਹਨਾਂ ਦੀ, ਕਿੰਨਾ ਟੈਕਸ ਭਰਿਆ, ਜੇ ਕਿਤੇ ਜਨਤਕ ਕਰਨ, ਤੁਹਾਨੂੰ ਪਤਾ ਲੱਗੇ ਵੀ ਅਰਬਾਂ ਅਰਬਾਂ ਰੁਪਈਏ ਇਹਨਾਂ ਲੋਕਾਂ ਨੇ ਨਿਗਲੇ ਆ ਇਹਨਾਂ ਨਾਵਾਂ ਦੇ ਉੱਤੇ। ਠੀਕ ਆ, ਇਹਨਾਂ ਲਈ ਤਾਂ ਇਹਨਾਂ ਨੇ ਭਾਜੀ ਇੱਕ ਸ਼੍ਰੋਮਣੀ ਕਮੇਟੀ ਨੇ ਕਰਿਆ ਵੀ 50,000 ਹਰ ਇੱਕ ਧਰਮੀ ਫੌਜੀ ਦੇ ਪਰਿਵਾਰ ਨੂੰ ਸਾਲ ਬਾਅਦ ਦਿੱਤਾ ਜਾਊਗਾ। ਹਾਂਜੀ,
ਮੈਂ ਆਰਟੀਕਲ ਲਿਖਤਾ ਧਰਮੀ ਫੌਜੀਆਂ ਤੇ ਵੀ ਸਾਡੇ ਪਰਿਵਾਰ ਨੂੰ ਅੱਜ ਤੱਕ ਸਿੱਖ ਕੌਮ ਨੇ ਕੀ ਦਿੱਤਾ। ਮੱਕੜ ਨੇ ਮੇਰੀ ਭਰਜਾਈ ਨੂੰ ਲੁਧਿਆਣੇ ਸੱਦ ਕੇ ਜਿਹੜੇ ਅਖਬਾਰ ਚ ਮੇਰੇ ਆਰਟੀਕਲ ਲੱਗ ਜਾਵੇ ਸਪੋਕਸਮੈਨ ਚ, ਉੱਥੇ ਚੰਡੀਗੜ੍ਹ ਭੇਜ ਕੇ ਉਹਨੂੰ ਲਾਲਚ ਦੇ ਕੇ ਵੀ ਤੇਰੇ ਮੁੰਡੇ ਨੂੰ ਨੌਕਰੀ ਦਊ, ਪਰ ਤੂੰ ਆਪਦੇ ਦਿਓਰ ਦੇ ਵਰ ਖਿਲਾਫ਼ ਖ਼ਬਰ ਲਵਾ ਵੀ ਮੇਰਾ ਜਿਹੜਾ ਕੋਈ ਲਿਸਟ ਨੀ, ਖ਼ਬਰ ਲਵਾ ਦੀ, ਮੇਰਾ ਮੂੰਹ ਬੰਦ ਕਰਾ ਦਾ ਇਹਨਾਂ ਨੇ। ਉਹ ਜਦ ਘਰ ਚ ਪਾਠਕ ਪੈ ਗਿਆ ਮੈਂ ਮੂੰਹ ਬੰਦ ਕਰ ਲਿਆ, ਆਰਟੀਕਲ ਵੀ ਮੈਂ ਅਖਬਾਰ ਨੂੰ ਭੇਜਣੋਂ ਹਟ ਗਿਆ। ਕੋਈ ਪਲੇਟਫਾਰਮ ਨੀ ਜੀ ਮਿਲਦਾ ਕਿਸੇ ਬੰਦੇ ਨੂੰ ਵੀਰੇ ਵੀ ਆਪਣੀ ਦਿਲ ਦੀ ਜਿਹੜੀ ਪੜਾਸ ਹੈ ਉਹ ਕਿਤੇ ਕੱਢ ਸਕੇ। ਮੈਂ ਬਹੁਤ ਕੋਸ਼ਿਸ਼ ਕਰਿਆ 6 ਮਹੀਨਿਆਂ ਤੋਂ ਵੀ ਤੁਹਾਡੇ ਰੇਡੀਓ ਤੋਂ ਕਿਸੇ ਤਰ੍ਹਾਂ ਮੇਰਾ ਸੰਪਰਕ ਹੋਵੇ, ਮੇਰਾ ਹੋ ਨੀ ਜੀ ਰਿਹਾ। ਫਿਰ ਮੈਂ ਕੱਲ ਇੱਕ ਮੇਰੇ ਪਿੰਡ ਦੇ ਮੁੰਡਾ ਪਰਮਜੀਤ ਮਰੇ ਕੋਲ ਤੁਹਾਨੂੰ ਫੋਨ ਕਰਦਾ, ਉਦੋਂ ਮੈਂ ਨੰਬਰ ਲੈ ਕੇ ਫੋਨ ਕਰਿਆ। ਠੀਕ ਹੈ ਜੀ, ਠੀਕ ਹੈ, ਕੋਈ ਨੀ ਤੁਸੀਂ ਅਸੀਂ ਵੀਰੇ ਇੱਕ ਮਿੰਟ ਹੀ ਲਓ, ਵੱਧ ਨੀ ਲੈਂਦਾ। ਨਹੀਂ ਨਹੀਂ ਕੋਈ ਨੀ, ਜਦੋਂ ਅਸੀਂ ਨਾ ਉੱਥੇ ਸ਼੍ਰੋਮਣੀ ਕਮੇਟੀ ਲਵੇ, ਹਾਂਜੀ, ਸਾਤੋਂ ਚੈੱਕ ਦਾ ਸਾਈਨ ਤਾਂ ਕਰਾਏ ਜਾਂਦੇ ਸੀ 50,000 ਰੁਪਏ, ਸਾਨੂੰ ਚੈੱਕ ਦਿੱਤਾ ਜਾਂਦਾ ਸੀ 10,000 ਦਾ। ਉਹ 40,000 ਧਰਮੀ ਫੌਜੀ ਦੇ 9 ਤੇ ਮੇਰੀ ਜੇਬ ਚ ਗਿਆ। ਬਸ ਤੁਸੀਂ ਦੇਖ ਲਓ ਵੀ ਹਜ਼ਾਰਾਂ ਦੇ ਨਾਲ ਇਹਨੂੰ ਗੁਣਾ ਕਰ ਲਿਓ, 40,000 ਨੂੰ, ਠੀਕ ਹੈ। ਪਰ ਇਹਦੇ ਚ ਧਰਮੀ ਫੌਜੀ ਦੀਆਂ ਯੂਨੀਅਨਾਂ ਵੀ ਰਲੀਆਂ ਹੋਈਆਂ ਨੇ। ਦਾਦੂ ਵਾਲ ਵਰਗਿਆਂ ਨੇ ਫੈਸਲਾ ਕੀਤਾ ਤੁਹਾਡੇ ਤੇ, ਇਹਨਾਂ ਨੇ ਨਾਲ ਹੀ ਵਿੱਚ ਲਿਖਵਾਇਆ ਉੱਤੇ ਖਬਰ ਦੇ ਵਿੱਚ ਵੀ ਸਾਨੂੰ ਦੇਸ਼ ਵਿਦੇਸ਼ ਤੋਂ ਈਮੇਲਾਂ ਰਾਹੀਂ ਫੋਨ ਰਾਹੀਂ ਸੰਗਤਾਂ ਨੇ ਕਿਹਾ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਉੱਥੇ ਝੂਠ ਨੀ ਬੋਲਦੇ, ਬੜਾ ਵੱਡਾ ਵੀ ਕਿਹੜਾ ਇਹਨਾਂ ਨੇ ਜਾਰੀ ਕੀਤਾ ਈਮੇਲ ਐਡਰੈਸ ਜਾਂ ਫੋਨ ਨੰਬਰ ਵੀ ਸਾਨੂੰ ਇੱਥੇ ਤੁਸੀਂ ਆਪਦੀਆਂ ਸ਼ਿਕਾਇਤਾਂ ਭੇਜੋ। 2016 ਦੀ ਜੁਲਾਈ ਚ ਧੁੰਦਾ ਜੀ ਨੇ ਆਉਣਾ ਸੀ ਜੀ ਨਿਊਜ਼ੀਲੈਂਡ ਸਿੰਘ ਸਭਾ ਗੁਰਦੁਆਰੇ ਸਾਡੇ ਕੋਲ। ਅੱਛਾ ਜੀ। ਤੇ ਉਹਨਾਂ ਦਿਨਾਂ ਚ ਪੰਥਪ੍ਰੀਤ ਸਿੰਘ ਇੱਥੇ ਆਇਓ ਸੀ। ਅੱਛਾ ਜੀ। ਤੇ ਇੱਕ ਦੋ ਗੱਲਾਂ ਹੋਈਆਂ ਤੇ ਅਸੀਂ ਪੰਥਪ੍ਰੀਤ ਸਿੰਘ ਬਾਰੇ ਇੱਥੇ ਰੇਡੀਓ ਤੇ ਵੀ ਬੋਲ ਦਿੱਤਾ ਤੇ ਲਿਖ ਵੀ ਦਿੱਤਾ, ਕਿਉਂਕਿ ਬਰਗਾੜੀ ਵਾਲੇ ਮਸਲੇ ਦੇ ਵਿੱਚ ਸਾਡੇ ਵਿਚਾਰ ਜਿਹੜੇ ਆ ਉਹਨਾਂ ਨਾਲੋਂ ਵੱਖਰੇ ਸੀਗੇ। ਤੇ ਧੁੰਦਾ ਜੀ ਨੇ ਜਿੱਦਣ ਆਉਣ ਚ 4 ਕੁ ਦਿਨ ਰਹਿ ਗਏ ਤਾਂ ਫੋਨ ਕੀਤਾ, ਕਹਿੰਦੇ ਭਈ ਏਦਾਂ ਏਦਾਂ ਗੱਲ ਆ ਭਈ ਮੈਨੂੰ ਮੈਂ ਸਲਾਹ ਕਰਨੀ ਚਾਹੁੰਦਾ ਵੀ ਮੈਂ ਨਾ ਆਵਾਂ। ਉਹ ਜਦੋਂ ਗੱਲ ਹੋਈ ਤਾਂ ਮੈਂ ਉਹਨਾਂ ਨਾਲ ਪਿਛਲੀ ਗੱਲ ਕਰਨ ਲੱਗ ਪਿਆ, ਬਰਗਾੜੀ ਵੇਲੇ ਜਦੋਂ ਨਾ ਲੱਗਾ ਸੀਗਾ ਇਹਨਾਂ ਦਾ ਧਰਨਾ, ਤੇ ਜਿੱਦਣ ਇਹ ਧਿਆਨ ਸਿੰਘ ਮੰਡ ਤੇ ਦਾਦੂਵਾਲ ਤੇ ਅਜਨਾਲੇ ਉਹਨਾਂ ਦੇ ਨਾਲ ਮਾਨ ਉਹਨਾਂ ਦੇ ਨਾਲ ਇਕੱਠੇ ਇਨੀ ਬੈਠ ਕੇ ਏਕਤਾ ਕੀਤੀ ਤੇ ਮੈਂ ਪੋਸਟ ਪਾ ਦਿੱਤੀ ਸੀ। ਪੋਸਟ ਤੋਂ ਬਾਅਦ ਧੁੰਦਾ ਜੀ ਨੇ ਫੋਨ ਕੀਤਾ, ਕਹਿੰਦੇ ਵੀ ਮੈਨੂੰ ਨਾ ਨਿਊਜ਼ੀਲੈਂਡ ਤੋਂ ਇੰਨੇ ਫੋਨ ਆਏ ਨਾ ਵੀ ਹਰਨੇਕ ਸਿੰਘ ਗੱਲ ਨੀ ਸੁਣਦਾ, ਕੱਲਾ ਹੀ ਕਰਦਾ ਆ। ਮੈਂ ਧੁੰਦਾ ਜੀ ਨੂੰ ਗੱਲ ਕਹੀ, ਹਾਜ਼ਰੀ ਤੁਸੀਂ ਗੱਲ ਕਰਦੇ ਨਾ, ਕਹਿੰਦੇ ਦੇਸ਼ ਵਿਦੇਸ਼ਾਂ ਤੋਂ ਮੇਲਾਂ ਆਈਆਂ ਤੇ ਕਹਿੰਦੇ ਵੀ ਏਦਾਂ ਇੰਨੇ ਫੋਨ ਆਏ ਨਾ ਮੈਨੂੰ, ਇੰਨੇ ਫੋਨ ਆਏ। ਮੈਂ ਧੁੰਦਾ ਜੀ ਨੂੰ ਕਿਹਾ ਵੀ ਮੈਨੂੰ ਨੰਬਰ ਦਿਓ ਤੇ ਉਹ ਨੰਬਰ ਜਿਹੜੇ ਤੁਸੀਂ ਦਊਗੇ ਫੋਟੋ ਖਿੱਚ ਕੇ ਭੇਜ ਦਿਓ ਮੈਂ ਰੇਡੀਓ ਪ੍ਰੋਗਰਾਮ ਵਿੱਚ, ਕਿਉਂਕਿ ਨਿਊਜ਼ੀਲੈਂਡ ਦੇ ਨੰਬਰ ਆ ਉਹ, ਮੈਂ ਕਿਹਾ ਰੇਡੀਓ ਪ੍ਰੋਗਰਾਮ ਚ ਮੈਂ ਔਨ ਏਅਰ ਫੋਨ ਕਰੂੰਗਾ ਉਹਨਾਂ ਨੂੰ ਵੀ ਮੈਂ ਗਰੰਟੀ ਦੇ ਦਿੰਦਾ ਤੁਹਾਨੂੰ। ਇੱਕ ਬੰਦਾ ਸੀਗਾ ਸਾਡੇ ਗਰੁੱਪ ਵਿੱਚ,
ਸਿਰੇ ਦਾ ਕਮੀਣਾ, ਮੈਂ ਉਸ ਬੰਦੇ ਦਾ ਨਾਂ ਲਿਆ। ਮੈਂ ਕਿਹਾ ਇੱਕ ਉਹ ਬੰਦਾ ਆ ਜਿਹੜਾ ਜਿਹੜਾ ਜਾਗਰੂਕਾਂ ਚੋਂ ਸਾਡੇ ਚੋਂ ਹੋ ਸਕਦਾ ਆ। ਉਹ ਤੋਂ ਬਿਨਾਂ ਜਿਹੜੇ ਬੰਦਿਆਂ ਦੇ ਤੁਹਾਨੂੰ ਫੋਨ ਗਾਏ ਹੋਣਗੇ ਸਾਰੇ ਟਕਸਾਲੀ ਹੋਣਗੇ, ਵਿਚਿੱਤਰ ਨਾਟਕੀ ਹੋਣਗੇ, ਫੇਕ ਆਈਡੀਆਂ ਹੋਣਗੀਆਂ। ਜਿਹੜੇ ਬੰਦੇ ਤੁਹਾਨੂੰ ਭੁਲੇਖਾ ਪਾਉਣਾ ਚਾਹੁੰਦੇ ਹੋਣਗੇ ਇੱਦਾਂ ਵੀ ਉਹ ਤੁਹਾਡੇ ਹਮਦਰਦੀ ਆ, ਕਿਉਂਕਿ ਜਦੋਂ ਇੱਥੇ ਆਪਾਂ ਕਰਾਂਗੇ ਬੰਦਾ ਫੋਨ ਚੱਕ ਲਊਗਾ, ਅਸੀਂ ਪੁੱਛਾਂਗੇ ਵੀ ਭਾਈ ਤੇਰਾ ਨਾਂ ਕੀ ਆ, ਹਨਾ, ਅਸੀਂ ਦੱਸ ਦਿਆਂਗੇ ਵੀ ਕਿਹੜੇ ਕਮੇਟੀ ਦੇ ਵਿੱਚ ਆ, ਕਿਹੜੇ ਗਰੁੱਪ ਨਾਲ ਸੰਬੰਧਿਤ ਆ ਉਹ, ਹਨਾ, ਵੀ ਜੈਨੂਨ ਬੰਦਾ ਤੁਹਾਨੂੰ ਕੋਲ ਨਿਊਜ਼ੀਲੈਂਡ ਚੋਂ ਫੋਨ। ਮੈਂ ਜੀ 2 ਦਿਨ ਉਹਨਾਂ ਨਾਲ ਗੱਲ ਕਰਦਾ ਰਿਹਾ ਤੇ ਉਹਨੇ ਸਾਨੂੰ ਇੱਕ ਵੀ ਨੰਬਰ ਨਹੀਂ ਦਿੱਤਾ। ਇਹ ਧੁੰਦਾ ਜੀ ਦੀ ਮੈਂ ਗੱਲ ਕਰਦਾ, ਅਖੀਰ ਤੇ ਜਾ ਕੇ ਉਹਨੇ ਇਹ ਕਹਿ ਦਿੱਤਾ ਵੀ ਚਲੋ ਛੱਡੋ ਜੀ ਆਪਾਂ ਬਹੁਤਾ ਡਿਟੇਲ ਵਿੱਚ ਕਾਹਨੂੰ ਜਾਣਾ ਜਾਣੀ। ਠੀਕ ਹੈ, ਇਹ ਇਹ ਜਿਹੜੇ ਬੰਦੇ ਨਾ ਇੱਦਾਂ ਦੀ ਸਟੇਟਮੈਂਟ ਦਿੰਦੇ ਹੁੰਦੇ ਆ ਵੀ ਬਹੁਤ ਮੇਲਾਂ ਆਈਆਂ, ਬਹੁਤ ਚਿੱਠੀਆਂ ਆਈਆਂ, ਬਹੁਤ ਲੋਕਾਂ ਨੇ ਕਿਹਾ ਸਾਨੂੰ, ਉਹ ਫੇਕ ਹੀ ਹੁੰਦੀਆਂ। ਉਹਨਾਂ ਨੂੰ ਪਤਾ ਹੁੰਦਾ ਵੀ 2-4 ਬੰਦਿਆਂ ਨੇ ਗੱਲ ਕਹੀ ਆ। ਠੀਕ ਹੈ, ਵੀ ਦੇਸ਼ਾਂ ਵਿਦੇਸ਼ਾਂ ਤੋਂ, ਹੁਣ ਪੰਥਪ੍ਰੀਤ ਜਦੋਂ ਕਹਿੰਦਾ ਵੀ ਅਮਰੀਕਾ ਦੇ ਵਿੱਚ ਸਾਡੀ ਇੱਦਾਂ ਸਿੰਘਾਂ ਨਾਲ ਗੱਲ ਹੋ ਗਈ, ਉਹ ਸ਼ੇਰੇ ਪੰਜਾਬ ਵਾਲਾ ਕੁਲਦੀਪ ਸਿੰਘ ਆ, ਹਨਾ, 2-3 ਸਰਬਜੀਤ ਸੈਕਰੋਮੈਂਟੋ, 2-4 ਬੰਦੇ ਆ ਜਾਣੀ ਕੈਨੇਡਾ ਅਮਰੀਕਾ ਦੇ ਵਿੱਚੋਂ ਜਿਹਨੂੰ ਉਹ ਕਹਿੰਦੇ ਵੀ ਅਮਰੀਕਾ ਦੀ ਸੰਗਤ ਕਹਿੰਦੀ ਆ ਸਾਨੂੰ, ਹਨਾ, ਕਿੱਡਾ ਵੱਡਾ ਝੂਠ। ਇਹਨਾਂ ਨੂੰ ਇਹ ਨੀ ਦਿਖਦਾ ਜੀ, ਇੱਕ ਨਾ ਅਸੀਂ ਜਾਈਦਾ ਕਿਤੇ ਨਾਮਧਾਰੀਆਂ ਦੇ ਕਿਸੇ ਪ੍ਰੋਗਰਾਮ ਦੇ ਵਿੱਚ, ਮੰਨ ਲਓ ਕਿਸੇ ਦਾ ਭੋਗ ਭਾਗ ਹੈ, ਉੱਥੇ ਮੰਨ ਲਓ ਜਿਹੜਾ ਇਹਨਾਂ ਦਾ ਮੁਖੀ ਬੈਠਾ ਹੁੰਦਾ ਨਾਮਧਾਰੀਆਂ ਦਾ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੁੰਦਾ, ਇੱਕ ਪਾਸੇ ਉਹ ਬੈਠਾ ਹੁੰਦਾ। ਮਤਲਬ ਸਾਡੇ ਵਰਗਾ ਤਾਂ ਇੱਕ ਅੱਧਾ ਬੰਦਾ ਹੁੰਦਾ ਕੋਈ, 5% ਲਾ ਲਓ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਬਾਕੀ ਉਹ ਸਿੱਧੇ ਉਹਨੂੰ ਮੱਥਾ ਟੇਕਦੇ ਨੇ। ਪਰ ਉੱਥੇ ਉਹਨਾਂ ਦੇਹਧਾਰੀ ਗੁਰੂ ਬੈਠਾ ਹੁੰਦਾ ਉੱਥੇ, ਕਦੇ ਕਈ ਵਾਰੀ ਕਦੇ ਕੋਈ ਬੰਦਾ, ਇੱਕ ਵਾਰੀ ਸਰ ਜੀ ਇੱਕ ਵਾਰੀ ਹੋ, ਇੱਕ ਮਿੰਟ ਸਿਰ, ਕਈ ਵਾਰੀ ਇਹ ਵੀ ਹੁੰਦਾ ਵੀ ਉਹਨਾਂ ਦਾ ਗੁਰੂ ਨਹੀਂ ਆਇਆ ਹੁੰਦਾ, ਮਤਲਬ ਜਿਹੜਾ ਗੁਰੂ ਕਹਿੰਦੇ ਉਹਨੂੰ ਸਤਿਗੁਰੂ, ਉਹਦੀ ਸੀਟ ਖਾਲੀ ਪਈ ਹੁੰਦੀ, ਉੱਥੇ ਮੱਥਾ ਟੇਕਦੇ ਨੇ ਜੀ ਉਹਨੂੰ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਹੈ, ਉੱਧਰ ਕੋਈ ਨੀ ਜਾਂਦਾ, ਉਹ ਖਾਲੀ ਜਗ੍ਹਾ ਨੂੰ ਮੱਥਾ ਟੇਕਦੇ ਨੇ, ਉੱਥੋਂ ਕਿਉਂ ਨੀ ਜਾਂਦੇ? ਗੱਲ ਇਹ ਹੈ ਉੱਥੋਂ ਕਦੇ ਸਰੂਪ ਚੱਕਣ ਗਏ ਹੋਣਗੇ ਇਹ, ਮਤਲਬ ਨੀ ਜੀ। ਇੱਥੇ ਸਾਰਾ ਕੁਛ ਹੋ ਰਿਹਾ ਸਰ, ਆ ਦਾਦੂਵਾਲ ਸਰਸੇ ਜ਼ਿਲ੍ਹੇ ਚ ਬੈਠਾ ਜੀ, ਉਹ ਸਰਸੇ ਜ਼ਿਲ੍ਹੇ ਦੇ ਨਾਲ ਹੀ ਆਈ, ਉੱਥੇ ਉਹਨਾਂ ਦਾ ਅਖਾੜਾ ਹੈ, ਇੱਧਰ ਨੂੰ ਮੂੰਹ ਨੀ ਕਰਦਾ ਇਹ। ਇੱਕ ਮਿੰਟ ਆ ਕੇ ਰੇਡੀਓ ਤੇ ਗੱਲ ਕਰਕੇ ਦਿਖਾ ਦੇ, ਇੰਨੀ ਅਕਲ ਜਿੰਨਾ ਦੀ ਹੈਗੀ, ਇੱਕ ਮਿੰਟ ਚ ਪਤਾ ਲੱਗ ਜੂ ਇਹ ਬੰਦੇ ਦੀ ਕਿਹੋ ਜਿਹੇ ਬੰਦੇ ਸਾਡੇ ਸਿਰਾਂ ਤੇ ਬਹਿ ਗਏ ਆ ਕੇ। ਨਹੀਂ ਜੀ, ਇਹਨਾਂ ਲਈ ਸੁਨੇਹਾ ਆ ਜੀ, ਕੰਨ ਖੋਲ ਕੇ ਸੁਣ ਲੈਣ ਜਿਹੜੇ ਵੀ ਗੁੰਡਾਗਰਦੀ ਕਰਦੇ ਆ। ਆਉਣੇ ਵਾਲਾ ਸਮਾਂ ਤੁਹਾਨੂੰ ਔਖਾ ਕਰੂਗਾ ਜੇ ਤੁਸੀਂ ਆਪਣਾ ਵਿਕਾਸ ਨਾ ਕੀਤਾ। ਜਿਹੜੀ ਗੱਲ ਆ, ਆਪਣੀ ਗੱਲ ਨੂੰ, ਆਪਣੇ ਜਜ਼ਬਾਤਾਂ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਇਜ਼ਹਾਰ ਕਰਨਾ ਸਿੱਖੋ, ਨਹੀਂ ਤਾਂ ਔਖਾ ਹੋਣਾ ਆ। ਜਿਹੜੇ ਪਸ਼ੂ ਸਿੰਘ ਮਾਰਦੇ ਨਾ, ਜਿਹੜੇ ਪਸ਼ੂ ਭਿੜਦੇ ਆ ਜਾ ਕੇ, ਉਹਨਾਂ ਦੇ ਲਈ ਨੱਥਾਂ ਪਾਉਣ ਦਾ ਤਰੀਕਾ, ਉਹਨਾਂ ਨੂੰ ਜੂੜਨੇ ਦਾ ਤਰੀਕਾ ਵੱਖਰਾ ਹੁੰਦਾ ਆ। ਜੂੜ ਲੈ ਜਾਂਦੇ ਆ, ਕਰ ਲੈ ਜਾਂਦੇ ਕਾਬੂ, ਫਿਰ ਅੜਿੰਗਦੇ ਹੁੰਦੇ ਆ ਉਹ, ਫਿਰ ਉਹਨਾਂ ਨੂੰ ਲੱਗਦਾ ਹੁੰਦਾ ਵੀ ਬਾਕੀਆਂ ਵਾਂਗ ਸਾਨੂੰ ਕਿਉਂ ਨੀ ਖੁੱਲੇ ਛੱਡਿਆ ਗਿਆ। ਸੋ ਇਹਨਾਂ ਨੂੰ ਇਹ ਬੇਵਕੂਫਾਂ ਨੇ, ਚਲੋ ਵੀ ਕੱਲ ਤੱਕ ਦਾ ਤਾਂ ਮੰਨਿਆ ਥੋੜਾ ਬਹੁਤਾ, ਟਕਸਾਲ ਵਾਲਿਆਂ ਨੇ ਉਹਨਾਂ ਨੂੰ ਕਹਿ ਤਾ, ਇਹ ਇਹਨਾਂ ਨੂੰ ਪਤਾ ਨੀ ਕੀ ਕਾਲੀ ਅੱਗ ਲੱਗੀ ਹੋਈ ਸੀ, ਦੱਸੋ ਕਿੱਥੋਂ ਆ ਕੇ ਵਿੱਚੋਂ ਅਖੇ ਜੀ। ਕਈ ਫੈਸਲੇ ਇਹੋ ਜਿਹੇ ਹੁੰਦੇ ਨੇ, ਸਪਸ਼ਟੀਕਰਨ ਹੀ ਲਿਆ ਜਾਂਦਾ, ਕਹਿੰਦੇ ਡੰਗਰ ਦਿਮਾਗ। ਉਹ ਵੀ ਉਹ ਦੂਜੇ ਜਥੇਦਾਰ ਨੇ ਉਹ ਫੈਸਲਾ ਉਲਟਾ ਦਿੱਤਾ, ਕਹਿੰਦਾ ਉਹਨਾਂ ਨੂੰ ਹੱਕ ਨੀ ਹੈਗਾ ਛੇਕਣ ਦਾ, ਹੱਕ ਨੀ। ਉਹ ਨਾ ਬਲਜਿੰਦਰ ਅੱਜ ਗੱਲ ਸੁਣਾਵੇ ਭੱਲੇ ਦੀ, ਕਹਿੰਦਾ ਉਹ ਭੱਲਾ ਕਿਤੇ ਏਦਾਂ ਬੈਠਾ, ਘਰ ਬੈਠੇ ਸੀਗੇ, ਕਿਸੇ ਨੇ ਕੀਤੀ ਗੱਲ ਉਲਟੀ ਸੀਗੀ, ਕਹਿੰਦਾ ਉੱਠੋ, ਕਹਿੰਦਾ ਭੱਜ ਜਾਓ ਘਰੋਂ ਬਾਹਰ ਜਾਓ। ਉਹ ਤੀਵੀਂ ਕਹਿੰਦੀ ਵੀ ਭੱਲਾ ਜੀ ਵੀ ਤੁਸੀਂ ਏਦਾਂ ਕਿਉਂ ਕਹਿ ਸਕਦੇ ਆ, ਵੀ ਘਰ ਤੁਹਾਡਾ ਥੋੜੋ, ਇਹ ਤਾਂ ਸ਼ਰਮਿੰਦਾ ਆ। ਕਹਿੰਦਾ ਚਲੋ ਉੱਠੋ ਫਿਰ ਮੇਰੇ ਘਰ ਚਲੋ, ਉੱਥੋਂ ਕੱਢੂੰਗਾ ਤੁਹਾਨੂੰ।
ਹੁਣ ਉਹ ਜਥੇਦਾਰ ਕਹਿੰਦੇ ਹੁਣੇ ਵੀ ਛੇਕਣਾ ਤਾਂ ਅਸੀਂ ਸੀ ਵੀ ਉਹਨੇ ਪਹਿਲਾਂ ਛੇਕ ਦਿੱਤਾ, ਹੁਣ ਉਹ ਨੀ ਖਾਰਜ ਕੀਤਾ ਵੀ ਨਹੀਂ ਅਜੇ ਪੰਥ ਵਿੱਚ ਹੀ ਆ, ਹੁਣ ਉਹ ਕਹਿੰਦੇ ਅਸੀਂ ਛੇਕਣਾ। ਏਦਾਂ ਦੇ ਨਾਲ ਮਿਲਦੀ ਜੁਲਦੀ ਇੱਕ ਹੋਰ ਗੱਲ ਹੈ, ਕੋਈ ਮਤਲਬ ਮੰਗਤਾ ਜਾਂਦਾ ਕਿਸੇ ਦੇ ਘਰ ਤੇ ਉਹ ਨਵੀਂ ਨਵੀਂ ਨੂੰਹ ਆਈ ਹੁੰਦੀ, ਉਹ ਨਾ ਜਵਾਬ ਦੇ ਦਿੰਦੀ ਉਹਨੂੰ, ਕਹਿੰਦੇ ਹੈ ਨੀ ਬਾਜਾ ਕਿੱਥੋਂ, ਉਹ ਤੁਰਿਆ ਜਾਂਦਾ ਬੜੋ ਬੜ ਕਰਦਾ, ਅੱਗੋਂ ਬੁੜੀ ਇੱਕ ਬਜ਼ੁਰਗ ਔਰਤ ਆ ਰਹੀ ਹੁੰਦੀ, ਉਹ ਕਹਿੰਦੇ ਕੀ ਹੋਇਆ, ਉਹ ਕਹਿੰਦਾ ਉਹ ਘਰ ਵਾਲਿਆਂ ਨੇ ਮੈਨੂੰ ਪਾਇਆ ਨੀ ਕੁਛ, ਉਹ ਕਹਿੰਦੀ ਸਾਡਾ ਘਰ ਆ ਮੈਂ ਵੇਖਦੀ ਕਿੰਨੇ ਨੇ ਦਿੱਤਾ ਤੈਨੂੰ ਕੁਛ, ਤੇ ਉਹ ਆ ਕੇ ਅੰਦਰ ਖੜੀ ਹੋ ਕੇ ਤੇ ਉਹਨੂੰ ਕਹਿੰਦੀ ਪਾਜਾ ਇਥੋਂ ਦਫ਼ਾ ਹੋ ਜਾ, ਕੁਛ ਨੀ ਹੈਗਾ ਇੱਥੇ, ਉਹ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕਿਉਂ ਕੀਤੀ ਬੁਲਾ ਕੇ, ਉਹ ਕਹਿੰਦੀ ਉਹਦੇ ਮੇਰੇ ਹੁੰਦੇ ਉਹ ਕਿਵੇਂ ਤੈਨੂੰ ਬੋਲ ਜੂਏ, ਉਹੀ ਗੱਲ ਹੈ ਜੀ। ਚਲੋ ਸਰ ਜੀ ਠੀਕ ਹੈ, ਚਲੋ ਕੰਟੀਨਿਊ, ਥੈਂਕ ਯੂ, ਥੈਂਕ ਯੂ ਜੀ, ਚਲੋ ਧੰਨਵਾਦ ਜੀ। ਆਪਾਂ ਫੋਨ ਦੋ ਹੋ ਰਿਹਾ ਜੀ ਸਾਡੇ ਕੋਲ, ਔਨ ਏਅਰ ਗੱਲ ਕਰਨੀ ਚਾਹੁੰਦੇ ਆ, ਤੇ ਪਹਿਲਾਂ ਤਾਂ ਇੱਧਰ ਅਸੀਂ ਦੇਖੀਏ। ਹਾਂਜੀ ਤੁਸੀਂ ਔਨ ਏਅਰ ਹੋ ਜੀ। ਹੈਲੋ, ਹੈਲੋ ਜੀ, ਹੈਲੋ, ਹਾਂਜੀ ਔਨ ਏਅਰ ਹੋ ਜੀ ਤੁਸੀਂ ਰੇਡੀਓ ਵਿਰਸਾ ਤੇ। ਹਾਂਜੀ ਗੁਰਫਤਿਹ ਜੀ, ਉਹ ਜੀ ਕੀ ਹਾਲ ਚਾਲ ਆ? ਠੀਕ ਹੈ ਜੀ, ਠੀਕ ਹੈ, ਠੀਕ ਆ। ਤੁਸੀਂ ਬੜੇ ਦਿਨ ਦਾ ਦੇਖੇ ਜੀ ਲਾ ਕੇ ਵੀ ਹਾਂ ਵੀ ਅਜੇ ਨੀ ਕਰਨਾ, ਅਜੇ ਨੀ ਕਰਨਾ, ਅਜੇ ਨੀ ਕਰਨਾ, ਕਿਉਂਕਿ ਇੱਥੇ ਸੋਚਦੇ ਸੀ ਹਾਂ ਵੀ ਭਾਜੀ ਕੋਈ ਭਾਜੀ ਕੋਈ ਆਪਣਾ ਦੱਸਣਗੇ ਵੀ ਹਾਂ ਵੀ ਕੀਤਾ, ਤੁਸੀਂ ਪਹਿਲਾਂ ਕਹਿ ਰਹੀ ਕੋਈ ਗੱਲ ਨੀ ਆਰਾਮ ਨਾਲ ਬੈਠੋ, ਜਦੋਂ ਕੋਈ ਗੱਲ ਹੋਏਗੀ ਤੇ ਕਰਾਂਗੇ ਗੱਲ। ਹਾਂਜੀ ਬੈਠੇ ਜੀ ਮਜ਼ੇ ਨਾਲ ਵੀ ਹਾਂ ਕੋਈ ਗੱਲ ਨੀ, ਠੰਡੇ ਦਿਲ ਨਾਲ ਬੈਠੇ। ਪਰ ਹੁਣ ਹੁਣ ਚੱਕਰ ਇਹ ਬਣ ਗਿਆ ਵੀ ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ, ਉਹਦੇ ਬਲਜੀਤ ਸਿੰਘ, ਬਲਜੀਤ ਸਿੰਘ ਦਾਦੂ ਰਾਧਾ ਸਵਾਮੀ ਆ, ਉਹ ਮਾਮਾ ਲੱਗਦਾ ਸਾਨੂੰ ਸਿੱਖ ਦਾ ਹੈ ਨੀ ਜੀ, ਹੈ ਨੀ ਉਹਨਾਂ ਦੇ ਦੂਜੇ ਜਥੇਦਾਰ, ਜਿੱਦਣ ਸਿੱਖੀ ਦੀ ਗੱਲ ਆਉਣੀ ਹੈ ਨਾ ਉਦਣ ਅਸੀਂ ਇੱਥੇ ਸੈਂਕੜੇ ਵਾਰ ਪੁੱਛ ਚੁੱਕੇ ਹਾਂ ਵੀ ਸਾਨੂੰ ਕੋ ਇਹ ਤਾਂ ਦੱਸ ਦਿਓ ਵੀ ਕੌਮ ਹੈ ਕੌਣ ਆ, ਪੰਥ ਹੈ ਕੌਣ ਆ। ਨਹੀਂ ਵੱਡੀ ਗੱਲ ਇਹ ਹੈ ਵੀ ਸਾਨੂੰ ਜੇ ਅਸੀਂ ਚਲੋ ਉਹਨੂੰ ਨੀ ਮੰਨਦੇ ਜਿਹੜੇ ਪਹਿਲਾਂ ਹੈਗੇ ਬੈਠੇ, ਉਹਨਾਂ ਨੂੰ ਨੀ ਮੰਨਦੇ ਵੀ ਅਸੀਂ ਸਾਡੇ ਜਹਿਦਾਰ ਹੈਗੇ ਆ, ਖਾਲਸਾ ਦਾ ਜਹਿਦਾਰ, ਇਹ ਤਾਂ ਮੰਨ ਲਈ ਇਹ ਕੌਣ ਹੁੰਦਾ ਕਿਸੇ ਨੂੰ ਕਰਨ ਵਾਲਾ, ਜੇ ਛੇਕਦੇ ਸਾਨੂੰ ਛੇਕਦੇ ਸਾਡਾ 70,000 ਬੰਦਾ ਛੇਕੇ 70,000 ਨੂੰ, ਨਹੀਂ ਨਹੀਂ ਖਾਮ ਖਾਇਆ ਜੀ, ਖਾਮ ਖਾਇਆ, ਇਹ ਸਿਰਾਂ ਤੇ ਬਹਿ ਗਿਆ, ਇਹਨਾਂ ਨੂੰ ਜਵਾਬ ਨਹੀਂ ਦਿੱਤਾ ਕਿਸੇ ਨੇ ਇਹਨਾਂ ਨੂੰ। ਅਸੀਂ ਲੱਗੇ ਹਾਂ ਜੀ ਕਰਨ, ਅਸੀਂ ਜਲਦੀ ਦੋ ਹੋ ਸਕਦਾ ਹਫ਼ਤੇ ਕੁ ਦੇ ਵਿੱਚ ਵਿੱਚ, ਮੈਂ ਸੋਚਦਾ ਸੀ ਕਾਹਨੂੰ ਪੰਗਾ ਲੈਣਾ, ਅਸੀਂ 5 ਜਥੇਦਾਰ ਥਾਪਣੇ ਆ, ਥਾਪ ਕੇ ਤਾਂ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਸੀਂ ਚਿੱਠੀ ਭੇਜਣੀ ਆ ਵੀ ਤੂੰ ਇੰਨੇ ਦਿਨ ਦੇ ਵਿੱਚ ਵਿੱਚ ਰੇਡੀਓ ਵਿਰਸਾ ਤੇ ਫੋਨ ਕਰਕੇ ਤੇ ਆਪ ਸਪਸ਼ਟੀਕਰਨ ਦੇ ਇਹਨਾਂ ਗੱਲਾਂ ਦਾ, ਨਹੀਂ ਤਾਂ ਤੈਨੂੰ ਅਸੀਂ ਛੇਕਣਾ। ਇਹ ਤਾਂ ਪਤਾ ਨੀ ਕਿਹੜੇ ਵੇਲੇ ਕਬੀਲਿਆਂ ਵਿਚ ਹੁੰਦੀ ਸੀ ਯਾਰ, ਕਬੀਲਿਆਂ ਚੋ ਕੱਢਦੇ ਸੀ ਬੰਦਾ ਵੀ ਤੈਨੂੰ ਤੈਨੂੰ ਬਾਹਰ ਕੱਢ ਦੇਣਾ, ਵੀ ਬਾਹਮਣ ਦੇ ਟਾਈਮ ਕਿਤੇ ਹੋਊਗਾ ਵੀ ਜਦੋਂ ਪਿੰਡ ਦੇ ਬਾਹਰ ਚਮਾੜਲੀ ਬਣਾ ਕੇ ਉਹ ਕਹਿੰਦਾ ਸੀ ਵੀ ਪਿੰਡੋ ਬਾਹਰ ਜਾ ਤੂੰ ਉੱਥੇ ਰਹਿ, ਤੈਨੂੰ ਛੇਕ ਦਿੱਤਾ ਤੈਨੂੰ, ਤੇਰੇ ਨਾਲ ਕੋਈ ਤੈਨੂੰ ਚੀਜ਼ ਨੀ ਦੇਣੀ ਹੈ ਨਾ, ਵੀ ਜਦੋਂ ਕਿਤੇ ਸਾਇੰਸ ਨਹੀਂ ਸੀਗੀ ਕਿਤੇ ਪਲੇਗ ਵਰਗੀਆਂ ਬਿਮਾਰੀਆਂ ਲੱਗਦੀਆਂ ਉਦੋਂ ਕਹਿੰਦੇ ਸੀ ਵੀ ਇਹਨੂੰ ਪਿੰਡ ਚੋਂ ਬਾਹਰ ਕੱਢੋ, ਇਹਨੂੰ ਇਹਨੂੰ ਇਹ ਬਿਮਾਰੀ ਫੈਲੂਗਾ ਫੈਲਾਊਗਾ ਇਹ, ਅੱਜ ਕਿਹੜੇ ਨਾਲੇ ਉਹਨਾਂ ਨੂੰ ਮੂਰਖਾਂ ਨੂੰ ਇਹ ਪੁੱਛੋ ਵੀ ਮੈਨੂੰ ਸ਼ਿਕਵਾ ਮੈਨੂੰ ਮੇਰੇ ਨਾਲ
ਕਿਹਦੀ ਤੁਸੀਂ ਸਾਂਝ ਬੰਦ ਕਰਾਉਣੀ ਚਾਹੁੰਦੇ ਆ? ਨਿਊਜ਼ੀਲੈਂਡ ਚ ਉਹ ਕਿਹੜਾ ਬੰਦਾ ਆ ਜਿਹੜਾ ਬੰਦਾ ਇਹ ਕਹਿੰਦਾ ਵੀ ਜਿਹੜਾ ਹਰਨਾਮ ਸਿੰਘ ਧੁੰਮੇ ਨੂੰ ਜਾਂ ਟਕਸਾਲ ਨੂੰ ਜਾਂ ਜਥੇਦਾਰਾਂ ਨੂੰ ਮੰਨਦਾ ਤਾਂ ਮੇਰੇ ਨਾਲ ਵਰਤਦਾ ਆ? ਸਿੱਖੀ ਕਰਨੀ ਕੀ ਆ? ਅਸੀਂ ਤਾਂ ਚੁੱਲ੍ਹੇ ਹੇਠਾਂ ਪੱਠੀ ਹੇਠਾਂ ਨੀ ਲਾਉਂਦੇ, ਤੁਸੀਂ ਚੱਕੋ ਫੂਕਦੇ ਨੀ ਅਸੀਂ ਤੁਹਾਡੇ ਇਹਨਾਂ ਨਿਯਮਾਂ ਨੂੰ ਤਾਂ ਤੁਹਾਡੇ ਸਿਧਾਂਤਾਂ ਨੂੰ ਚੱਕੋ ਸਾਂਭੋ ਤੁਸੀਂ। ਅਸੀਂ ਸਾਰੇ ਏਦਾਂ ਕਹਿ ਦਈਏ ਚੰਗਾ ਫਿਰ ਸ਼੍ਰੀ ਚੰਦ ਨੂੰ ਮੰਨਣਾ ਤਾਂ ਠੀਕ ਆ, ਆਪਾਂ ਜਾ ਕੇ ਏਦਾਂ ਕਰਕੇ ਲਗੋਟ ਲਾ ਕੇ ਤੇ ਗੁਰਦੁਆਰੇ ਚੱਲ ਜਾ ਕਰੀਏ, ਫਿਰ ਪਿੱਟਣਾ ਇਹਨਾਂ ਦੇ ਗੁਰਦੁਆਰੇ ਵਾਲੇ ਨੇ, ਪ੍ਰਬੰਧਕਾਂ ਨੇ ਪਿੱਟਣਾ ਪਿਆ ਏਦਾਂ ਕੀ ਹੋ ਗਏ ਨੰਗੇ ਹੋ ਕੇ ਕਾਹਤੇ ਆ ਗਏ? ਨਾਲੇ ਉਹ ਕਹਿਣਗੇ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਤੋਂ ਚੱਲੇ ਆ ਰਹੇ ਹਾਂ, ਫਿਰ ਜਵਾਬ ਕੀ ਹੋਊਗਾ ਇਹਨਾਂ ਕੋਲ? ਬਹੁਤ ਕੁਛ ਜਿਹੜਾ ਦੇਖੋ ਜੀ, ਅਸਲ ਚ ਇਹਨਾਂ ਲੋਕਾਂ ਦਾ ਜਿਹੜਾ ਨਾ ਦਿਮਾਗ ਆ ਉਹ ਵੈਸੇ ਹੀ ਬੰਦ ਕੰਮ ਕਰਨਾ ਬੰਦ ਕਰ ਗਿਆ ਆ, ਤੇ ਤਾਂ ਹੀ ਇਹ ਹਰੇਕ ਜਿਹੜਾ ਹੈਗਾ ਸਮਾਜ ਦਾ ਪ੍ਰਾਣੀ ਉਹਨੂੰ ਆਪਣੇ ਪੱਧਰ ਤੇ ਲਿਆ ਕੇ ਗੇਰ ਰਹੇ ਆ, ਸਿੱਟ ਰਹੇ ਆ ਵੀ ਭਾਈ ਕਿਉਂਕਿ ਅਸੀਂ ਨੀ ਸੋਚ ਸਕਦੇ, ਇਸ ਕਰਕੇ ਸੋਚਣੇ ਵਾਲਾ ਜਿਹੜਾ ਬੰਦਾ ਆ ਉਹ ਪਾਪੀ ਆ, ਉਹਨੂੰ ਅਸੀਂ ਨੀ ਸਮਾਜ ਦੇ ਵਿੱਚ ਰੱਖਣਾ, ਆਪਣੇ ਵਰਗਾ ਬਣਾਉਣਾ ਚਾਹੁੰਦੇ ਸਾਰਿਆਂ ਨੂੰ। ਦੇਖੋ ਨਾ ਗੱਲ, ਜੇ ਹੁਣ ਜੇ ਤੁਹਾਡੇ ਪਿੱਛੇ 70,000 ਫਾਲੋਅਰ ਹੋ ਗਏ ਆ, ਉੱਧਰ ਚੰਡੀਗੜ੍ਹ ਦੇ ਵਿੱਚ 4 ਲੱਖ ਤੋਂ ਉੱਪਰ ਹੋ ਗਏ, ਪਲੱਸ ਹੋ ਗਏ ਨਾਲ 4 ਲੱਖ ਤੋਂ। ਹਾਂਜੀ, ਜੇ ਇਹ ਕੱਲ ਨੂੰ ਜਿੱਦਾਂ ਹੁਣ ਕੱਲ ਡਿਸਕਸ਼ਨ ਹੋਈ ਆ, ਉੱਥੇ ਕੇਪੀ ਸਿੰਘ ਮੁੰਡਾ ਹੈਗਾ ਜਿਹੜਾ ਹੈਗਾ ਕੱਲ ਹੈਗਾ, ਉਹਨੇ ਮੁੱਲੇ ਗੁਰੀ ਬੜਾ ਸੋਹਣਾ ਉਹਨੇ ਕੀਤਾ ਕੱਲ ਕੰਮ ਪ੍ਰੋਗਰਾਮ। ਹਾਂਜੀ, ਉਹ ਇਹਨਾਂ ਸਾਰੇ ਕਾਂਗਰਸ ਵਾਲੇ ਕੋ ਬੰਦੇ ਕੋ ਵੀ, ਤੇ ਆਪਣਾ ਉੱਥੇ ਗੁਰਤੇਜ ਸਿੰਘ ਵੀ ਬੈਠੇ ਸੀਗੇ, ਆਪਣੇ ਹਰਜਿੰਦਰ ਸਿੰਘ ਬੈਠਾ ਸੀਗਾ, ਫਿਰ ਉੱਥੇ ਭੌਰ ਬੈਠਾ ਸੀਗਾ, ਜਦੋਂ 6 ਬੰਦੇ ਬੈਠੇ ਆ ਉੱਥੇ, ਛਿਆਂ ਵਿੱਚੋਂ 4 ਜਿਹੜੇ ਹੈਗੇ ਝੰਡੀਆਂ ਦੇ ਹੱਕ ਜਾਂ 2 ਦੇ, ਇਹਨਾਂ ਦੇ ਹੱਕ ਕੀ ਹੈਗੇ ਇਹਨੂੰ ਛੇਕਣ ਦਾ? ਇਹਨਾਂ ਦਾ ਅਸੀਂ ਛੇਕਦੇ ਅਸੀਂ, ਉਹਦੇ ਹੱਕ ਚ 4 ਮੈਂਬਰ ਬੈਠੇ ਆ। ਨਹੀਂ ਨਹੀਂ, ਨਾਲੇ ਹੈ ਜੀ ਹੈ, ਦੂਜੀ ਗੱਲ ਇਹ ਆ ਅਸੀਂ ਇਹਨਾਂ ਨੂੰ ਜਥੇਦਾਰ ਨੂੰ ਪੁੱਛਣਾ ਆ ਵੀ ਭਾਈ ਜਿਹੜੀ ਨਨਕਾਣਾ ਸਾਹਿਬ ਦੀ ਕਮੇਟੀ ਆ ਨਾ, ਅਸੀਂ ਨਨਕਾਣਾ ਸਾਹਿਬ ਤਖ਼ਤ ਨੀ ਬਣਾਇਆ, ਅਸੀਂ ਬਣਾਵਾਂਗੇ ਉਹਨੂੰ, ਜਿੱਥੇ ਦੂਜੇ ਪਾਤਸ਼ਾਹ ਦਾ ਜਨਮ ਹੋਇਆ ਆ ਉਹਨੂੰ ਅਸੀਂ ਤਖ਼ਤ ਬਣਾਵਾਂਗੇ, ਅਸੀਂ 5 ਤਖ਼ਤ ਬਣਾ ਕੇ 5 ਜਥੇਦਾਰ ਥਾਪ ਦੇਣੇ, ਤੁਸੀਂ ਕੌਣ ਹੁੰਦੇ ਭਾਈ? ਬਿਲਕੁਲ ਜੀ,
ਬਖਰੀ ਮਰਿਆਦਾ ਨਾਲੇ ਦੇਵਾਂਗੇ ਇਹਨਾਂ ਦੇ। ਤੁਸੀਂ ਦੇਖਿਓ ਇਹਨਾਂ ਦੇ ਗਲੇ ਦੀ ਹੱਡੀ ਬਣੂ। ਇਹ ਬੰਦੇ ਇਹ ਸੋਚਦੇ ਆ ਭੀ ਜਿੱਦਾਂ ਪ੍ਰਚਾਰਕਾਂ ਨੂੰ ਘਸਾਉਣਾ ਜਾਣਦੇ ਨਾ ਇੱਦਾਂ ਘਸਾ ਲਊਗੇ ਇਹ ਭੀ ਤੁਹਾਡੇ ਕੋਲੋਂ ਮੰਜੀ ਸਾਹਿਬ ਜਾ ਕੇ ਟਾਈਮ ਮੰਗਿਆ। ਮੈਂ ਤੁਹਾਨੂੰ ਕਦੋਂ ਕਿਹਾ ਭੀ ਤੁਸੀਂ ਕੁਲਵਿੰਦਰ ਸਿੰਘ ਨੂੰ ਭੇਜੋ ਤਾਂ ਅਰਦਾਸ ਕਰਕੇ ਜਾਵੇ ਸਾਡੀ, ਅਸੀਂ ਮੀਟ ਦੀ ਦੁਕਾਨ ਖੋਲਣੀ ਆ। ਹੈਂ ਜਿਹਨੇ ਟੁੱਕੜ ਖਾਣੇ ਤੁਹਾਡੇ ਉਹਨਾਂ ਦੇ ਨਾਲ ਕਰੋ ਗੱਲ ਭਾਈ, ਸਾਡਾ ਨੀ ਕੋਈ ਲੈਣਾ ਦੇਣਾ। ਦੇਖੋ ਜੀ ਗੱਲ ਹੋਣਾ ਜੇ ਹੁਣ ਗੱਲ ਕਰੀਏ ਪੰਥਪ੍ਰੀਤ ਦੀ, ਪੰਥਪ੍ਰੀਤ ਦੀ ਗੱਲ ਕਰੀਏ, ਆਹ ਜਿਹੜੀ ਮੁੰਡਾ ਹੁਣ ਗੱਲ ਕਰਕੇ ਗਿਆ ਵੀ ਹਾਂ ਵੀ ਜਿਹੜਾ ਜਾਨਵਰ ਹੈ ਨਾ ਭੁੱਲ ਗਿਆ ਵੀ ਹਾਂ ਵੀ ਉਹ ਜਿਹੜਾ ਹੈਗਾ ਇੰਨੇ ਡਿਗਰੀ ਸੈਂਟੀਗ੍ਰੇਡ ਦੇ ਉੱਪਰ ਜਿਹੜਾ ਹੈਗਾ ਉਹ ਗਰਮ ਪਾਣੀ ਵਿੱਚ ਰਹਿੰਦਾ ਤੇ ਠੰਡੇ ਪੱਚੀ ਰਹਿੰਦਾ ਵਾ ਉਹ ਡਾਕਟਰ ਹੈ ਉਹ ਵੀ ਇੱਦਾਂ ਹੈ ਨਾ ਉੱਥੇ ਪਤਾ ਉਹ ਨੀ ਬੋਲਣਾ ਨੀ ਕਿਸੇ ਨੇ ਯਾਰ ਇਹ ਟਕਸਾਲ ਦਾ ਨਾਂ ਲੈ ਕੇ 8 ਮਤੇ ਪਾਸ ਕਰ ਦਿੱਤੇ 150 ਉੱਥੇ ਉਹ ਤੋਂ ਵੱਧ ਪ੍ਰਚਾਰਕ ਇਕੱਠੇ ਹੋਏ ਸੀ ਇਹਨਾਂ ਚ ਇੰਨੀ ਹਿੰਮਤ ਨੀ ਹੋਈ ਭਾਈ ਇੰਨਾ ਕਹਿ ਸਕਣ ਭਾਈ ਟਕਸਾਲ ਦਾ ਬੁਲਾਰਾ ਚਰਨਜੀਤ ਸਿੰਘ ਜੱਸੋਵਾਲ ਆਹ ਗੱਲ ਕਹਿੰਦਾ ਅਸੀਂ ਖੰਡਨ ਕਰਦੇ ਹਾਂ ਇਹਦਾ ਨਾਂ ਲੈ ਕੇ ਇੰਨੀ ਗੱਲ ਨੀ ਕਰ ਹੋਈ ਕਿਉਂਕਿ ਜਿਹੜੇ ਜਿਹੜੇ ਪੰਜ ਜਿਹੜੇ ਜਿਹੜੇ ਜਹਿਰਾ ਚੁਣੇ ਆ ਜਿਹੜੇ 3 ਜਹਿਰਾ ਚੁਣੇ ਆ ਇਹਨਾਂ ਨੇ ਉਹਦੇ ਉਹਦੇ ਉਹਨਾਂ ਦੇ ਨਾਂ ਤੇ ਪੰਚਕੁਲੀ ਦਾ ਜਾਣ ਜਾਰੀ ਹੈ। ਬਸ ਬਿਲਕੁਲ ਬਿਲਕੁਲ ਨਾਲੇ ਬਰਗਾੜੀ ਚ ਨਹੀਂ ਆਕਸੀਜਨ ਦਿੱਤੀ ਆ ਉਹਨਾਂ ਨੂੰ। ਹਾਂਜੀ ਉਹਨਾਂ ਨੇ ਕਹਿਤਾ ਕੱਲ ਉਹਨਾਂ ਨੇ ਸਪੈਸ਼ਲ ਜਿਹਾ ਕਹਿਤਾ ਵੀ ਤੁਸੀਂ ਕਹਿੰਦੇ ਵੀ ਹਾਂ ਵੀ ਦੋ ਨਵਿਆਂਦੇ ਲੈ ਲਓ ਇੱਕ ਦੋ ਟਕਸਾਲ ਦੇ ਲੈ ਲਓ ਦੋ ਤਾਂ ਢੰਡੀਆਂ ਦੇ ਤੇ ਇੱਕ ਸਾਂਝਾ ਰੱਖ ਲਓ ਉਹ ਕਹਿੰਦਾ ਟਕਸਾਲਾਂ 3 ਹੈਗੀਆਂ ਆਹ ਨਹੀਂ ਜੀ ਨਹੀਂ ਤੁਸੀਂ ਟਕਸਾਲ ਵੀ ਤੁਸੀਂ ਠਹਿਰੋ 2-4 ਸਾਲ ਇਹ ਚਾਹੇ ਅਕਾਲੀ ਦਲ ਬਾਦਲਿਆ ਚਾਹੇ ਟਕਸਾਲੀ ਆਪ ਆ ਚਾਹੇ ਸ਼੍ਰੋਮਣੀ ਕਮੇਟੀ ਆ ਇਹਨਾਂ ਲਈ ਔਖਾ ਹੋਊਗਾ ਜੇ ਇਹ ਨਾ ਸੰਭਲੇ ਔਖਾ ਹੋਊਗਾ। ਲੋਕਾਂ ਨੇ ਭੇਡਾਂ ਬਣ ਕੇ ਨਹੀਂ ਸਿਆਣੇ ਲੋਕਾਂ ਨੂੰ ਸ਼ਰਮ ਆਉਣ ਲੱਗ ਪੈਣੀ ਆ ਇਹਨਾਂ ਦੇ ਮਗਰ ਤੁਰਦਿਆਂ ਨੂੰ। ਗੁਰਬਚਨ ਸਿੰਘ ਨੂੰ ਵੀ ਜਾਂ ਮੇਰੇ 10 ਮੈਂਬਰ ਹੈ ਘਰ ਦੇ ਵਿੱਚ ਸਾਨੂੰ ਸਿੱਖ ਦੋ ਅਸੀਂ ਨਹੀਂ ਮੰਨਦੇ ਤੁਹਾਡੀ ਨਹੀਂ ਕੋਈ ਨਹੀਂ ਤੁਸੀਂ ਸਾਲ 2 ਸਾਲ ਮੈਂ ਆਨਲਾਈਨ ਆ ਰਿਹਾ ਮੈਂ ਤਰਸੀਮ ਸਿੰਘ ਬੋਲਦਾ ਅਮੈਰੀਕਾ ਤੋਂ ਮੈਂ ਤੁਸੀਂ ਇਹਨਾਂ ਨੇ ਗਲਤੀ ਕਰ ਜਾਣੀ ਆ ਜਿਹੜਾ ਇਹ ਸੋਚੀ ਬੈਠੇ ਨਾ ਇਨੀ ਢੱਡਰੀਆਂ ਵਾਲਿਆਂ ਬਾਰੇ ਕੋਈ ਨਾ ਕੋਈ ਸਟੈਪ ਲੈ ਲੈਣਾ। ਤੁਸੀਂ ਦੇਖਿਓ ਇਨੀ ਲੋਕਾਂ ਨੂੰ ਕਿੱਦਾਂ ਜਗਾ ਕੇ ਆਪਣੇ ਬਿਲਕੁਲ ਪੈਰਾਂ ਦੇ ਐਨ ਥੱਲੇ ਕੰਡੇ ਏਦਾਂ ਦੇ ਵਜਾਉਣੇ ਏਦਾਂ ਦੇ ਕੋਲੇ ਇਹਨਾਂ ਦੇ ਪੈਰਾਂ ਥੱਲੇ ਵਿਛਣੇ ਆ ਇਹਨਾਂ ਨੂੰ ਖੜਨਾ ਤੁਰਨਾ ਬਹਿਣਾ ਆਪਣੇ ਆਪ ਔਖਾ ਹੋਣਾ ਔਰ ਇਹ ਖਾਤਮਾ ਜਿਹੜਾ ਨਾ ਪੁਜਾਰੀਵਾਦ ਦਾ ਕਿਸੇ ਨਾ ਕਿਸੇ ਬਹਾਨੇ ਨਾਲ ਹੋਣਾ ਹੀ ਆ ਔਰ ਇਨੀ ਆਪ ਆਪਣੇ ਲਈ ਆਪ ਆਪਣੀ ਮੌਤ ਲਈ ਆਪ ਬਹਾਨਾ ਬਣ ਕੇ ਇਨੀ ਇਨੀ ਸਾਬਤ ਹੋਣਾ ਦੇਖ ਲਿਓ ਤੁਸੀਂ ਆਉਣੇ ਵਾਲਾ ਸਮਾਂ ਇੱਦਾਂ ਦਾ ਆਉਣਾ। ਬਿਲਕੁਲ ਬਿਲਕੁਲ ਪਹਿਲੀ ਗੱਲ ਤੇ ਇਹ ਚਲੋ ਜੇ ਇਹ ਪ੍ਰਭਦੀਪ ਵੀ ਹੈਗਾ ਵਾ ਪ੍ਰਭਦੀਪ ਹੈ ਧੁੰਦਾ ਹੈਗਾ ਵਾ ਇਹ ਹੈਗਾ ਜਾਂ ਉਹ ਮਾਝੀ ਤੋਂ ਭਰਜੂ ਨਹੀਂ ਹੈਗੇ ਆ
ਇਹਨਾਂ ਦੀ ਜਵਾਨ ਸੜ ਗਈ ਹੋਰ ਵੀ ਹਾਂ ਜਦੋਂ ਜਦੋਂ ਸਾਰਾ ਜਦੋਂ 90% ਬੰਦੇ ਜਿਹੜੇ ਹੈਗੇ ਤੁਹਾਡੇ ਨਾਲ 10% ਹੀ ਰਹਿ ਗਏ ਉੱਥੇ ਤੇ ਬੋਲਣ ਵਾਲੇ ਜੇ ਚਾਰ ਬੰਦੇ ਇੱਧਰ ਬੋਲਣ ਦੇ ਇਹਦੇ ਹੱਕ ਚ ਉਹ ਦੋ ਬੰਦੇ ਉਹਦੇ ਹੱਕ ਚ ਬੋਲਦੇ ਤਾਂ ਮਤਲਬ ਸਾਡੇ ਨਾਲ ਬੰਦੇ ਹੈਗੇ ਨੇ ਕਿਉਂ ਨੀ ਵੱਖਦੇ ਹੋਣੇ ਉਹ ਤਾਂ ਜੀ ਅਸਲ ਚ ਜਿਹੜੇ ਹੈਗੇ ਨਾ ਇਹ ਪ੍ਰਭਦੀਪ ਹੋਰੀ ਤਾਂ ਸਾਰਾ ਜ਼ੋਰ ਹੀ ਇਸ ਗੱਲ ਦਾ ਲਾਇਆ ਸੀਗਾ ਵੀ ਟਕਸਾਲੀ ਜਾਂ ਜਥੇਦਾਰ ਇਹ ਹਰਨੇਕ ਦੇ ਖਿਲਾਫ਼ ਬੋਲਦੇ ਕਿਉਂ ਨੀ ਉਹਨਾਂ ਦੇ ਤਾਂ ਮਨ ਦੀ ਹੋਈ ਆ ਉਹ ਤਾਂ ਪੰਥਪ੍ਰੀਤ ਦਾ ਸਾਰਾ ਲਾਣਾ ਇਸ ਗੱਲ ਨੂੰ ਪਿੱਟ ਰਿਹਾ ਸੀ ਵੀ ਹੁਣ ਉਹ ਸਗੋਂ ਉਲਟਾ ਹੁਣ ਉਕਸਾ ਰਿਹਾ ਇਸ ਗੱਲ ਨੂੰ ਵੀ ਲਓ ਜੀ ਹੁਣ ਹਰਨੇਕ ਨੂੰ ਛੇਕ ਦਿੱਤਾ ਵੀ ਹੁਣ ਜੇ ਢੱਡੀਆਂ ਵਾਲੇ ਚ ਹਿੰਮਤ ਆ ਤਾਂ ਫੋਟੋ ਖਿਚਾ ਕੇ ਦਿਖਾ ਲੇ ਨਹੀਂ ਮਤਲਬ ਉਹ ਆਪਣੀ ਇੱਕ ਭਰਮ ਦੀ ਦੁਨੀਆਂ ਪਾਲ ਕੇ ਬੈਠੇ ਆ ਵੀ ਤੁਸੀਂ ਤੁਹਾਨੂੰ ਮੂਰਖੋ ਤੁਸੀਂ ਆਪਣੇ ਪੰਥਪ੍ਰੀਤ ਹੁਣਾਂ ਨੂੰ ਲਿਜਾ ਕੇ ਜਥੇਦਾਰਾਂ ਦੇ ਲੈਵਲ ਤੇ ਸਿੱਟ ਰਹੇ ਆ ਇਹਦੇ ਨਾਲ ਇਹ ਨਹੀਂ ਹੈਗਾ ਜਿੱਦਣ ਇਹਨੀ ਜਥੇਦਾਰਾਂ ਨੂੰ ਹੁਣ ਇਹਨਾਂ ਕੰਮਾਂ ਨਾਲ ਜਥੇਦਾਰਾਂ ਨੂੰ ਮਾਨਤਾ ਦੇ ਰਹੇ ਆ ਉਹ ਤੇ ਉਹ ਆਪੇ ਇਹਨਾਂ ਲਈ ਔਖੀ ਹੋਣੀ ਆ ਇਹਨਾਂ ਨੂੰ ਇਹਨਾਂ ਤੋਂ ਥੋੜੀ ਬਰਦਾਸ਼ਤ ਕਰ ਹੋਣੀ ਆ ਉਹਨਾਂ ਦੇ ਝਟਕੇ ਬਿਲਕੁਲ ਬਿਲਕੁਲ ਉਹ ਤਾਂ ਸਾਡੀ ਸਾਨੂੰ ਨੀ ਪੰਜਾਂ ਦੀ ਲੋੜ ਸਾਨੂੰ ਕੋਨਫੀਡੈਂਸ ਆ ਆਪਣੇ ਆਪ ਦੇ ਅਸੀਂ ਚਾਹੇ ਗੁਰਬਚਨ ਸਿੰਘ ਆ ਚਾਹੇ ਕੋਈ ਟਕਸਾਲੀ ਆ ਚਾਹੇ ਮੰਡ ਹੁਣੀ ਆ ਅਸੀਂ ਮੈਂ ਆਪਣੀ ਜੁੱਤੀ ਦੀ ਨੋਕ ਤੇ ਨੀ ਜਾਣਦਾ ਇਹਨਾਂ ਨੂੰ ਜਿੱਦਣ ਮੈਂ ਇਹਨਾਂ ਤੋਂ ਕੋਈ ਅਪਰੂਵਲ ਮੰਗੂੰਗਾ ਉਦਣ ਕਹਿਣ ਇਹ ਵੀ ਤੈਨੂੰ ਛਿਕਣਾ ਆ ਸੀ ਤੈਨੂੰ ਛਿਕਿਆ ਹੋਇਆ ਆ ਇਹ ਦੱਸਣ ਦਾ ਸਹੀ ਵੀ ਕਿਹੜੀ ਚੀਜ਼ ਆ ਜਿਹੜੀ ਇਹਨਾਂ ਦੇ ਉੱਤੇ ਛੱਡੀਓ ਅਸੀਂ ਹੁਣ ਤਾਈ ਹੋਊਗਾ ਜੀ ਇਹਨਾਂ ਲਈ ਨਹੀਂ ਆਉਣੇ ਵਾਲਾ ਸਮਾਂ ਤੁਸੀਂ ਦੇਖ ਲਿਓ ਜਿਹੜਾ ਆ ਇਹਨਾਂ ਲਈ ਔਖਾ ਹੋਊਗਾ ਜੋ ਮਰਜ਼ੀ ਕਰ ਲੈਣ ਜਾਣ ਨਹੀਂ ਨਹੀਂ ਹੋਊਗਾ ਜੀ ਹੋਊਗਾ ਸਮਾਂ ਤੁਸੀਂ ਦੇਖਿਓ ਬਸ ਕੱਚੇ ਬੰਦੇ ਪੱਕੇ ਹੋਣ ਦੇ ਕੱਚੇ ਬੰਦੇ ਪੱਕਣ ਦੇ ਹੋਣ ਦੇ ਇੱਕ ਦੂਜੇ ਨੂੰ ਦੇਖਦੇ ਕਹਿੰਦਾ ਜਾਗਰੂਕ ਬਣਦੇ ਆ ਬਸ ਜੀ ਬਸ ਕੋਈ ਨੀ ਚਲੋ ਠੀਕ ਆ ਜੀ ਅਸੀਂ ਬ੍ਰੇਕ ਲੈ ਲਈਏ ਬ੍ਰੇਕ ਤੋਂ ਲੇਟ ਹੋ ਗਏ ਥੋੜਾ ਜਿਹਾ ਅਸੀਂ ਕਰਦੇ ਇਹਨਾਂ ਦੇ ਦੁਆਲੇ ਕਲੈਂਪ ਕੱਸਦੇ ਆ ਥੋੜਾ ਜਿਹਾ ਦੇਖਿਓ ਇਹਨਾਂ ਦਾ ਜਿਹੜਾ ਇਹਨਾਂ ਦੀ ਢਿਬਰੀ ਟਾਈਟ ਕਰਨੀ ਪੈਣੀ ਕਰ ਦੇਣੀ ਆ ਥੋੜਾ ਜਿਹਾ ਰੁਕੋ ਤੁਸੀਂ ਬਸ ਥੈਂਕ ਯੂ ਜਿਸ ਤਰ੍ਹਾਂ ਕੁੜੀ ਨੇ ਕਹਿੰਦੀ ਨਹੀਂ ਤੇਰੇ ਨਟ ਬੋਲਟ ਢਿੱਲੀ ਤੇਰੇ ਨਟ ਬੋਲਟ ਮੈਂ ਕੱਟਦੀ ਹੁਣ
ਹੋਊਗਾ ਜੀ, ਹੋਊਗਾ, ਕੱਸਣੇ ਪੈਣਗੇ ਸਾਨੂੰ, ਕੋਈ ਸ਼ੱਕ ਨਹੀਂ। ਥੈਂਕ ਯੂ, ਥੈਂਕ ਯੂ ਜੀ। 0108 ਦੇ ਉੱਤੇ ਹੈਗੇ ਆ ਜੀ ਤੁਸੀਂ, ਧੰਨਵਾਦ ਜੀ, ਤੁਹਾਨੂੰ ਵੇਟ ਕਰਨੀ ਪਈ ਆ, ਉਹਦੇ ਲਈ ਖਿਮਾ, ਤੇ ਤੁਸੀਂ ਚਲੇ ਗਏ ਆ ਉਹਦੇ ਲਈ ਧੰਨਵਾਦ। ਆਪਾਂ 10 ਮਿੰਟ ਦੀ ਬ੍ਰੇਕ ਹੋਣੀ ਆ, 5-7 ਮਿੰਟ ਜਿੰਨੇ ਵੀ ਹੋਈ, ਤੇ ਉਦੋਂ ਬਾਅਦ ਤੁਸੀਂ ਜੇ ਰੇਡੀਓ ਸੁਣਦੇ ਹੋਏ ਤੇ ਆਸ ਕਰਾਂਗੇ ਤੁਸੀਂ ਦੁਬਾਰਾ ਫੋਨ ਕਰ ਲਿਓ, ਨਹੀਂ ਤਾਂ ਫਿਰ ਅਸੀਂ ਆਪਣੀ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਾਂਗੇ।